ਦੋ ਤਰੀਕੇ ਦੀ ਪੀਟੀ ਹੁੰਦੀ ਆ ਪਹਿਲੀ ਹੁੰਦੀ ਆ ਐਕਾਡੈਮਿਕ ਦੂਜੀ ਹੁੰਦੀ ਆ ਕੋਰ ਅਸੀਂ ਕੋਰ ਹੈ ਜਿਹੜੀ ਉਹ ਅਗਲੇ ਸੈਸ਼ਨ ਚ ਕਰਾਂਗੇ ਇਹ ਸੈਸ਼ਨ ਸਾਰਾ ਪੀਟੀ ਐਕਾਡੈਮਿਕ ਲਈ ਤੇ ਕੋਰ ਤੇ ਐਕਾਡੈਮਿਕ 'ਚ ਵੀ ਕੋਈ ਬਹੁਤਾ ਫਰਕ ਨਹੀਂ ਹੋਊਗਾ ਪਰ ਇਹਦੇ ਚਾਰ ਮੋਡਿਊਲ ਨੇ ਹੁਣ ਸਾਰੇ ਬੱਚੇ ਇੰਨੀ ਇੱਕ ਗੱਲ ਨੂੰ ਦਿਮਾਗ 'ਚ ਰੱਖ ਲਓ ਕੋਈ ਕੈਨੇਡਾ ਜਾਊਗਾ ਕੋਈ ਆਸਟ੍ਰੇਲੀਆ ਜਾਊਗਾ ਅਲੱਗ-ਅਲੱਗ ਧੰਨੇ ਆਪਣੇ ਸਿਲੈਕਟ ਕਰੀਆਂ ਹੋਈਆਂ ਨੇ ਕੰਟਰੀਜ਼ ਫਰਾਂ ਉੱਥੇ ਜਾ ਕੇ ਤੁਸੀਂ ਰੋਜ਼ ਥੋੜੀ ਪੀਟੀ ਕਰੋਗੇ ਉੱਥੇ ਜਾ ਕੇ ਤੁਸੀਂ ਰੋਜ਼ ਥੋੜੀ ਇਹ ਕਰੋਗੇ ਬਸ ਤੁਹਾਨੂੰ ਇਹਦਾ ਮਤਲਬ ਇਹ ਹੈ ਕਿ ਉਹ ਤੁਹਾਡੀ ਇੰਗਲਿਸ਼ ਸਕਿੱਲ ਨੂੰ ਐਵੇਂ ਜੱਜ ਕਰਨਾ ਚਾਹੁੰਦੇ ਨੇ ਕਿ ਜਿਹੜਾ ਬੰਦਾ ਸਾਡੀ ਕੰਟਰੀ ਦੇ ਵਿਚਾਰੇ ਉਹਨੂੰ ਬੋਲਣਾ ਆਂਦਾ ਹੈ ਕੋ ਗ੍ਰੀਡੀ ਚ ਸੁਣ ਸਕਦਾ ਹੈ ਉਹ ਲਿਖ ਸਕਦਾ ਹੈ ਮਤਲਬ ਕੀ ਹੈ ਕਿ ਜਿੰਨੋਂ ਪਕੈਨੇ ਵੀ ਕਰੀਮ ਬੱਚਾ ਕਰੀਮ ਬੱਚਾ ਸਮਝਦੇ ਨਾ ਵੀ ਐਂਡ ਪਰਫੈਕਟ ਬੱਚਾ ਚਾਹੀਦਾ ਉਹ ਚਾਹੁੰਦੇ ਲੈਂਗੁਏਜ ਬੈਰੀਅਰ ਨਾ ਆਵੇ ਐਗਜ਼ੈਕਟਲੀ ਹੁਣ ਮੰਨ ਕੇ ਚਲੋ ਜੇ ਤੁਸੀਂ ਉੱਤੇ ਕਿਤੇ ਜੌਬ ਕਰਨੀ ਹੈ ਜੇ ਕਿਤੇ ਟਿਮ ਹਾਟਨ ਤੇ ਵੀ ਲੱਗਣਾ ਹੈ ਘਟੂ ਘਟ ਤਾਂ ਨਹੀਂ ਇੰਗਲਿਸ਼ ਐਵੇਂ ਤਾਂ ਨਹੀਂ ਚਾਹੀਦਾ ਵੀ ਹਾਈ ਥੇਰ ਹਾਊ ਮੇ ਆ ਹੈਲਪ ਯੂ ਉਹ ਸਾਰੀਆਂ ਹੈਲਪਾਂ ਕਦੋਂ ਹੋਣਗੀਆਂ ਜੇ ਅੰਗਰੇਜ਼ੀ ਆਉਂਦੀ ਹੋਊਗੀ ਤਾਂ ਬਸ ਇਹ ਇੱਕ ਟੈਸਟ ਇਹ ਚੀਜ਼ ਜੱਜ ਕਰਦਾ ਹੈ ਕਿ ਇਹ ਨਿਆਣੇ ਨੂੰ ਅੰਗਰੇਜ਼ੀ ਆਉਂਦੀ ਹੈ ਜਾਂ ਨਹੀਂ ਆਉਂਦੀ ਬਸ ਦੈਟਸ ਸ ਠੀਕ ਹੈ ਉਹ ਬੈਂਡ ਤੋਂ ਪਤਾ ਲੱਗ ਜਾਂਦਾ ਵੀ ਕਿੰਨੀ ਕਉਂਦੀ ਆ ਹਾਂ ਜਿਹੜਾ ਪੀਟੀ ਟੈਸਟ ਦਾ ਇੱਕ ਫਾਰਮੈਟ ਹੈ ਨਾ ਜਿਹੜਾ ਉਹ ਫਾਰਮੈਟ ਕੁਛ ਇਸ ਤਰੀਕੇ ਦਾ ਹੈ ਮਤਲਬ ਫੋਰ ਐਗਜ਼ਾਮਪਲ ਜਿਹੜਾ ਪਾਰਟ 1 ਅਸੀਂ ਇਹਨੂੰ ਸਪੀਕਿੰਗ ਤੇ ਰਾਈਟਿੰਗ ਮਤਲਬ ਇਹ ਟੋਟਲ ਅਸੀਂ ਤਾਂ ਦੇ ਕੇ ਐਵੇਂ ਰੱਖਦੇ ਆ ਇਸ ਚੀਜ਼ ਨੂੰ ਬੜੇ ਵਧੀਆ ਢੰਗ ਨਾਲ ਅਸੀਂ ਤੁਹਾਨੂੰ ਕਲੀਅਰ ਕਰਾਂਗੇ ਜੇ ਮੈਂ ਇੱਥੇ ਲਿਆਵਾਂ ਇਹਨੂੰ ਲਾਈਕ ਮੇਰੇ ਕੋਲ ਇਹ ਸਪੀਕਿੰਗ ਤੇ ਰਾਈਟਿੰਗ ਜਿਹੜੇ ਦੋ ਮੋਡਿਊਲਸ ਨੇਗੇ ਇਨਾ 54 ਤੋਂ ਲੈ ਕੇ 67 ਮਿੰਟ ਦੇ ਵਿੱਚ ਦੋਨੇ ਕੰਪਲੀਟ ਹੋ ਜਾਣਗੇ ਜੀ ਸਭ ਤੋਂ ਪਹਿਲਾਂ ਸਪੀਕਿੰਗ ਤੇ ਫਿਰ ਰਾਈਟਿੰਗ ਹਾਂਜੀ ਮੈਮ ਇਹਦੇ ਵਿੱਚ ਕੋਈ ਨਾ ਪੂਰੀ ਬੀਟੀ ਦੇ ਵਿੱਚ ਕਿ ਜਿਹੜੀ ਟਾਈਮਿੰਗ ਆ ਬਿਲਕੁਲ ਪਰਟੀਕੂਲਰ ਨਹੀਂ ਹੁੰਦੀ ਆਪ ਵੀ ਕਹਿ ਸਕਦੇ ਵੀ 54 ਹੀ ਲੱਗਣਗੇ ਜਾਂ 55 ਹੀ ਲੱਗਣਗੇ ਕਿਉਂਕਿ ਇਹ AI ਦੇ ਬੇਸਿਸ ਤੇ ਅਜੇ ਸਪੀਡ ਜ਼ਿਆਦਾ ਹੈ ਤਾਂ ਸਪੀਡ ਘੱਟ ਹੈ ਬੋਲ ਕਿਵੇਂ ਰਿਹਾ ਉਹਦੇ ਬੇਸਿਸ ਤੇ ਸਾਰਾ ਮਤਲਬ AI ਬੋਲੇ ਤਾਂ ਆਰਟੀਫੀਸ਼ੀਅਲ ਇੰਟੈਲੀਜੈਂਸੀ ਤਾਂ ਪਹਿਲੇ ਜਿਹੜੇ ਦੋ ਮੋਡਿਊਲ ਸਾਡੇ ਅੱਗੇ ਆਉਂਦੇ ਨੇ ਉਹ ਸਪੀਕਿੰਗ ਦਾ ਤੇ ਰਾਈਟਿੰਗ ਦਾ ਤੇ ਅਬਾਊਟ ਇਹ ਦੋਨੇ ਮੋਡਿਊਲ ਨੂੰ ਲਾਈਕ ਤੁਸੀਂ ਇਹ ਲਾਓ ਵੀ ਅਰਾਊਂਡ ਘੰਟੇ ਦੇ ਵਿੱਚ ਨਿਬੜ ਜਾਂਦੇ ਆ ਮਤਲਬ ਦੋਨੇ ਮੋਡਿਊਲ ਨੇ ਜਿਹੜੇ ਉਹ 1 ਘੰਟੇ ਦੀ ਗੇਮ ਆ ਵਿੱਚ ਸਪੀਕਿੰਗ ਹੈ ਵਿੱਚ ਰਾਈਟਿੰਗ ਹੈ ਉਸ ਤੋਂ ਬਾਅਦ ਅਗਲਾ ਮੋਡਿਊਲ ਸਾਡੇ ਅੱਗੇ ਆ ਗਿਆ ਰੀਡਿੰਗ ਦਾ ਤੇ ਇਹਨੂੰ ਅਰਾਊਂਡ 30 ਮਿੰਟ ਲੱਗਣਗੇ ਜੀ ਤੇ ਕਈ ਵਾਰੀ 29 ਮਿੰਟ ਵੀ ਹੁੰਦੇ ਆ ਕਈ ਵਾਰੀ 30 ਮਿੰਟਸ ਵੀ ਹੁੰਦੇ ਤੇ ਇਸ ਗੱਲ ਦਾ ਸਾਨੂੰ ਕੋਈ ਨਾ ਫਰਕ ਨਹੀਂ ਪੈਣਾ ਚਾਹੀਦਾ ਤੇ ਲਿਸਨਿੰਗ ਉਹ ਵੀ ਅਪਰੋਕਸੀਮੇਟਲੀ 30 ਮਿੰਟ ਲੱਗਣਗੇ ਮਤਲਬ ਸਾਨੂੰ ਇਹ ਚੀਜ਼ ਪਤਾ ਲੱਗੀ ਜਿਹੜਾ ਸਾਡਾ ਟੈਸਟ ਹੈ ਅਰਾਊਂਡ ਪੂਰੇ 2 ਘੰਟਿਆਂ ਦਾ ਹੈ ਜੀ ਜੇ ਪੂਰੇ 2 ਘੰਟੇ ਅਨਾਰ ਟੈਸਟ ਅਸੀਂ ਸੋਚਦੇ ਆ ਲਾਈਕ ਘੰਟੇਕ ਦਾ ਸਪੀਕਿੰਗ ਤੇ ਰਾਈਟਿੰਗ ਆ 30 ਮਿੰਟ ਦਾ ਰੀਡਿੰਗ ਹੈ ਮਤਲਬ ਸਾਰੇ 30-30 ਮਿੰਟ ਦੇ ਲਾ ਕੇ ਚਲੋ ਅਰਾਊਂਡ ਕੋਈ ਮਾੜਾ ਮੋਟਾ ਵੱਧ ਕੀ ਘਟ ਕੀ ਤੇ ਜੇ ਬੈਂਡ ਸਕੋਰ ਦੀ ਗੱਲ ਕਰਾਂਗੇ ਤਾਂ ਬੈਂਡ ਸਕੋਰ ਇਸ ਤਰੀਕੇ ਨਾਲ ਜੱਜ ਹੋਣਗੇ ਜੇ ਤੁਹਾਡੇ ਕਿਸੇ ਵੀ ਬੱਚੇ ਦਾ ਬੈਂਡ ਸਕੋਰ ਹੈ ਜਿਹੜਾ ਉਹ 43 ਤੋਂ ਲੈ ਕੇ 50 ਤੱਕ ਆਇਆ ਤਾਂ ਇਹ ਸਮਝ ਲਿਓ ਕਿ ਉਸ ਬੱਚੇ ਦੇ ਸਾਢੇ ਪੰਜ ਬੈਂਡ ਨੇ ਜੇ ਕਿਸੇ ਬੱਚੇ ਦਾ ਸਕੋਰ 58 ਤੋਂ ਲੈ ਕੇ 65 ਦੇ ਵਿੱਚ ਆਇਆ ਤਾਂ ਸਮਝ ਲਿਓ ਉਹਦੇ ਰੀਡਿੰਗ ਇਹਦੇ IELTS ਹਿਸਾਬ ਨਾਲ ਸਾਢੇ 6 ਬੈਂਡ ਨੇ ਜੇ ਕਿਸੇ ਬੱਚੇ ਦਾ 79 ਤੋਂ ਲੈ ਕੇ 83 ਆਇਆ ਉਹਦੇ 8 ਬੈਂਡ ਨੇ ਤੇ ਮੈਂ ਚਾਹਨਾ ਤੁਹਾਡਾ ਆਵੇ 86 87 88 99 90 ਇਹਨਾਂ ਚ ਕੋਈ ਆਇਆ ਇਟ ਇਜ਼ ਕਾਲਡ 9 ਬੈਂਡ ਸਕੋਰ ਤੇ ਅਸੀਂ ਉਹ 9 ਬੈਂਡ ਦੇ ਪੀਪਲ ਪੈਦਾ ਕਰਨੇ ਆ ਉਹ ਤਾਂ ਹੋਣਗੇ ਤੁਹਾਡਾ ਇੰਟਰਸਟ ਹੋਗਾ ਕਿਉਂਕਿ ਦੇਖੋ ਪੜਾਉਣ ਦੇ ਲਈ ਅਸੀਂ ਹੈਗੇ ਆ ਪੇਪਰ ਤਾਂ ਤੁਸੀਂ ਸਾਰੇ ਨੇ ਆਪ ਕਰਨੇ ਆ ਸਵੇਰ ਤੋਂ ਲੈ ਕੇ ਹੁਣ ਤੱਕ ਅਸੀਂ ਪੜਾ ਰਹੇ ਹਾਂ ਪੜਾਈ ਜਾ ਰਹੇ ਸਵੇਰੇ 5 ਵਜੇ ਤੋਂ ਲੈ ਕੇ ਪਰ ਤੁਸੀਂ ਇਹ ਗੱਲ ਫਾਈਵ ਦੇਖੋ ਕਿ ਵੀ ਹੈਵ ਦਾ ਸੇਮ એનર્ਜੀ ਲਾਈਕ ਦਾ ਮਾਰਨਿੰਗ ਹੈਗੀ ਹੈ ਕਿ ਨਾ ਮਤਲਬ ਅਸੀਂ ਇਹ ਨਹੀਂ ਹੈਗਾ ਨਾ ਮੈਂ ਪੜਾਉਂਦੇ ਬਣਾ ਨਹੀਂ ਜੇ ਮੈਂ ਬਾਸੀਆਂ ਲਵਾਂਗਾ ਕਹਿੰਦੀ ਨਹੀਂ ਹੈਗੇ ਜੇ ਦੋ ਚੀਜ਼ਾਂ ਨੇ ਇੱਕ ਡਰਾਈਵਰ ਹੁੰਦਾ ਇੱਕ ਕੰਡਕਟਰ ਹੁੰਦਾ ਹੈ ਬੱਸ 'ਚ ਬੈਠੇ ਹੋ ਕਦੇ ਵੈਰੀ ਗੱਲ ਦੱਸਿਆ ਕਰੋ ਕੌਣ-ਕੌਣ ਬੈਠੇਗਾ ਯਾਦ ਰੱਖੀਓ ਜਵੇ ਕੰਡਕਟਰ ਸੌ ਗਿਆ ਕਿਸੇ ਦੀ ਟਿਕਟ ਨਹੀਂ ਕੱਟਦੀ ਜਿਹੜਾ ਕੰਡਕਟਰ ਹੁੰਦਾ ਨਾ ਜੇ ਉਹ ਸੌ ਜਾਏ ਨਾ ਕੋਈ ਚੱਕਰ ਨਹੀਂ ਫਿਰ ਕੀ ਹੋ ਗਿਆ ਕਿਸੇ ਦੀ ਟਿਕਟ ਨਹੀਂ ਕੱਟਦੀ ਪਰ ਡਾਰਲਿੰਗ ਜੇ ਡਰਾਈਵਰ ਸੌ ਗਿਆ ਨਾ ਉਹ ਦੇਖ ਸਾਲ ਨੂੰ ਨਾ ਕਰਦੀਏ ਸਾਰਿਆਂ ਦੀ ਕੱਟ ਜੂਗੀ ਟਿੱਪ ਜਮੀ ਉੱਪਰ ਦੀ ਨਹੀਂ ਤੁਰ ਤੁਰ ਦਰਗਾਹ ਦੀ ਟਿਕਟ ਕੱਟ ਜਾਣੀ ਹੈ ਫੇਰ ਕਹੋਗੇ ਤਾਂ ਮੈਂ ਇਸੇ ਤਰੀਕੇ ਨਾਲ ਅਸੀਂ ਦੇਖੋ ਆਪ ਪਤਾ ਦੇ ਕੇ ਕੀ ਲੈ ਕੇ ਆ ਰਹੇ ਹੈਗੇ ਕਿ ਤੁਹਾਨੂੰ ਅਸੀਂ ਸਕੋਰ ਦੱਸਾਂਗੇ ਵੀ ਕਿੰਨੇ ਸਕੋਰ ਦੇ ਕੀ ਬੈਂਡ ਹੈ ਸਾਡੇ ਕੋਲੇ 4 ਮੋਡਿਊਲ ਨੇ ਸਪੀਕਿੰਗ ਰਾਈਟਿੰਗ ਰੀਡਿੰਗ ਲਿਸਨਿੰਗ ਮਤਲਬ ਚਾਰੇ ਮੋਡਿਊਲ ਨੂੰ ਅਸੀਂ ਕਿਸ ਤਰੀਕੇ ਨਾਲ ਪ੍ਰਿਪੇਅਰ ਕਰਾਂਗੇ ਮਤਲਬ ਸਾਰਿਆਂ ਨੂੰ ਇਹ ਗੱਲ ਤਾਂ ਪਤਾ ਲੱਗ ਗਈ ਨਾ 4 ਮੋਡਿਊਲ ਸਪੀਕਿੰਗ ਤੇ ਰਾਈਟਿੰਗ ਲਗਭਗ 1 ਘੰਟੇ ਦੇ ਰੀਡਿੰਗ 30 ਮਿੰਟ ਦਾ ਲਿਸਨਿੰਗ 30 ਮਿੰਟ ਦਾ ਹੁਣ ਇੱਥੇ ਆਪਾਂ ਪੇਪਰ ਚ ਆਹ ਕਲੇਸ਼ ਨਹੀਂ ਪਾਉਣਾ ਵੀ ਇਹ 30 ਨਹੀਂ ਇਹ 29 ਮਿੰਟ ਦਾ 31 ਮਿੰਟ ਦਾ ਕੋਈ ਚੱਕਰ ਨਹੀਂ ਆਪਾਂ 2 ਮਿੰਟ ਉੱਤੇ ਕਿ 2 ਮਿੰਟ نیچے ਕਿ ਇਹ ਜਸਟ ਇੱਕ ਟੈਸਟ ਦਾ ਫਾਰਮੈਟ ਹੈ ਜਿਹੜਾ ਸੀ ਤੁਹਾਡੇ ਮਾਈਂਡ ਦੇ ਵਿੱਚ ਇਹਨੂੰ ਬਿਠਾਉਣਾ ਚਾਹ ਰਹੇ ਹਾਂ ਇੱਕ ਗੱਲ ਹੋ ਗਈ ਹੁਣ ਇਸ ਤੋਂ ਆਪਾਂ ਅਗਲੀ ਗੱਲ ਤੇ ਆਉਂਦੇ ਹਾਂ ਟੈਸਟ ਫਾਰਮੈਟ ਦੀ ਸਕੋਰ ਪਤਾ ਲੱਗਿਆ ਸਾਨੂੰ ਵੀ ਕਿੰਨੇ ਸਕੋਰ ਤੇ ਕੀ ਆਊਗਾ ਉਸ ਤੋਂ ਬਾਅਦ ਆਸੀਂ ਨੂੰ ਕੋਈ ਸਕੋਰਿੰਗ ਗਾਈਡ ਲੈ ਕੇ ਆਇਆ ਤੁਹਾਡੇ ਲਈ ਬੜਾ ਵਧੀਆ ਤਰੀਕੇ ਨਾਲ ਦੱਸਦੇ ਆ ਤੁਸੀਂ ਕਿਸੇ ਵੀ ਬੱਚੇ ਨੇ ਪਲੀਜ਼ ਬੇਨਤੀ ਹੈ ਅਸੀਂ ਤੁਹਾਨੂੰ ਸਾਰੀਆਂ ਚੀਜ਼ਾਂ ਹੀ ਪ੍ਰੋਵਾਈਡ ਕਰਾਂਗੇ ਜਿਹੜਾ ਕੋਈ ਬੱਚਾ ਅਜ ਇੰਸਟਾਗ੍ਰਾਮ ਤੋਂ ਦੇਖ ਕੇ ਮੇਰੀ ਕਲਾਸ ਲਾਉਣ ਆਇਆ ਨਾ ਉਹ ਵੀ ਬਿਲਕੁਲ ਟੈਨਸ਼ਨ ਨਾ ਲਈਓ ਕਿ ਹਾਈ ਸਾਨੂੰ ਨਹੀਂ ਮਿਲੂਗਾ ਅਸੀਂ ਸਾਰੇ ਬੱਚਿਆਂ ਨੂੰ ਪ੍ਰੋਵਾਈਡ ਕਰਾਂਗੇ ਭਾਵੇਂ ਕਿਸੇ ਬੱਚੇ ਨੇ ਕੱਲ ਤੋਂ ਕਲਾਸ ਲਾਉਣੀ ਹੈ ਨਹੀਂ ਲਾਉਣੀ ਹੈ ਵੀ ਆਰ ਪ੍ਰੋਵਾਈਡਿੰਗ ਯੂ ਠੀਕ ਹੈ ਹੁਣ ਅਸੀਂ ਤੁਹਾਨੂੰ ਇਹ ਦੱਸਾਂਗੇ ਕਿ ਕਿਹੜਾ ਮੋਡਿਊਲ ਉਹਦੀ ਟੋਟਲ ਕਿੰਨੀਆਂ ਟਾਈਪਸ ਤੇ ਕਿਹੜੇ ਮੋਡਿਊਲ ਦੇ ਕਿੰਨੇ ਬੈਂਡ ਤੇ ਇਹ ਵੀ ਗੱਲ ਯਾਦ ਰੱਖਿਓ ਜੇ ਬੈਂਡ ਆਉਣਗੇ ਤਾਂ ਬੈਂਡ ਵੱਜਣਗੇ ਤੁਸੀਂ ਸਮਝ ਰਹੇ ਹੋ ਨਾ ਇਹ ਗੱਲ ਮਨੀਸ਼ਾ ਹਾਂ ਦੇਖੋ ਆਈਫੋਨ ਵਾਲੇ ਸਰਦਾਰ ਜੀ ਸਮਝ ਗਏ ਹਨਾ ਸ਼ਾਦੀ ਹਾਂ ਇਹ ਸ਼ਾਦੀ ਵੀ ਬੈਂਡਾਂ ਦੀ ਸਿਰਤੀ ਚਲਦੀ ਹੈ ਨਾ ਦੇ ਹਾਂ ਦੇ ਕਾਜਿਲ ਕਹਿੰਦੇ ਫਿਰ ਮਤਲਬ ਅੱਜ ਤੱਕ ਗੱਲਾਂ ਮਾਹੌਲ ਦੀਆਂ ਨੇ ਹਨਾ ਤਾਂ ਆਓ ਅਸੀਂ ਤਾਂ ਡਿਸਕਸ ਕਰੀਏ ਕਿ ਕਿਹੜੇ ਤਰੀਕੇ ਨਾਲ ਕਿਹੜਾ ਮੋਡਿਊਲ ਕੀ ਚ ਜਰ ਰੱਖੀ ਫਿਰਦਾ ਕਿੰਨੀਆਂ ਟਾਈਪਸ ਨੇ ਤੁਹਾਡੇ ਅਸੀਂ ਦਿਮਾਗ ਨੂੰ ਪਾਗਲ ਨਹੀਂ ਕਰਾਂਗੇ ਅਸੀਂ ਇਹਨੂੰ ਸਖਾਵਾਂਗੇ ਇਹਨੂੰ ਪਾਲਿਸ਼ ਕਰਾਂਗੇ ਲੁੱਕ ਸਭ ਤੋਂ ਪਹਿਲੇ ਨੰਬਰ ਤੇ ਜੇ ਅਸੀਂ ਗੱਲ ਕਰਦੇ ਹਾਂ ਸਪੀਕਿੰਗ ਦਾ ਸੈਕਸ਼ਨ ਹੈ ਜਿਹੜਾ ਨਾਰਮਲੀ ਸਪੀਕਿੰਗ ਜਦੋਂ ਸਪੀਕਿੰਗ ਮੋਡਿਊਲ ਦੀ ਗੱਲ ਆਊਗੀ ਨਾ ਤਾਂ ਸਪੀਕਿੰਗ ਦੇ ਵਿੱਚ ਜਿਹੜੀਆਂ ਟੋਟਲ ਟਾਈਪਸ ਹੋਣਗੀਆਂ ਉਹ ਅਰਾਊਂਡ ਸਾਡੇ ਕੋਲ ਹੋਣਗੀਆਂ ਲਾਈਕ ਦੇਖੋ ਇਟਸ 1 2 3 4 5 ਮੀਨਸ ਵੀ ਆਰ ਫਾਈਨਡਿੰਗ 5 ਟਾਈਪਸ ਇਨ ਸਪੀਕਿੰਗ ਜਿਹੜਾ ਸਪੀਕਿੰਗ ਦਾ ਤੁਹਾਡਾ ਪੇਪਰ ਹੋਣਾ ਹੈ ਨਾ ਉਹਦੇ ਟੋਟਲ ਪੰਜ ਟਾਈਪ ਹੋਣਗੀਆਂ ਪੰਜੇ ਟਾਈਪ ਪੇਪਰ ਦੇ ਵਿੱਚ ਤੁਹਾਨੂੰ ਫੇਸ ਕਰਨੀਆਂ ਪੈਣਗੀਆਂ ਕਿਵੇਂ ਸੋਲਵ ਕਰਨੀਆਂ ਕਿਹੜੀ ਟਾਈਪ ਦੇ ਵੱਧ ਸਕੋਰ ਹੈ ਕਿਹੜੀ ਟਾਈਪ ਦਾ ਘੱਟ ਸਕੋਰ ਹੈ ਕਿੰਨੇ ਹੈ ਐਗਜ਼ਾਮਪਲ ਦੇ ਤੌਰ ਤੇ ਦੱਸਦੇ ਆ ਲੁੱਕ ਸਭ ਤੋਂ ਪਹਿਲੇ ਨੰਬਰ ਤੇ ਹੈਗਾ ਰੀਡ ਅਲਾਉਡ ਰੀਡ ਅਲਾਉਡ ਦੇ ਵਿੱਚ ਨਵਨੀਤ ਇਹਨਾਂ ਨੂੰ ਦੱਸੋ ਕਿ ਆਪਾਂ ਕੀ ਕੀ ਚੀਜ਼ਾਂ ਐਗਜ਼ਾਮਪਲ ਦੇ ਤੌਰ ਤੇ ਵੀ ਅਸੀਂ ਕੀ ਕਰਾਂਗੇ ਰੀਡ ਅਲਾਉਡ ਦੇ ਵਿੱਚ ਕੀ ਹੁੰਦਾ ਸਾਨੂੰ ਨਾ ਇੱਕ ਸਟੇਟਮੈਂਟ ਦਿੱਤੀ ਜਾਂਦੀ ਆ ਠੀਕ ਹੈ ਅਸੀਂ ਉਹ ਸਟੇਟਮੈਂਟ ਨੂੰ ਮਾਈਕ ਤੇ ਬੋਲਣਾ ਹੁੰਦਾ ਤੇ ਸਾਡੀ ਉਹਦੇ ਵਿੱਚ ਫਲੂਐਂਸੀ ਪਰਨੰਸੀਏਸ਼ਨ ਕੰਟੈਂਟ ਸਭ ਕੁਝ ਚੈੱਕ ਕੀਤਾ ਜਾਂਦਾ ਉਹਦੇ ਬੇਸਿਸ ਤੇ ਸਾਨੂੰ ਉਹਦੇ ਚ ਸਕੋਰ ਮਿਲਦਾ ਮਤਲਬ ਬਹੁਤ ਸੌਖੀ ਜੀ ਗੱਲ ਹੈ ਤੁਹਾਡੇ ਅੱਗੇ ਇੱਕ ਲਾਈਨ ਲਿਖੀ ਹੋਣੀ ਹੈ ਇੱਕ ਲਾਈਨ ਲਿਖੀ ਹੋਣੀ ਹੈ ਬਸ ਤੁਸੀਂ ਉਹਨੂੰ ਬਹੁਤ ਇੱਕ ਟਾਈਮ ਚੱਲ ਰਿਹਾ ਹੋਗਾ ਵੀ ਇੰਨੇ ਟਾਈਮ ਦੇ ਵਿੱਚ ਵਿੱਚ ਆ ਲਾਈਨ ਪੂਰੀ ਕਰਕੇ ਪੜ ਕੇ ਸੁਣਾਓ ਸਿਰਫ ਆਪਾਂ ਨੇ ਸਿਰਫ ਉਹਨੂੰ ਦੇਖ ਕੇ ਬੋਲਣਾ ਜੇ ਜਿਹੜੀ ਚੀਜ਼ ਸਹੀ ਬੋਲੋਗੇ ਉਹਦਾ ਬੈਂਡ ਆਊਗਾ ਜਿਹੜੀ ਗਲਤ ਬੋਲੋਗੇ ਉਹਦਾ ਨਹੀਂ ਆਊਗਾ ਅਸੀਂ ਇਹ ਨਹੀਂ ਹੈਗਾ ਕਿ ਅਸੀਂ ਤੁਹਾਨੂੰ ਕੱਲਾ ਦੱਸ ਕੇ ਫਿਨਿਸ਼ ਕਰ ਦਾਂਗੇ ਜਦੋਂ ਅਸੀਂ ਤੁਹਾਨੂੰ ਸਪੀਕਿੰਗ ਦਾ ਪੜਾਵਾਂਗੇ ਅਸੀਂ ਤੁਹਾਨੂੰ ਰੀਡ ਅਲੌਡ ਕੱਢ ਕੇ ਦਿਖਾਵਾਂਗੇ ਅਸੀਂ ਇੱਥੇ ਬੱਚਿਆਂ ਨੂੰ ਵੀ ਕਹਾਂਗੇ ਵੀ ਬੋਲ ਕੇ ਦੇਖੋ ਪ੍ਰੈਕਟਿਸ ਕਰਕੇ ਦੇਖੋ ਅਸੀਂ ਤੁਹਾਨੂੰ ਸਿਖਾਵਾਂਗੇ ਕਿ ਕਿਸ ਤਰੀਕੇ ਨਾਲ ਪ੍ਰੈਕਟਿਸ ਕਰਨੀ ਹੈ ਕਿਥੇ ਪਾਉਜ਼ ਲੈਣਾ ਕਿਥੇ ਨਹੀਂ ਲੈਣਾ ਮਤਲਬ ਲੰਬੀ ਸਾਰੀ ਲਾਈਨ ਹੋ ਗਈ ਜਿਵੇਂ ਉੱਚ ਲਿਖਿਆ ਹੋਗਾ ਵੀ देयर आर ਮਨੀ ਪੀਪਲ ਹੂ ਵਾਟ ਟੂ ਸਪੀਕ ਇਨ ਇੰਗਲਿਸ਼ ਲੈਂਗੁਏਜ ਬਟ ਮਨੀ ਆਫ ਦ ਪੀਪਲ ਹੂ ਆਰ ਫੇਸਿੰਗ ਦ ਪ੍ਰੋਬਲਮ ਸੋ ਮਤਲਬ ਜਿੱਥੇ ਜਿੱਥੇ ਤੁਹਾਡੇ ਸਹੀ ਸ਼ਬਦ ਨੇ ਉਹਦੇ ਗੁੱਡ ਬੈਂਡ ਨੇ ਜਿੱਥੇ ਸਹੀ ਸ਼ਬਦ ਨਹੀਂ ਉਹਦੇ ਗੁੱਡ ਬੈਂਡ ਨਹੀਂ ਹੈਗੇ ਤੇ ਇਹ ਗੱਲ ਯਾਦ ਰੱਖਿਓ ਕਿ ਜਿਹੜਾ ਰੀਡ ਅਲੌਡ ਹੈ ਨਾ ਉੱਚੀ ਉੱਚੀ ਸੈਂਟੈਂਸ ਬੋਲਣੇ ਨੇ ਤਾਂ ਨੇ ਇਹਦੇ ਟੋਟਲ ਹੈਗੇ ਨੇ 44 ਮਾਰਕਸ 44 ਨੰਬਰ ਪੜੀਕਾ ਕਮਾਲ ਦੀ ਗੱਲ ਪਤਾ ਕੀ ਹੈਗਾ ਪ੍ਰਜਾਪਤੀ 44 ਦੇ ਵਿੱਚੋਂ ਸਪੀਕਿੰਗ ਦੇ ਵਿੱਚ ਇਹਦੇ 22 ਨੰਬਰ ਜੁੜਨਗੇ ਪਲੱਸ ਇਹ ਨੰਬਰ ਰੀਡਿੰਗ ਦੇ ਵਿੱਚ ਵੀ 22 ਹੀ ਜੁੜਨਗੇ ਮਤਲਬ ਕੀ ਹੈ ਕਿ ਤੁਸੀਂ ਮੋਡਿਊਲ ਤਾਂ ਦਿੱਤਾ ਸਪੀਕਿੰਗ ਦਾ 22 ਨੰਬਰ ਚਲੇਗੇ ਰੀਡਿੰਗ ਚ 22 ਨੰਬਰ ਰੀਡਿੰਗ ਦੇ 22 ਨੰਬਰ ਸਪੀਕਿੰਗ ਦੇ ਟੋਟਲ ਹੈਗੇ ਨੇ 44 ਨੰਬਰ ਇਹਦੇ ਤੁਸੀਂ ਕਹੋਗੇ ਵੀ ਸਾਰੇ ਸਿਰ ਰੀਡਿੰਗ ਮੋਡਿਊਲ ਦਾ ਛੇੜਿਆ ਹੀ ਨਹੀਂ ਹੈਗਾ ਹਾਂ ਰੀਡਿੰਗ ਨਹੀਂ ਛੇੜਿਆ ਕੱਲੀ ਸਪੀਕਿੰਗ ਦੇ ਕਲਸੀ ਸਾਹਿਬ ਅਸੀਂ ਲਾਈਨਾਂ ਬੋਲੀਆਂ ਤੇ ਜਿੰਨੀਆਂ ਕ ਵਧੀਆ ਬੋਲੀਆਂ ਅੱਦੇ ਬੈਂਡ ਸਪੀਕਿੰਗ ਨੂੰ ਮਿਲ ਗਏ ਅੱਦੇ ਬਾਗੇ ਤੁਹਾਡੇ ਰੀਡਿੰਗ ਨੂੰ ਗੱਲ ਖਤਮ ਪਹਿਲੀ ਟਾਈਪ ਦੇ ਦੂਜੀ ਟਾਈਪ ਦੂਜੀ ਕਿਹੜੀ ਟਾਈਪ ਹੈ ਦੂਜੀ ਟਾਈਪ ਇਸ ਕਾਲਡ ਰਿਪੀਟ ਸੈਂਟੈਂਸ ਜੀ ਰਿਪੀਟ ਸੈਂਟੈਂਸ ਚ ਕੀ ਹੋਏਗਾ ਉਹ ਆਪਾਂ ਨੂੰ ਇੱਕ ਇੰਗਲਿਸ਼ ਦਾ ਸੈਂਟੈਂਸ ਬੋਲਣਗੇ ਆਪਾਂ ਸੁਣਾਂਗੇ ਆਫਟਰ ਥੈਟ ਕੀ ਕਰਾਂਗੇ ਆਪਾਂ ਉਸੇ ਸੈਂਟੈਂਸ ਨੂੰ ਉਹਨਾਂ ਵਾਂਗੂ ਬੋਲ ਕੇ ਦਿਖਾਵਾਂਗੇ ਜਿੰਨਾ ਬੋਲਿਆ ਗਿਆ ਠੀਕ ਆ ਜਿਹੜਾ ਰਹਿ ਗਿਆ ਉਹਦੀ ਕੋਈ ਪ੍ਰੋਬਲਮ ਨਹੀਂ ਆ ਉਸੇ ਹਿਸਾਬ ਨਾਲ ਸਾਨੂੰ ਬੈਂਡ ਆ ਜਾਣਗੇ ਇਸ ਚੀਜ਼ ਦੇ 52 ਨੰਬਰ ਨੇ 32 ਨੰਬਰ ਸਾਡੇ ਸਪੀਕਿੰਗ ਨੇ ਜੁੜਨਗੇ ਤੇ ਚੁੱਪ ਕਰਕੇ ਇਹ 20 ਨੰਬਰ ਲਿਸਨਿੰਗ ਦੇ ਚੱਲ ਜਾਣਗੇ ਮਤਲਬ ਇੱਕ ਗੱਲ ਹੋ ਰਿਹਾ ਕਿ ਕਿਸੇ ਨੂੰ ਇਹ ਹੋਵੇ ਹਾਏ ਸਾਰਾ ਕਿਤਾਬ ਰੱਖਣਾ ਪਊਗਾ ਤੁਹਾਨੂੰ ਕੁਝ ਨਹੀਂ ਰੱਖਣਾ ਪਊ ਇਹਨਾਂ ਨੇ ਆਪੇ ਫੇਸ ਦੇਨੇ ਨੇ ਜਿਹਦੇ ਜਿਹੜੇ ਭੇਜਣੇ ਨੇ ਮਤਲਬ ਦੇਖੋ ਪਹਿਲੀ ਚੀਜ਼ ਕੀ ਸੀ ਸਾਡੇ ਕੋਲੇ ਅਸੀਂ ਰੀਡ ਅਲਾਉਡ ਕਰ ਰਹੀ ਸੀ ਜੋ ਜੋ ਲਿਖਿਆ 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 ਪੜ੍ਹ ਰਹੇ ਪੜ੍ਹ ਰਹੇ ਪੜ੍ਹ ਰਹੇ ਠੀਕ ਹੈ ਦੂਜੀ ਰਿਪੀਟ ਸੈਂਟੈਂਸ ਰਿਪੀਟ ਸੈਂਟੈਂਸ ਦੇ ਵਿੱਚ ਪਤਾ ਕੀ ਆ ਕੋਪੇ ਲੱਗ ਰਹੇ ਨੇ ਠੀਕ ਹੈ ਉਸ ਤੋਂ ਉਹਨੇ ਇੱਕ ਲਾਈਨ ਬੋਲੀ ਲਾਈਨ ਅਸੀਂ ਨੇ ਲਾਈਨ ਸੁਣੀ ਵੀ ਤੇ ਰਰ ਮੈਨੀਪੂਲੇਟ ਠੀਕ ਜੋ ਸਨ ਸੁਣਿਆ ਠੀਕ ਉਸ ਤੋਂ ਬਾਅਦ ਕੰਪਿਊਟਰ ਕਹਿੰਦਾ ਵੀ ਦੱਸ ਤੈਨੇ ਕੀ ਸੁਣਿਆ ਹੁਣ ਮੰਨ ਕੇ ਚੱਲੋ ਕਿਸੇ ਬੱਚੇ ਤੋਂ ਉਹ ਲਾਈਨ ਦੇ ਮਤਲਬ 20 ਸ਼ਬਦ ਸੀ 20 ਦੇ ਵਿੱਚੋਂ ਉਹਨਾਂ ਤਾਂ ਪੰਜ ਕ ਸ਼ਬਦ ਆਏ ਉਹ ਵੀ ਟੁੱਟੇ ਭੱਜ ਕੁਝ ਕੁਝ ਸਮਝ ਆ ਗਿਆ ਉਹ ਜਿਹੜੇ ਮਰਜ਼ੀ ਟੁੱਟੇ ਭੱਜੇ ਬੋਲਦੇ ਜੇ ਉਹਨੇ ਉਸ ਲਾਈਨ ਦੇ ਉਹ ਸ਼ਬਦ ਬੋਲੇ ਉਹਦੇ ਨੰਬਰ ਮਿਲਣਗੇ ਕੋਈ ਗ੍ਰਾਮਰ ਨਹੀਂ ਕੋਈ ਸੈਂਟੈਂਸ ਨੂੰ ਨਹੀਂ ਕੁਝ ਨਹੀਂ ਜੋ ਸੁਣਿਆ ਉਹਦੇ ਤੁਹਾਨੂੰ ਨੰਬਰ ਮਿਲਨੇ ਆ ਇਹ ਰੂਲ ਆ ਜਿੰਨੇ ਸਹੀ ਬੋਲ ਦੋਗੇ ਉਹਨੇ ਬੰਟ ਜਿਆਦਾ ਆ ਜਾਣਗੇ ਜਿੰਨੇ ਗਲਤੀਆਂ ਕਰੋਗੇ ਤਾਂ ਘਟ ਰਏਗਾ ਮਤਲਬ ਬਹੁਤ ਔਖੀ ਜੀ ਕਹਿੰਦਾ ਕਿ ਜੋ ਤੁਸੀਂ ਸੁਣ ਰਹੇ ਹੋ ਉਹਨੂੰ ਯਾਦ ਰੱਖਣਾ ਪੋਗਾ ਵਿਚਨੇ ਆ ਬੋਲਿਆ ਬੋਲੇ ਓਕੇ ਠੀਕ ਹੈ ਉਸ ਦਾ ਤੁਸੀਂ ਬੋਲਣੇ ਤੇ ਸਭ ਤੋਂ ਕਮਾਲ ਦੀ ਗੱਲ ਕੀ ਹੈ ਕਿ ਅਸੀਂ ਇਹ ਸਾਰੀਆਂ ਚੀਜ਼ਾਂ ਦੀ ਪ੍ਰੈਕਟਿਸ ਕਰਨ ਦੇ ਲਈ ਤੁਹਾਨੂੰ 2 ਮਹੀਨੇ ਦੀ ਆਈਡੀ ਦੇ ਰਹੇ ਹਾਂ 15 ਦਿਨ ਪੜ੍ਹਾਵਾਂਗੇ ਤੇ ਡੇਡ ਮਹੀਨਾ ਕਰੇ ਬੈਠਾ ਜਿੰਨਾ ਮਰਜੀ ਪ੍ਰੈਕਟਿਸ ਕਰਕੇ ਆਉਂਦਾ ਪੇਪਰ ਦੇਉ ਤੇ ਕੋਈ ਪੈਸਾ ਐਕਸਟਰਾ ਨਹੀਂ ਲੈਂਦੇ ਸੀ ਇਹ ਸਭ ਕੁਝ ਅਸੀਂ ਜਿਸ ਦਿਨ ਸਪੀਕਿੰਗ ਦੀ ਕਲਾਸ ਹੋਊਗੀ ਸਭ ਕੁਝ ਅਸੀਂ ਤੁਹਾਨੂੰ ਪਹਿਲਾਂ ਆਪ ਕਰਕੇ ਦਿਖਾਵਾਂਗੇ ਹੁਣ ਇਹ ਨਹੀਂ ਹੈਗਾ ਮੰਨ ਕੇ ਚਲੋ ਜੀ ਮੈਂ ਰੀਡ ਅਲਾਉਡ ਹੈ ਤੁਸੀਂ ਕਹੋਗੇ ਵੀ ਸਰ ਇੰਨਾ ਕੀ ਦੱਸੋਗੇ ਨਹੀਂ ਅਸੀਂ ਰੀਡ ਅਲਾਉਡ ਨਹੀਂ ਟਾਈਪ ਕੰਡਾਂਗੇ ਅਸੀਂ ਸਮਝਾਵਾਂਗੇ ਵੀ ਐਵੇਂ ਬੋਲਣਾ ਐਵੇਂ ਕਰਨਾ ਹੈ ਜੋ ਜਿਹੜੇ ਸੈਂਟੈਂਸ ਰਿਪੀਟ ਕਰ ਰਹੇ ਨੇ ਅਸੀਂ ਸਖਾ ਮੰਗੇ ਜੀ ਇਹ ਸਾਡੀ ਇੰਟਰੋਡਕਸ਼ਨ ਕਲਾਸ ਹੈ ਇਹਦੇ ਵਿੱਚ ਅਸੀਂ ਸਿਰਫ ਬੇਸਿਕਸ ਗੱਲਾਂ ਕਰਦੇ ਆ ਅਸੀਂ ਤੁਹਾਨੂੰ ਇਹ ਦੱਸ ਰਹੇ ਹਾਂ ਕਿ ਆਪਾਂ ਜਿਹੜੇ ਰਾਸਤੇ ਤੇ ਜਾਵਾਂਗੇ ਉਹ ਰਸਤਾ ਕਿਹੜਾ ਹੋਗਾ ਦੈਟਸ ਇਟ ਜੀ ਮਤਲਬ ਬੜਾ ਕਲੀਅਰ ਹੈਗਾ ਅਸੀਂ ਕੱਲੀ ਕੱਲੀ ਟਾਈਪ ਨੂੰ ਤੁਹਾਡੇ ਅੱਗੇ ਕਲੀਅਰ ਕਰਕੇ ਰੱਖਾਂਗੇ ਵੀ ਇਹਨੂੰ ਐਵੇਂ ਨਹੀਂ ਨੂੰ ਐਵੇਂ ਹਰ ਇੱਕ ਚੀਜ਼ ਨੂੰ ਸੋਲਵ ਕਰਨ ਦੀ ਜ਼ਿੰਮੇਵਾਰੀ ਸਾਡੀ ਫਿਰ ਤਾਂਹੀਂ ਤਾਂ ਗੱਲਾਂ ਹੋਣਗੀਆਂ ਨਾ ਵੀ ਕੋਈ ਪੀਟੀ ਪੜਾਉਂਦਾ ਹੈਗਾ ਜੇ ਐਂ ਹਵਾ ਚ ਤੁੱਕ ਮਾਰਦਾ ਸਾਗਰ ਜੀ ਮੈਂ ਔਰ ਬੀਚ ਤੇ ਬਹਿ ਕੇ ਲਾ ਰਹੇ ਆ ਕਲਾਸ ਦੇਖੋ ਚੱਲ ਮੋੜ ਆਵਾਜ਼ ਜੀ ਬਾਤ ਕਿਦਾਂ ਰਾਤ ਹੋਈ ਨਾ ਸਾਡੇ ਹਲੇ ਦੁਪਹਿਰ ਆ ਹਾਂ ਅਰਪਾ ਵੀ ਸਾਰੀ ਰਾ ਸਾਡੇ ਕੋਲ ਕਲਾਸ ਲਈ ਚਲੋ ਸਾਡੇ ਕੋਲ ਦੁਪਹਿਰੇ ਰਹਿਣੀ ਹੈ ਹਾਂ ਅਰਪਾ ਦੇ 12 ਵਜੇ ਵੀ ਦੁਪਹਿਰ ਹੀ ਹੋਣੀ ਹੈ ਪਰ ਅਸਲ ਦੇ ਵਿੱਚ ਨਾ ਕਹਿੰਦੇ ਹੁੰਦੇ ਨੇ ਵੀ ਜੋ ਚੀਜ਼ ਕਹਿੰਦੇ ਹੁੰਦੇ ਨੇ ਵੀ ਆ ਦਿਖਤਾ ਹੈ ਉਹ ਜ਼ੀਰਾ ਪੜਾ ਹੋਇਆ ਦੁਪਹਿਰ ਕਿਥੇ ਵਾ ਗਈ ਇਹਨੂੰ ਮੋੜੋ ਹਾਂ ਮਤਲਬ ਸਭ ਠੀਕ ਹੁੰਦਾ ਹੈਗਾ ਸੋਸ਼ਲ ਮੀਡੀਆ ਤੇ ਆਈ ਕੁਝ ਹੈ ਚਲੋ ਦੋ ਟਾਈਪ ਹੋ ਗਈਆਂ ਰੀਡ ਅਲੌਡ ਰਿਪੀਟ ਸੈਂਟੈਂਸ ਦੋ ਚੀਜ਼ਾਂ ਤੀਜੀ ਆ ਡਿਸਕ੍ਰਾਈਬ ਇਮੇਜ ਤੇ ਇਹਦੇ 22 ਨੰਬਰ ਨੇ ਤੇ 22 ਦੇ 22 ਕੱਲੇ ਸਪੀਕਿੰਗ ਦੇ ਨੇ ਸ਼ੁਕਰ ਹੈ ਇਹਦੇ ਇਹਨੂੰ ਮਿਲ ਗਏ ਕੱਲੇ ਹਨਾ ਡਿਸਕ੍ਰਾਈਬ ਇਮੇਜ ਉਹਦੇ ਚ ਸਾਨੂੰ ਇੱਕ ਇਮੇਜ ਦਿੱਤੀ ਤੇ ਆਪਾਂ ਉਹਨੂੰ ਡਿਸਕ੍ਰਾਈਬ ਕਰਨਾ ਵੀ ਇਹਦੇ ਚ ਕਿਹੜੇ ਕਲਰਸ ਆ ਕਿੰਨੇ ਕਿਹੜੇ ਵਰਡਸ ਆ ਕਿਹੜੇ-ਕਿਹੜੇ ਨੰਬਰਸ ਆ ਉਹਦੇ ਲਈ ਇੱਕ ਪਾਰਟਿਕੂਲਰ ਟੈਂਪਲੇਟ ਅਸੀਂ ਆਪਣਾ ਲਿਖਿਆ ਹੋਇਆ ਤੁਹਾਨੂੰ ਦਵਾਂਗੇ ਤੁਸੀਂ ਬਸ ਚੀਜ਼ਾਂ ਚੱਕ ਕੇ ਫਿਕਸ ਕਰਨੀਆਂ ਨੇ ਆਵਦੀ ਰਿਕੁਆਇਰਮੈਂਟ ਮਤਲਬ ਇਹ ਆ ਕਿ ਜਿਹੜਾ ਡਿਸਕ੍ਰਾਈਬ ਇਮੇਜ ਹੈ ਨਾ ਤੁਹਾਨੂੰ ਇੱਕ ਫੋਟੋ ਦਿਖਾਈ ਜਾ ਰਹੀ ਆ ਮਤਲਬ ਇਹ ਹੈ ਕਿ ਅਸੀਂ ਇੱਕ ਪਿਕਚਰ ਦੇਖ ਰਹੇ ਹਾਂ ਉਹਦੇ ਪਿੱਛੇ ਕੁਝ ਕਲਾਊਡਸ ਬਣੇ ਹੋਏ ਨੇ ਇੱਕ ਟਰੀ ਹੈ ਉਹਦੇ ਲੀਫਸ ਨੇਗੇ ਦੇਖੋ ਵਾਟਰ ਦੀਆਂ ਵੇਵਸ ਨੇਗੀਆਂ ਠੀਕ ਹੈ ਇੱਕ ਬਹੁਤ ਚੰਗੇ ਜਿਹੇ ਸਰ ਅੱਗੇ ਬੈਠੇ ਨੇਗੇ ਤੇ ਇੱਕ ਮੈਡਮ ਠੀਕ ਠਾਕ ਜੀ ਮੈਡਮ ਨੇਗੇ ਹਾਂ ਠੀਕ ਠਾਕ ਮੈਡਮ ਮੈਡਮ ਆਪ ਠੀਕ ਠਾਕ ਮੈਡਮ ਬੈਠੇ ਨੇ ਇਹ ਪਿਕਚਰ ਨੂੰ ਡਿਸਕ੍ਰਾਈਬ ਕਰਨੇ ਦਾ ਤੇ ਜਿੰਨਾ ਵਧੀਆ ਡਿਸਕ੍ਰਾਈਬ ਕਰੋਗੇ ਉਹਨੇ ਵਧੀਆ ਬੈਂਡ ਨੇ ਤੇ ਸਭ ਤੋਂ ਚੰਗੀ ਗੱਲ ਇਹ ਹੈ ਕਿ ਅਸੀਂ ਤੁਹਾਨੂੰ ਇਹਦਾ ਇੱਕ ਸਟਰਕਚਰ ਦੇਵਾਂਗੇ ਕਿ ਤੁਸੀਂ ਕਿਵੇਂ-ਕਿਵੇਂ ਬੋਲਣੇ ਕੀ ਕੀੜੀਆਂ ਲਾਈਨ ਅਪ ਬੋਲਣ ਤੇ ਕੰਪਿਊਟਰ ਵੱਧ ਬੈਂਡ ਦੇਊਗਾ ਹੁਣ ਮੰਨ ਕੇ ਚੱਲੋ ਯਾਰ ਨਾਰਮਲ ਜੀ ਗੱਲ ਆ ਮੇਰਾ ਫੋਨ ਹੈ ਇਹ ਮੇਰਾ ਫੋਨ ਹੈ ਜੇ ਮੈਂ ਦਾ ਪਾਸਵਰਡ ਭੁੱਲ ਜਾ ਮੰਨ ਲਓ ਮੇਰਾ ਪਾਸਵਰਡ ਭੁੱਲ ਜਾ ਮੈਂ ਦੇ ਜਿੰਨੇ ਮਰਜੀ ਤਰਲੇ ਪਾਏ ਜਾਵਾਂ ਵੀ ਮੇਰੇ ਕੋਲੇ ਰਹਿੰਦਾ ਤੇ ਖੁੱਲ ਜਾਵੇ ਇੱਕ ਵਾਰ ਇਹ ਖੁੱਲੂਗਾ ਨਹੀਂ ਖੁੱਲਦਾ ਕਿਉਂਕਿ ਜੇ ਫੀਲਿੰਗ ਹੀ ਨਹੀਂ ਹੈਗੀ ਇਹ ਮਸ਼ੀਨ ਹੈ ਤਾਂ ਸੇਮ ਚੀਜ਼ ਕੀਆ ਜੇ ਮੇਰੀ ਗੱਡੀ ਚ ਤੇਲ ਮੁੱਕ ਜੇ ਤੇ ਮੈਨੂੰ ਕਹੀ ਚੱਲਾਂ ਵੀ ਰੋਜ ਦਾ ਪਿਉਣਾ ਅੱਜ ਥੋੜੀ ਜਿਹੀ ਚੱਲ ਪਏ ਉਹ ਨਹੀਂ ਚੱਲਦੀ ਉਹ ਕਹਿੰਦੀ ਐਸੀ ਤਾਂ ਮੈਨੇ ਕੀ ਲੈਣਾ ਤੂੰ ਜਿਹੜਾ ਮਰਜੀ ਹੈਗਾ ਮਸ਼ੀਨ ਐ ਤਾਂ ਸੇਮ ਬੈਂਡ ਸਪੋਰ ਤੁਹਾਨੂੰ ਪੀਟੀਈ ਮਸ਼ੀਨ ਐ ਉਹਨੂੰ ਕੋਈ ਮਤਲਬ ਨਹੀਂ ਹੈਗਾ ਉਹਦੇ ਅੱਗੇ ਕੋਈ ਬੋੜਾ ਬੈਠੇ ਪੁੜੀ ਬੈਠੇ ਕੋੜਾ ਬੈਠੇ ਕੁੜੀ ਬੈਠੇ ਕੋਈ ਚੱਕਰ ਹੀ ਨਹੀਂ ਹੈਗਾ ਉਹਨੇ ਜਿੰਨੇ ਜੋ ਜਿਹੜਾ ਬੋਲੂਗਾ ਉਹਨੂੰ ਉਹਨੇ ਬੈਂਡ ਮਿਲਣਗੇ ਦੈਟਸ ਇਟ ਠੀਕ ਹੈ ਤਿੰਨ ਚੀਜ਼ਾਂ ਹੋਣੀਆਂ ਰੀਡ ਅਲੌਡ ਰਿਪੀਟ ਸੈਂਟੈਂਸ ਤੇ ਡਿਸਕ੍ਰਾਈਬ ਅ ਇਮੇਜ ਠੀਕ ਹੈ ਚੌਥੀ ਚੀਜ਼ ਕੀ ਟੀ ਬ੍ਰੋ ਦੈਟ ਇਸ ਕਾਲਡ ਅ ਰੀਟੈਲ ਲੈਕਚਰ ਤੇ ਇਹਦੇ 22 ਨੰਬਰ ਨੇ 12 ਨੰਬਰ ਸਪੀਕਿੰਗ ਤੇ ਤੇ 10 ਨੰਬਰ ਲਿਸਨਿੰਗ ਤੇ ਗਏ ਜੀ ਰੀਟੈਲ ਲੈਕਚਰ ਦੇ ਵਿੱਚ ਉਹ ਇੱਕ ਲੈਕਚਰ ਬੋਲਣਗੇ ਆਪਾਂ ਉਹਦੇ ਵਿੱਚੋਂ ਰਾਉਂਡ ਅਬਾਊਟ 15 ਕ ਕੀਵਰਡਸ ਪਿਕ ਕਰਨੇ ਹੁੰਦੇ ਔਰ ਜੋ ਉਹਨਾਂ ਨੇ ਬੋਲਿਆ ਤੇ ਉਸ ਤੋਂ ਬਾਅਦ ਆਪਾਂ ਨੇ ਉਹਨਾਂ ਨੂੰ ਉਹੀ ਲੈਕਚਰ ਬੋਲ ਕੇ ਸੁਣਾਉਣਾ ਹੁਣ ਤੁਸੀਂ ਕਹੋ ਜਿਓ ਵੀ ਐਡਾ ਵੱਡਾ ਲੈਕਚਰ ਅਸੀਂ ਕਿਵੇਂ ਸਖਾ ਮਤਲਬ ਅਸੀਂ ਬੋਲ ਸਕਦੇ ਆ ਉਹ ਅਸੀਂ ਸਿਖਾਵਾਂਗੇ ਮਤਲਬ ਅਸੀਂ ਇਹ ਦੱਸਾਂਗੇ ਕੋਈ ਕੋਈ ਬੰਦਾ ਲੈਕਚਰ ਬੋਲ ਰਿਹਾ ਵੀ ਅੱਜਕੱਲ ਪੋਲੂਸ਼ਨ ਬਹੁਤ ਹੋ ਰਿਹਾਗਾ ਵਹੀਕਲਸ ਚੱਲ ਰਹੇ ਨੇ ਕਿ ਇਹ ਹੋ ਰਿਹਾ ਬਾਹਰੇ ਅਸੀਂ ਤੁਹਾਨੂੰ ਸਿਖਾਵਾਂਗੇ ਕਿ ਉਹ ਜਿਹੜਾ ਲੈਕਚਰ ਬੋਲੂਗਾ ਕਿਵੇਂ ਸੁਣਨਾ ਹੈ ਲੈਕਚਰ ਜਿਹੜਾ ਬੋਲੂਗਾ ਉਹਨੂੰ ਕਿਵੇਂ ਸੁਣਨਾ ਹੈ ਤੇ ਆਪਾਂ ਉਸ ਲੈਕਚਰ ਨੂੰ ਕਿਵੇਂ ਵਾਧ ਡਿਫਾਈਨ ਕਰਾਂਗੇ ਇਹ ਸਾਰੀਆਂ ਚੀਜ਼ਾਂ ਸਾਡੀ ਜ਼ਿੰਮੇਵਾਰੀ ਹੈ ਚਾਰ ਚੀਜ਼ਾਂ ਤੇ ਲਾਸਟ ਜਿਹੜੀ ਪੰਜਵੀਂ ਚੀਜ਼ ਰਹਿ ਗਈ ਬ੍ਰੋ ਉਹ ਰਹਿ ਗਈ ਦੈਟ ਇਜ਼ ਕਾਲਡ ਅ ਅਨਸਰ ਸ਼ਾਰਟ ਕੁਐਸ਼ਨਸ ਜੀ ਇਹ ਕੀ ਹੈ ਸ਼ਾਰਟ ਕੁਐਸ਼ਨਸ ਹੋਏ ਬਿਲਕੁਲ ਸਿੰਪਲ ਸਿੰਪਲ ਜਿਹੇ ਨਾ ਕੁਐਸ਼ਨਸ ਪੁੱਛਦੇ ਆ ਜਿਵੇਂ ਜਿਹੜੇ ਲਾਈਕ ਜਿਵੇਂ ਉਹ ਆਪਾਂ ਨੂੰ ਕਹਿ ਦਿੰਨ ਕਿ ਜਿਹੜੇ ਟੀਥ ਦਾ ਟਰੀਟਮੈਂਟ ਕਰਦੇ ਆ ਉਹ ਕੌਣ ਹੁੰਦੇ ਨੇ ਤਾਂ ਉਹ ਡੈਂਟਿਸਟ ਹੁੰਦੇ ਆ ਹਨਾ ਮਤਲਬ ਇਹ ਜਰਨਲ ਨੋਲੇਜ ਦੀਆਂ ਗੱਲਾਂ ਹੁੰਦੀਆਂ ਕਾਈ ਮਤਲਬ ਕੋਈ ਛੋਟੇ ਮੋਟੇ ਨੇ ਤੇ ਟੋਟਲ 8 ਨੰਬਰਾਂ ਦੇ ਨੇ 2 ਨੰਬਰ ਸਪੀਕਿੰਗ ਦੇ 6 ਨੰਬਰ ਲਿਸਨਿੰਗ ਦੇ ਆ ਸਾਰਾ ਸਪੀਕਿੰਗ ਦਾ ਟੈਸਟ ਹੈ ਮਲਤ ਅਸੀਂ ਤੁਹਾਨੂੰ ਕੀ ਦੱਸਾਂਗੇ ਸਪੀਕਿੰਗ ਦਾ ਜਿਹੜਾ ਟੈਸਟ ਹੈ ਟੋਟਲ ਬ్రో ਇਹਦੇ ਕਿੰਨੇ ਆ ਟਾਈਪਸ ਨੇ ਪੰਜ 1 2 3 4 5 ਤੇ ਇਹ ਪੰਜ ਟਾਈਪ ਕਿਹੜੀਆਂ-ਕਿਹੜੀਆਂ ਨੇ ਅਗੇਨ ਮੈਂ ਤੁਹਾਨੂੰ ਦੱਸਦਾ ਰੀਡ ਅਲੌਡ ਰਿਪੀਟ ਸੈਂਟੈਂਸ ਡਿਸਕ੍ਰਾਈਬ ਇਮੇਜ ਰੀਟੇਲ ਲੈਕਚਰ ਤੇ ਅਨਸਰ ਸ਼ਾਰਟ ਕੁਐਸਚਨ ਅਸੀਂ ਇਹ ਪੰਜ ਦੀਆਂ ਪੰਜ ਟਾਈਪ ਤੁਹਾਨੂੰ ਇੰਨੀਆਂ ਬੈਸਟ ਕਰਾਵਾਂਗੇ ਕਿ ਤੁਹਾਨੂੰ ਇਹ ਲੱਗੂਗਾ ਵੀ ਹਾਂ ਅਸੀਂ ਕੁਝ ਨਵਾਂ ਸਿੱਖਿਆ ਤੁਸੀਂ ਕਿਸੇ ਵੀ ਇੰਸਟੀਚਿਊਟ 'ਚ ਲੱਗੇ ਹੋ ਸਾਨੂੰ ਕੋਈ ਪ੍ਰੋਬਲਮ ਨਹੀਂ ਅਸੀਂ ਕਿਸੇ ਬੱਚੇ ਨੂੰ ਇਹ ਨਹੀਂ ਕਵਾਂਗੇ ਕਿ ਹਟੋ ਪਰ ਅਸੀਂ ਇਹ ਕਵਾਂਗੇ ਕਿ ਸਾਨੂੰ ਕੰਪੇਅਰ ਨਾ ਕਰਿਓ ਵੀ ਸਾਡੀ ਮੈਡਮ ਨੇ ਐ ਕਿਹਾ ਸੀ ਤੁਹਾਡੇ ਸਰ ਨੇ ਐ ਕਿਹਾ ਸੀ ਸਾਨੂੰ ਇਹ ਪਤਾ ਦੋ ਬੀੜੀਆਂ 'ਚ ਪੈਰ ਰੱਖਣ ਵਾਲਾ ਵੀ ਡੁੱਬ ਜਾਂਦਾ ਹੈ ਹਨਾ ਤਾਂ ਮਤਲਬ ਜਿੱਥੇ ਤੁਹਾਨੂੰ ਵਾਧੇ ਸਮਝ ਆਉਗੇ ਉਹਨੂੰ ਫਾਲੋ ਕਰਨੀਓ ਉਹ ਮੈਂ ਹੋਇਆ ਉਹ ਕੋਈ ਹੋਇਆ ਅਸੀਂ ਕਦੇ ਨਹੀਂ ਕਿਸੇ ਨੂੰ ਕਹਾਂਗੇ ਵੀ ਕੋਈ ਕਿਧਰੋਂ ਕੀ ਕਰੇ ਪਰ ਫਾਲੋ ਇੱਕ ਸਟਰਕਚਰ ਕਰਨੀਓ ਕਿਉਂਕਿ ਉਹ ਤੁਹਾਨੂੰ ਪੇਪਰਾਂ 'ਚੋਂ ਪਾਸ ਕਰਵਾ ਦੂਗਾ ਅਦਰਵਾਇਜ਼ ਔਖਾ ਹੈਗਾ ਠੀਕ ਹੈ ਹੁਣ ਆਪਾਂ ਨੂੰ ਇੱਕ ਚੀਜ਼ ਪਤਾ ਲੱਗੀ ਕਿ ਸਪੀਕਿੰਗ ਦੇ ਟੋਟਲ ਇੰਨੀਆ ਟਾਈਪ ਨੇ ਇੰਨੇ ਨੇ ਨੰਬਰ ਨੇ ਆਹ ਨੰਬਰ ਸਪੀਕਿੰਗ ਨੂੰ ਜਾਣਗੇ ਆਹ ਲਿਸਨਿੰਗ ਨੂੰ ਤੇ ਆਹ ਰੀਡਿੰਗ ਜੀ ਜਿਹੜਾ ਰਾਈਟਿੰਗ ਦਾ ਸੈਕਸ਼ਨ ਹੈ ਜਿਹੜਾ ਮੋਡਿਊਲ ਨੰਬਰ 2 ਹੈ ਸਾਡਾ ਰਾਈਟਿੰਗ ਹੈਗਾ ਉਹ ਚ ਅਸੀਂ ਦੋ ਚੀਜ਼ਾਂ ਦੇਖ ਰਹੇ ਹਾਂਗੇ ਨੰਬਰ 1 ਇਜ਼ ਅ ਸਮਰਾਈਜ਼ਡ ਰਿਟਨ ਟੈਸਟ ਇਹ ਹੈਗੀ ਹੈ 20 ਨੰਬਰ ਦੀ 10 ਨੰਬਰ ਇਹਦੇ ਰਾਈਟਿੰਗ ਦੇ 10 ਨੰਬਰ ਇਹਦੇ ਰੀਡਿੰਗ ਦੇ ਜੀ ਸਮਰਾਈਜ਼ ਦੇ ਵਿੱਚ ਕੀ ਹੋਇਆ ਸਾਨੂੰ ਇੱਕ ਟਾਪਿਕ ਦਿੱਤਾ ਜਾਊਗਾ ਉਹ ਕਾਈਂਡ ਆਫ ਹੋਏਗਾ 150 ਵਰਡਸ ਦਾ ਹੋ ਸਕਦਾ 200 ਵਰਡਸ ਦਾ ਹੋ ਸਕਦਾ ਆਪਾਂ ਉਹਨੂੰ ਵੈਸੇ ਉਹਨਾਂ ਨੇ 70 ਦੀ ਲਿਮਿਟ ਦਿੱਤੀ ਹੁੰਦੀ ਆ ਪਰ ਅਸੀਂ ਤਾਂ ਉਹਨੂੰ 60 65 ਤੱਕ ਬਣਾਉਣਾ ਸਿਖਾਵਾਂਗੇ ਬਸ ਉਹਨੂੰ ਛੋਟਾ ਕਰਕੇ ਲਿਖਣਾ ਮਤਲਬ ਇਹ ਹੈ ਕਿ ਤੁਹਾਡੇ ਅੱਗੇ ਇੱਕ ਬਹੁਤ ਵੱਡਾ ਪੈਰਾਗ੍ਰਾਫ ਲਿਖਿਆ ਹੋਇਆ ਹੈ ਤੁਸੀਂ ਇਹ ਦੇਖਣਾ ਕਿ ਉਸ ਵੱਡੇ ਪੈਰਾਗ੍ਰਾਫ ਦੇ ਵਿੱਚੋਂ ਅਸੀਂ ਕਿੰਨੀਆਂ ਲਾਈਨਾਂ ਕੱਟ ਕੇ ਛੋਟਾ ਪੈਰਾਗ੍ਰਾਫ ਬਣਾ ਸਕਦੇ ਹਾਂ ਤੁਸੀਂ ਜਿੰਨਾ ਉਹ ਲਾਈਨਾਂ ਨੂੰ ਛੋਟਾ ਕੱਟ ਕੇ ਵਧੀਆ ਪੈਰਾਗ੍ਰਾਫ ਬਣਾਉਂਗੇ ਉਨਨੇ ਤਾਂ ਦੇ ਵਧੀਆ ਬੈਂਡ ਆਣਗੇ ਆਪਦੇ ਕੋਲ ਕੁਝ ਨਹੀਂ ਲਿਖਣਾ ਸਭ ਕੁਝ ギਵਨ ਆ ਬਸ ਆਪ ਦੇਖ ਕੇ ਟਾਈਪ ਕਰਨਾ ਬਸ ਅਸੀਂ ਤੁਹਾਨੂੰ ਉਹਦੇ ਵਿੱਚ ਕਨੈਕਟਰਸ ਵਗੈਰਾ ਲਾਉਣਾ ਸਿਖਾਵਾਂਗੇ ਵੀ ਉਹ ਲੰਬਾ ਸਿੰਗਲ ਸੈਂਟੈਂਸ ਵਿੱਚ ਕਿਵੇਂ ਬਣਾਵਾ ਮਤਲਬ ਅਸੀਂ ਤੁਹਾਨੂੰ ਇਹ ਸਮਝਾਉਣਾ ਚਾਹਾਂਗੇ ਕਿ ਜਿਹੜਾ ਬੱਚਾ ਕਿਸ ਤਰੀਕੇ ਨਾਲ ਮਤਲਬ ਕੀ ਹੈ ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਕਿਹੜਾ ਬੱਚਾ ਉਹ ਜਿਹੜਾ ਰਾਈਟਿੰਗ ਦਾ ਸਟਰਕਚਰ ਹੈ ਉਹ ਸਮਰਾਈਜ਼ ਕਿਵੇਂ ਕਰੂਗਾ ਉਹਨੂੰ ਸ਼ਾਰਟ ਦੇ ਵਿੱਚ ਕਿਵੇਂ ਕਰੂਗਾ ਐਂਡ ਵੀ ਵਿਲ ਡੈਫੀਨਿਟਲੀ Let you know ਮਤਲਬ ਅਸੀਂ ਤੁਹਾਨੂੰ ਇਹ ਚੀਜ਼ ਦੱਸਾਂਗੇ ਕਿ ਕੌਣ ਬੱਚਾ ਕਿਹੜੀ ਚੀਜ਼ ਨੂੰ ਕਿਸ ਲੈਵਲ ਤੇ ਜਾ ਕੇ ਲਿਖੂਗਾ ਠੀਕ ਹੈ ਠੀਕ ਹੈ ਚਲੋ ਓਕੇ ਨੈਕਸਟ ਨੈਕਸਟ ਚੀਜ਼ ਆ ਥੈਟ ਇਜ਼ ਕਾਲਡ ਇੱਕ ਤਾਂ ਸਮਰਾਈਜ਼ ਹੈ ਬੱਡੇ ਨੂੰ ਛੋਟਾ ਲਿਖਣਾ ਤੇ ਇੱਕ ਹੈਗਾ ਏਸੇ ਦਾ ਰਾਈਟਿੰਗ ਏਸੇ ਰਾਈਟਿੰਗ ਇਹ 12 ਨੰਬਰ ਦਾ ਹੈ ਤੇ 12 ਦੇ 12 ਰਾਈਟਿੰਗ ਦੇ ਨਹੀਂ ਦੇ ਹਾਂਜੀ ਇਹਦੇ ਚ ਇੱਕ ਟਾਪਿਕ ਦਿੱਤਾ ਜਾਊਗਾ ਉਹਨੂੰ ਕੀ ਹੈ ਤੁਸੀਂ ਪੂਰਾ ਟਾਈਪ ਕਰਨਾ ਪਰ ਅਸੀਂ ਸਭ ਕੁਝ ਤੁਹਾਨੂੰ ਦਵਾਂਗੇ ਤੁਸੀਂ ਕੀ ਟਾਈਪ ਕਰਨਾ ਸਿਰਫ ਤੁਸੀਂ ਟਾਪਿਕ ਦੇ ਬੇਸਿਸ ਤੇ ਉਹਦੇ ਚ ਆਪਣੇ ਕੀਵਰਡਸ ਐਡ ਕਰਨੇ ਹੋਣਗੇ ਅਸੀਂ ਤੁਹਾਨੂੰ ਇੱਕ ਵਾਰੀ ਔਰਲੀ ਦੱਸ ਰਿਹਾ ਉਸ ਤੋਂ ਬਾਅਦ ਅਸੀਂ ਆਪਣੀ ਆਈਡੀ ਤੇ ਜਾਵਾਂਗੇ ਜਦੋਂ ਆਪਣੀ ਸਟੂਡੈਂਟ ਆਈਡੀ ਤੇ ਜਾਵਾਂਗੇ ਉੱਥੇ ਅਸੀਂ ਤੁਹਾਨੂੰ ਸਭ ਕੁਝ ਦਿਖਾਵਾਂਗੇ ਵੀ ਕੀ ਕੀ ਅਸੀਂ ਤੁਸੀਂ ਜਦੋਂ ਅਸੀਂ ਦੁਬਾਰਾ ਤੁਹਾਨੂੰ ਐਕਸਪਲੇਨ ਕਰਾਂਗੇ ਤੁਹਾਡੇ ਇੱਟ ਬੈਠ ਜੂਗੀ ਸਾਰੀਆਂ ਗੱਲਾਂ ਮਾਈਂਡ 'ਚ ਕਹਿਣ ਦਾ ਸੌਖਾ ਜਾਂ ਮਤਲਬ ਹੈ ਅਸੀਂ ਜਿਹੜੇ ਰਾਤ ਨੂੰ ਲੈ ਕੇ ਜਾ ਰਹੇ ਹਾਂ ਨਾ ਵੀ ਆਪ ਪੀਟੀ ਦਾ ਆ ਸਪੀਕਿੰਗ ਹੈ ਸਪੀਕਿੰਗ ਨੇ ਆ ਰਾਈਟ ਆਈਪ ਨੇ ਆ ਰਾਈਟਿੰਗ ਹੈ ਇਹ ਚ ਸਮਰਾਈਜ਼ ਕਰਨਾ ਹੈ ਇਹਦੇ ਚ 에ਸੇ ਲਿਖਣਾ ਹੈ ਲਿਖਣਾ ਕਿਵੇਂ ਹੈ ਰੌਲਾ ਤਾਂ ਇਹ ਹੈ ਤੇ ਉਹ ਰੌਲਾ ਮਕਾਵਾਂਗੇ ਹੈ ਮਤਲਬ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਆ ਤੁਸੀਂ ਇਹ ਵਾਈਬ ਆਪਣੇ ਆਪ ਫੀਲ ਕਰੋਗੇ ਨਾ ਵੀ ਹਾਇਰ ਇੰਟਰਸਟ ਪੈਦਾ ਹੋ ਗਿਆ ਫਿਰ ਸਾਨੂੰ ਮਜ਼ਾ ਆਊਗਾ ਪੜਾਉਂਦਾ ਫਿਰ ਸਾਨੂੰ ਲੱਗੂਗਾ ਵੀ ਹਾਂ ਅਸੀਂ ਜ਼ੋਰ ਲਾਈਏ ਤੇ ਡੈਫੀਨਿਟਲੀ ਤੁਸੀਂ ਬਹੁਤ ਚੰਗਾ ਸਿੱਖੋਗੇ ਚਲੋ ਦੋ ਚੀਜ਼ਾਂ ਹੋ ਗਈਆਂ ਆਪਣੀਆਂ ਰੀਡਿੰਗ ਐਂਡ ਰਾਈਟਿੰਗ ਤੇ ਸਪੀਕਿੰਗ ਐਂਡ ਰਾਈਟਿੰਗ ਐਗਜ਼ੈਕਟਲੀ ਸਪੀਕਿੰਗ ਤੇ ਰਾਈਟਿੰਗ ਉਸ ਹੈਗਾ ਸਾਡਾ ਰੀਡਿੰਗ ਦਾ ਸੈਕਸ਼ਨ ਤੇ ਰੀਡਿੰਗ ਦੇ ਟੋਟਲ ਟਾਈਪਸ ਦੇਖਦੇ ਕਿੰਨੀਆਂ ਨੇ ਰੀਡਿੰਗ ਦੇ ਟੋਟਲ ਟਾਈਪਸ ਨੇ ਫਿਲ ਇਨ ਦਾ ਬਲੈਂਕ ਆਪਸ਼ਨਸ ਇਹ ਆਪਸ਼ਨਲ ਹੀ ਨੇ ਹਾਂਜੀ 올 ਰਾਈਟ ਹਰ ਬਲੈਂਕ ਦੇ ਵਿੱਚ 4 ਆਪਸ਼ਨਸ ਆਉਂਦੀਆਂ ਨੇ ਇਹਦੇ ਵਿੱਚ 올 ਰਾਈਟ ਹਾਲੀ ਥਾਵਾ ਪਰੋ ਜਿਹਨੋ ਸੀ ਰੀਡਿੰਗ ਦਾ ਕਹਿੰਨੇ ਆ 44 ਨੰਬਰ ਦਾ 22 ਨੰਬਰ ਦੇ ਰਾਈਟਿੰਗ ਦੇ 22 ਨੰਬਰ ਦੇ ਰੀਡਿੰਗ ਦੇ ਠੀਕ ਹੈ ਐ ਵੀ ਨਹੀਂ ਇਹ ਆਹ ਰਿਹਾ ਰਾਈਟਿੰਗ ਤੇ ਰੀਡਿੰਗ ਮਤਲਬ ਕੀ ਹੈ ਪਹਿਲਾ ਆਪਸ਼ਨ ਹੈ ਫਿਲ ਇਨ ਦਾ ਬਲੈਂਕ 44 ਨੰਬਰ ਨੇ 22 ਨੰਬਰ ਦੇ ਰੀਡਿੰਗ 22 ਨੰਬਰ ਦੇ ਰਾਈਟਿੰਗ ਉਸ ਤੋਂ ਬਾਅਦ ਹੈ ਮਲਟੀਪਲ ਚੁਆਇਸ ਮਲਟੀਪਲ ਅਨਸਰਸ ਹਾਂਜੀ ਮਲਟੀਪਲ ਚੁਆਇਸ ਨਹੀਂ ਮਲਟੀਪਲ ਅਨਸਰਸ ਨੇ ਇਹਦੇ ਵਿੱਚ ਜੀ ਮਤਲਬ ਜਿਵੇਂ ਇੱਕ ਤੋਂ ਵੱਧ ਅਨਸਰਸ ਆਪਾਂ ਨੇ ਕੱਢਣੇ ਹੋਣਗੇ ਚਲੋ ਜੀ 3 ਨੰਬਰ ਦੇ ਤੇ ਤਿੰਨੇ ਨੰਬਰੇ ਦੇ ਰੀਡਿੰਗ ਦੇ ਵਿੱਚ ਹੀ ਨੇ ਅਗਲਾ ਗਿਆ ਰੀਆਰਡਰ ਪੈਰਾਗ੍ਰਾਫ ਇਹਦੇ ਵਿੱਚ ਕੀ ਆ ਇੱਕ ਸਾਨੂੰ 4 ਲਾਈਨਸ ਦਿੱਤੀਆਂ ਹੋਣਗੀਆਂ ਪਰ ਉਲਟ ਪੁਲਟ ਕਰਕੇ ਦਿੱਤੀਆਂ ਹੋਣਗੀਆਂ ਆਪਾਂ ਉਹਨਾਂ ਨੂੰ ਇੱਕ ਸੀਕੁਐਂਸ ਵਿੱਚ ਲੈ ਕੇ ਆਉਣਾ ਹੈ ਮਤਲਬ ਇਹ ਹੈ ਕਿ ਸਾਡੇ ਕੋਲੇ ਨਾ 4 ਲਾਈਨਾਂ ਨੇ ਉਲਟੀਆਂ ਪੁਲਟੀਆਂ ਨੇ ਇੱਕ ਲਾਈਨ ਉੱਪਰ ਹੈ ਦੂਜੀ ਨੀਚੇ ਉਲਟਾ ਪੁਲਟਾ ਅਸੀਂ ਇਹ ਦੱਸਣੇ ਅੰਗਰੇਜ਼ੀ ਪੜ੍ਹ ਕੇ ਪਹਿਲੀ ਲਾਈਨ ਕਿਹੜੀ ਆਊਗੀ ਦੂਜੀ ਲਾਈਨ ਕਿਹੜੀ ਆਊਗੀ ਤੀਜੀ ਮਤਲਬ ਵੀ ਉਹ ਸੀਕੁਐਂਸ ਬਣ ਜੀ ਤੇ ਇਹਦੇ 'ਚ ਐਮ ਵੀ ਹੁੰਦਾ ਮੰਨ ਲਓ ਚਾਰ ਲਾਈਨਾਂ ਦੇ ਵਿੱਚੋਂ ਤੁਹਾਡੀਆਂ ਦੋ ਠੀਕ ਗਈਆਂ ਦੋ ਗਲਤ ਗਈਆਂ ਤਾਂ ਦੋ ਦੇ ਬੈਂਡ ਆ ਜਾਣਗੇ ਜੀ ਕਿਉਂਕਿ ਅਸੀਂ ਪੇਅਰਸ ਬਣਾਉਣੇ ਹੁੰਦੇ ਅਸੀਂ ਤੁਹਾਨੂੰ ਜਦੋਂ ਪ੍ਰੋਪਰਲੀ ਦਿਖਾਵਾਂਗੇ ਟਾਸਕ ਕਰਕੇ ਦਿਖਾਵਾਂਗੇ ਅਸੀਂ ਸਭ ਬੇਸਿਕ ਤੋਂ ਬੇਸਿਕ ਚੀਜ਼ਾਂ ਦੱਸਾਂਗੇ ਤੁਹਾਨੂੰ ਮਤਲਬ ਮज्जा ਆ ਜਾਏਗਾ ਠੀਕ ਹੈ ਨਾ ਤਾਂ ਮਤਲਬ ਤੁਸੀਂ ਇਹ ਗੱਲ ਕਹੋਗੇ ਅਸੀਂ ਦੇਖੋ ਅਸੀਂ ਤਾਂ ਨਾ ਓਵਰ ਸਮਾਰਟ ਨਹੀਂ ਬਣਾਉਣਾ ਚਾਹਨੇ ਦੋ ਤਰੀਕੇ ਨੇ ਦੋ ਤਰ੍ਹਾਂ ਦੇ ਬੰਦੇ ਹੁੰਦੇ ਆ ਇੱਕ ਹੁੰਦੇ ਨੇ ਸਮਾਰਟ ਪੀਪਲ ਇੱਕ ਹੁੰਦੇ ਨੇ ਓਵਰ ਸਮਾਰਟ ਪੀਪਲ ਸਮਾਰਟ ਬੰਦੇ ਰਹੀ ਆ ਜੀ ਪਤਾ ਕੌਣ ਨੇ ਜਿਹੜੇ ਇਹ ਕਹਿੰਦੇ ਨੇ ਯੈਸ ਆਈ ਕੈਨ ਡੂ ਮੈਂ ਕਰ ਸਕਦਾ ਇਹ ਸਮਾਰਟ ਲੁੱਕ ਨੇ ਓਵਰ ਸਮਾਰਟ ਪਤਾ ਕਿਹੜੇ ਹੁੰਦੇ ਨੇ ਓਨਲੀ ਆਈ ਕੈਨ ਡੂ ਬਸ ਮੈਂ ਹੀ ਕਰ ਸਕਦਾ ਉਹ ਓਵਰ ਸਮਾਰਟ ਹੈ ਤੇ ਪਰਮਾਤਮਾ ਕਦੇ ਬਣਾਵੇ ਨਾ ਤਾਂ ਮੇਹੀ ਚੋਣ ਆ ਕਿ ਜੇ ਤੁਸੀਂ ਬੈਠੇ ਹੋ ਸੁਣਨ ਲਈ ਬੈਠੇ ਹੋ ਕਲਾਸ ਲਾ ਰਹੇ ਹੋ ਤਾਂ ਉਹਦਾ ਮੁੱਲ ਮੁੰਦੇ ਇਹ ਲੱਗੇ ਵੀ ਹਾਂ ਵੈਲਿਊ ਮਿਲ ਰਹੀ ਹੈਗੀ ਦੈਟਸ ਇਟ ਤੇ ਆ ਚੀਜ਼ ਜਸ ਅਨੇ ਸਿੱਖੀ ਆ ਨੀ ਜਿਹੜਾ ਬੰਦਾ ਸਿਖਾਉਣ ਲੱਗ ਰੇਗਾ ਫਿਲ ਇਨ ਦਾ ਬਲੈਂਕ ਮਲਟੀਪਲ ਚੁਆਇਸ ਰੀ ਆਰਡਰ ਪੈਰਾਗ੍ਰਾਫ ਤੇ ਇਕਲਾ ਫਿਲ ਇਨ ਦਾ ਬਲੈਂਕ ਨੇ ਜਿਹੜੀਆਂ ਡ੍ਰੈਗ ਦੇ ਡ੍ਰੌਪ ਨੇ ਜੀ ਇਹਦੇ ਚ ਕੀ ਹੁੰਦਾ ਫਿਲ ਅਪਸ ਦਿੱਤੀਆਂ ਹੋਈਆਂ ਨੀਚੇ ਆਪਸ਼ਨਸ ਨੇ ਆਪਾਂ ਨੇ ਆਪਸ਼ਨਸ ਨੂੰ ਚੱਕ ਚੱਕ ਕੇ ਲੈ ਜਾ ਕੇ ਫਿੱਟ ਕਰਨਾ ਵੀ ਕਿੱਥੇ ਕਿਹੜੀ ਆਉਗੀ 15 ਨੰਬਰ 15 ਦੇ 15 ਰੀਡਿੰਗ ਦੇ ਵਿੱਚ ਹੀ ਰਹਣੀ ਤੇ ਮਲਟੀਪਲ ਚੁਆਇਸ ਪਰ ਸਿੰਗਲ ਅਨਸਰ ਹੈ ਦਾ ਇੱਕ ਨੰਬਰ ਦਾ ਤੇ ਇੱਕੋ ਨੰਬਰ ਤੁਹਾਨੂੰ ਜਿਹੜਾ ਰੀਡਿੰਗ ਦਾ ਆਊਗਾ ਮਤਲਬ ਰੀਡਿੰਗ ਦੀਆਂ ਤੁਹਾਨੂੰ 2 4 5 ਮੁੱਕ ਦੀ ਗੱਲ ਹੈ ਪੰਜ ਟਾਈਪ ਸਪੀਕਿੰਗ ਦੀਆਂ ਪੰਜ ਟਾਈਪ ਰੀਡਿੰਗ ਦੀਆਂ ਦੋ ਟਾਈਪ ਰਾਈਟਿੰਗ ਦੀਆਂ ਤੇ ਹੌਲੀ ਹੌਲੀ ਜਦੋਂ ਨਾ ਕਹਿੰਦੇ ਹੁੰਦੇ ਵਾਹ ਵਾਸਤਾ ਪਈ ਜਾਊਗਾ ਸਾਨੂੰ ਸਮਝ ਆਈ ਜਾਣੀ ਇਸ ਲਾਸਟ ਇਕਵਲ ਲਿਸਨਿੰਗ ਦਾ ਦੇਖੀਏ ਕੀ ਕੌਸ਼ ਹੈਗਾ ਹਾਂਜੀ ਲਿਸਨਿੰਗ ਚ ਟੋਟਲ 8 ਟਾਈਪਸ ਹੁੰਦੀਆਂ ਨੇ ਲਿਸਨਿੰਗ ਜਾਦੀ ਹੈ ਦੀ ਹਾਂਜੀ ਸਭ ਤੋਂ ਪਹਿਲਾਂ ਸਮਰਾਈਜ਼ ਸਪੋਕਨ ਆਈਟਮ ਹਾਂਜੀ ਇਹ ਮਤਲਬ ਕੀ ਹੈ ਇਹਦੇ ਚ ਵੀ ਆਪਾਂ ਨੂੰ ਇੱਕ ਕੋਈ ਲੈਕਚਰ ਬੋਲਣਗੇ ਆਪਾਂ ਨੇ ਉਹਨੂੰ ਸੁਣਨਾ ਔਰ ਉਸ ਤੋਂ ਬਾਅਦ ਉਹਦੇ ਕੀਵਰਡਸ ਲਿਖਣੇ ਆ ਬਟ ਜਿਵੇਂ ਸਪੀਕਿੰਗ ਚ ਸੀਗਾ ਆਪਾਂ ਉਹਨੂੰ ਬੋਲਣਾ ਸੀ ਇਹਦੇ ਚ ਆਪਾਂ ਨੂੰ ਟਾਈਪ ਕਰਨਾ ਸਿਰਫ ਇਨਾ ਫਰਕ ਆ ਹੋਰ ਕੋਈ ਫਰਕ ਨਹੀਂ ਮਤਲਬ ਸਾਨੂੰ ਕੋਈ ਲੈਕਚਰ ਸੁਣਿਆ ਜਾਊਗਾ ਅਸੀਂ ਉਹਦੇ ਕੀਵਰਡਸ ਲਿਖਾਂਗੇ ਅਸੀਂ ਉਹਨੂੰ ਇੱਕ ਪੈਰਾਗ੍ਰਾਫ ਅਸੀਂ ਟੈਂਪਲੇਟ ਦਵਾਂਗੇ ਕਿਵੇਂ ਉਹਨੂੰ ਫਿਕਸ ਕਰਨਾ ਸਿਰਫ ਉਹਨੂੰ ਟਾਈਪ ਕਰਨਾ ਹੈ ਆਪਾਂ ਨੇ ਅਸੀਂ ਤੁਹਾਨੂੰ ਇਹ ਸਿਖਾਵਾਂਗੇ ਕਿ ਕਿਹੜੇ ਤਰੀਕੇ ਨਾਲ ਤੁਸੀਂ ਉਹਨਾਂ ਚੀਜ਼ਾਂ ਨੂੰ ਮਤਲਬ ਗੋ ਥਰੂ ਕਰੋਗੇ ਮਤਲਬ ਇਹ ਬੜਾ ਕਲੀਅਰ ਹੈ ਸਾਨੂੰ ਜਿਆਦਾ ਨਹੀਂ ਪਤਾ ਹੈਗਾ ਪਰ ਜਿਹੜੇ ਬੰਦੇ ਨੂੰ ਅਸੀਂ ਪੀਟੀ ਦਾ ਪੇਪਰ ਕਹਾਂਗੇ ਨਾ ਵੀ ਪੀਟੀ ਦਾ ਪੇਪਰ ਦੇ ਦੇ ਆ ਰਮਨ ਬੈਠਾ ਤੇ ਉਹ ਪੀਟੀ ਦਾ ਪੇਪਰ ਬੱਚਾ ਕਲੀਅਰ ਕਰਕੇ ਉੱਠੂਗਾ ਬਾਕੀ ਨਹੀਂ ਮੈਨੂੰ ਪਤਾ ਸਭ ਤੋਂ ਵਧੀਆ ਗੱਲ ਕੀ ਹੈ ਅਸੀਂ ਆਪ ਜ਼ਿੰਮੇਵਾਰੀ ਲਵਾਂਗੇ ਕਿ ਹਰ ਇੱਕ ਬੱਚੇ ਦਾ ਪੇਪਰ ਆਪ ਫਿਲ ਕਰਾਂਗੇ ਹਰ ਇੱਕ ਬੱਚੇ ਨੂੰ ਰਿਜ਼ਲਟ ਦਾ ਆਪ ਕਰਕੇ ਦੇਵਾਂਗੇ ਤੇ ਸਭ ਤੋਂ ਵੱਡੀ ਗੱਲ ਹੈ ਆਪ ਜ਼ਿੰਮੇਵਾਰੀ ਲਵਾਂਗੇ ਉਹਦੇ ਪੇਪਰ ਦੇ ਕੋਈ ਕੱਲ ਨੂੰ ਕੋਈ ਰਿਜ਼ਲਟ ਰੁਕ ਗਿਆ ਕਿਸੇ ਬੱਚੇ ਦਾ ਪੇਪਰ ਸਹੀ ਨਹੀਂ ਭਰਿਆ ਗਿਆ ਕਿਸੇ ਬੱਚੇ ਦੀ ਡੇਟ ਮਾੜੀ ਮੋਟੀ ਕਈ ਵਾਰ ਕੀ ਹੁੰਦਾ ਕਿ ਬਹੁਤ ਸਾਰੇ ਬੱਚੇ ਨੇ ਐਗਜ਼ਾਮ ਲੈ ਲਿਆ ਰੱਬ ਨਾ ਕਰੇ ਪੇਪਰ ਤੋਂ ਇੱਕ ਦਿਨ ਪਹਿਲਾਂ ਕੋਈ ਘਰੇ ਐਡੀ ਵੱਡੀ ਪ੍ਰੋਬਲਮ ਆ ਗਈ ਅਸੀਂ ਉਹ ਸਾਰੀਆਂ ਚੀਜ਼ਾਂ ਨੂੰ ਐਡਜਸਟ ਕਰਕੇ ਦੇਵਾਂਗੇ ਮਤਲਬ ਇਹ ਹੈਗਾ ਕਿ ਜੇ ਤੁਸੀਂ ਸਾਡੇ ਕੋਲੇ ਆ ਜੀ ਅਸੀਂ ਹਰ ਇੱਕ ਛੋਟੀ ਤੋਂ ਛੋਟੀ ਚੀਜ਼ ਦੀ ਜ਼ਿੰਮੇਵਾਰੀ ਲਵਾਂਗੇ ਬਸ ਤੁਸੀਂ ਇਹ ਲਾਓ ਜੇ ਇਸ ਵਾਰ ਅਸੀਂ ਪੀਟੀ ਇਨਾ ਸਸਤਾ ਕੋਰਸ ਪੜਾ ਰਹੇ ਹਾਂ ਨਾ ਪਰ ਕੋਰਸ ਸਸਤਾ ਹੈ ਪਰ ਵੈਲਿਊ ਅਸੀਂ 4 ਗੁਣਾ ਵੱਧ ਦੇ ਰਹੇ ਹਾਂਗੇ ਉਹਦਾ ਮਤਲਬ ਹੈ ਅਸੀਂ ਮਾਰਕੀਟ ਦੇ ਵਿੱਚ ਆਪਣੀ ਜਗ੍ਹਾ ਬਣਾਉਣੀ ਚਾਹੁੰਦੇ ਹਾਂ ਕਿ ਇਹ ਲੋਕ ਇਹ ਗੱਲਾਂ ਕਿਉਂਕਿ ਜੇ ਪ੍ਰੋਡਕਟ ਚੰਗਾ ਹੋਊਗਾ ਨਾ ਉਹਦੀਆਂ ਗੱਲਾਂ ਆਪਣੇ ਆਪ ਹੋਣਗੀਆਂ ਇਮੇਚੋਨਾ ਕਿ ਤੁਸੀਂ ਗੱਲਾਂ ਜਰੂਰ ਕਰੋ ਹੈਨਾ ਤਾਂ ਦੈਟਸ ਇਟ ਚੰਗਾ ਪੜੋਗੇ ਤਾਂ ਸਾਨੂੰ ਚੰਗਾ ਆਪ ਨੂੰ ਵੀ ਲੱਗੂ ਵੀ ਹਾਂ ਯਾਰ ਅਸੀਂ ਪੜਾ ਰਹਿਆਂਗੇ ਕੁਝ ਠੀਕ ਹੈ ਤੇ ਕੈਮਰਿਆਂ ਦੇ ਬੈਠੋ ਆਓ ਇੰਟਰਸਟ ਪੈਦਾ ਕਰਕੇ ਰੱਖੋ ਠੀਕ ਆ ਸਮਰਾਇਜ਼ ਸਪੋਕਨ ਆਈਟਮ ਮਤਲਬ ਕਿ ਜੋ ਤੁਹਾਨੂੰ ਸੁਣਿਆ ਲਿਖਣਾ ਚੂਜ਼ ਮਲਟੀਪਲ ਆਨਸਰ ਆਈਟਮ ਕੀ ਆ ਮਲਟੀਪਲ ਆਨਸਰਸ ਕੀ ਆ ਕਿ ਐਮਸੀਕਿਊਜ਼ ਹੋਗੇ ਬਟ ਇੱਕ ਤੋਂ ਵੱਧ ਆਨਸਰਸ ਨੇ ਫਿਲ ਇਨ ਦਾ ਬਲੈਂਕ ਜੀ ਫਿਲ ਇਨ ਦਾ ਬਲੈਂਕ ਸਭ ਨੂੰ ਪਤਾ ਫਿਲਿੰਗ ਦਾ ਬਲੈਂਕ ਖਾਲੀ ਥਾਂਾਂ 14 ਨੰਬਰ ਦੀਆਂ ਨੇ ਸੱਤ ਨੰਬਰ ਇਹਦੇ ਹੈਗੇ ਨੇ ਬ్రో ਰਾਈਟਿੰਗ ਦੇ ਸੱਤ ਨੰਬਰ ਲਿਸਨਿੰਗ ਦੇ ਹਾਈਲਾਈਟ கரੈਕਟ ਸਮਰੀ ਆਈਟਮ ਜੀ ਜਿਹੜੀਆਂ கரੈਕਟ ਸਮਰੀਜ਼ ਹੋਣਗੀਆਂ ਉਹਨਾਂ ਨੂੰ ਆਪਾਂ ਹਾਈਲਾਈਟ ਕਰਨਾ ਹੋਊਗਾ ਵੀ ਮਤਲਬ ਕੀ ਕੀ ਸਾਡਾ ਜੇ ਕੋਈ ਵੀ ਮਿਸਟੇਕ ਹੋਊਗੀ ਉਹਨੂੰ ਆਪਾਂ ਨੇ ਹਾਈਲਾਈਟ ਕਰਕੇ ਦੱਸਣਾ ਹੋਏਗਾ ਮਲਟੀਪਲ ਚੁਆਇਸ ਚੂਜ਼ ਸਿੰਗਲ ਅਨਸਰ ਆਈਟਮ 1 ਨੰਬਰ ਦਾ ਸਿਲੈਕਟ ਕਰਨਾ ਹੈ ਮਿਸਿੰਗ ਵਰਡ ਆਈਟਮ ਨੂੰ 1 ਨੰਬਰ ਦਾ highlight ਕਰਨੇ ਇਨਕੋਰेक्ट ਵਰਡਸ ਨੂੰ 17 ਨੰਬਰ ਦਾ ਜੀ ਇਹ ਬੋੜਾ ਇੰਟਰਸਟਿੰਗ ਆ ਲਾਈਕ ਕਾਈਂਡ ਆਫ ਅ ਗੇਮ ਆ ਇਹ ਉਹਦੇ ਚ ਕੀ ਆ ਉਹ ਪੂਰਾ ਇੱਕ ਕੋਈ ਪੈਰਾਗ੍ਰਾਫ ਦੇਣਗੇ ਉਹਨੂੰ ਉਹ ਆਪ ਹੀ ਪੜਨਗੇ ਜਿਹੜੀ ਚੀਜ਼ ਉਹਨਾਂ ਨੇ ਗਲਤ ਬੋਲਤੀ ਜਸਟ ਅਸੀਂ ਉਹਨੂੰ ਹਾਈਲਾਈਟ ਕਰਨਾ ਤੇ ਇੱਕ ਪੈਰਾਗ੍ਰਾਫ ਚ 3 ਟੂ 4 4 5 3 4 5 ਇੰਨੀਆਂ ਕ ਗਲਤੀਆਂ ਉਹ ਕਰ ਦੇਵੇ ਮਤਲਬ ਉਹ ਜਾਣ ਕੇ ਗਲਤੀਆਂ ਕਰਨਗੇ ਤੇ ਅਸੀਂ ਦੱਸਣੇ ਵੀ ਨੇ ਆਹ ਗਲਤੀ ਕਰੀ ਆ ਜੀ ਤੇ ਲਾਸਟੇ ਰਹਿ ਗਿਆ ਸਾਡੇ ਕੋਲੇ ਰਾਈਟ ਫਰੋਮ ਡਿਕਟੇਸ਼ਨ 47 ਨੰਬਰ ਦਾ ਬਾਬੇ 27 ਤੇ 20 27 ਨੰਬਰ ਸਾਡੇ ਕੋਈ ਰਾਈਟਿੰਗ ਚ ਤੇ 20 ਨੰਬਰ ਕੋਈ ਲਿਸਨਿੰਗ ਚ ਤੇ ਡਿਕਟੇਸ਼ਨ ਤੁਹਾਨੂੰ ਪਤਾ ਛੋਟੇ ਦੇ ਸਕੂਲ ਚ ਮਿਲਦਾ ਹੈ ਮੈਡਮ ਬੋਲਦੀ ਹੁੰਦੀ ਸੀ ਪ੍ਰੀਤੀ ਹਾਂ ਜਿਵੇਂ ਉਹਨੇ ਕੋਈ ਵਰਡ ਬੋਲਿਆ ਅਸੀਂ ਉਹ ਲਿਖਣਾ ਹਾਂਜੀ ਹਾਂਜੀ ਹੁਣ ਉਹਦੇ ਚ ਕੀ ਜਿਵੇਂ ਰਿਪੀਟ ਸੈਂਟੈਂਸ ਹੁੰਦਾ ਜਿਵੇਂ ਉਹਨਾਂ ਨੇ ਇੱਕ ਲਾਈਨ ਬੋਲ ਦੇਣਗੇ ਜਿਵੇਂ ਉਹਦੇ ਚ ਆਪਾਂ ਬੋਲਣੀ ਸੀਗੀ ਇਹਦੇ ਚ ਆਪਾਂ ਉਹਨੂੰ ਟਾਈਪ ਕਰਨਾ ਹੈ ਬਹੁਤ ਨਾਰਮਲ ਹੈ ਇਹ ਪੇਪਰ ਇੰਨਾ ਕੁ ਡਿਜ਼ਾਈਨ ਹੋਇਆ ਹੋਇਆ ਹੈ ਅਸੀਂ ਤੁਹਾਨੂੰ ਇਹ ਗੱਲ ਕਹਿਣ ਲੱਗੇ ਹਾਂ ਅਸੀਂ 15 ਦਿਨ ਤੁਹਾਨੂੰ ਪੜਾਵਾਂਗੇ ਸੋਮਵਾਰ ਤੋਂ ਸ਼ੁੱਕਰਵਾਰ ਸੋਮਵਾਰ ਤੋਂ ਸ਼ੁੱਕਰਵਾਰ ਅਸੀਂ ਕਲਾਸਾਂ ਦੇਵਾਂਗੇ ਪਰ ਅਸੀਂ ਹਰ ਇੱਕ ਸਟੂਡੈਂਟ ਨੂੰ ਇਹ ਕਵਾਂਗੇ ਤਾਨੂੰ ਕਿਸੇ ਵੀ ਬੱਚੇ ਨੂੰ ਕੋਈ ਡਾਊਟ ਨਾਮ ਦੀ ਚੀਜ਼ ਨਹੀਂ ਰਹੂਗੀ ਅਸੀਂ ਆਪਣੇ ਵੱਲੋਂ ਜੀ ਜਾਣ ਲੱਗੇ ਤੁਹਾਨੂੰ ਪੜਾਵਾਂਗੇ ਮਤਲਬ ਸਾਡਾ ਕਹਿਣ ਦਾ ਮਤਲਬ ਹੈ ਸਾਡਾ ਓਵਰঅল ਸਟਰਕਚਰ ਆਇਲਸ ਆ ਇਹ ਹੈ ਆ ਮੋਡਿਊਲ ਨੇ ਸੌਰੀ ਪੀਟੀ ਦਾ ਐਲਸ ਪੜਾਪੜਾ ਕੇ ਦਿਮਾਗ ਉਧਰ ਹੋ ਰਿਹਾਗਾ ਹਨਾ ਆਇਲਸ ਪੜਾਪੜਾ ਕੇ ਨਾ ਦਿਮਾਗ ਇਹ ਜਿਹਾ ਹੋ ਰਿਹਾਗਾ ਕਿ ਜਿਹੜੇ ਸਾਡੇ ਘਰੇ ਕਮਰੇ ਨੇ ਨਾ ਅਸੀਂ ਉਹਨਾਂ ਨੂੰ ਵੀ ਬੀਪੀ 1 ਬੀਪੀ 2 ਕਹਿੰਦੇ ਆ ਤੁਹਾਨੂੰ ਕੀ ਦੱਸੀ ਜਿਸ ਵੇ ਕਿਸ ਨੇ ਐ ਪੁੱਛਣਾ ਵੇ ਨਾ ਪਿਆ ਚੀਜ਼ ਕਿੱਥੇ ਪਈ ਅ ਜੀ ਕਹਿੰਦੇ ਨੇ ਆ ਬੀਪੀ 2 ਚ ਪਈ ਆ ਸਾਨੂੰ ਇਹ ਨਹੀਂ ਯਾਦ ਰਹਿੰਦਾ ਕਿ ਦੂਸਰੇ ਕਮਰੇ ਚ ਮਤਲਬ ਤੁਸੀਂ ਯਕੀਨ ਕਰੋ ਇੰਨਾ ਸਾਰਾ ਦਿਨ ਕੰਮ ਕਰ ਕਰਕੇ ਨਾ ਰੀਨੂ ਇਹੋ ਜਿਹਾ ਦਿਮਾਗ ਹੋ ਰਿਹਾ ਹੈ ਜੇ ਆਪਣੇ ਬੇਬੇ ਬਾਪੂ ਕੋਲੇ ਬਹਿ ਜਾਈਏ ਨਾ ਅਸੀਂ ਉਹਨੂੰ ਵੀ ਪੀਟੀ ਜਾ ਇਲਸ ਕਰਾ ਦਈਏ ਵੀ ਤੁਸੀਂ ਐਡਮਿਸ਼ਨ ਲੈ ਕੇ ਦੇਖੋ ਇੱਕ ਵਾਰ ਜਾਓ ਬਾਹਰ ਤੁਸੀਂ ਦੇਖੋ ਤੁਹਾਡੇ ਬੱਚੇ ਸੈੱਟ ਹੋ ਜਾਣਗੇ ਤਾਂ ਹਮੇਸ਼ਾ ਵਧੀਆ ਚੱਲੋਗੇ ਅਸੀਤਾ ਦੇ ਨਾਲ ਬਹੁਤ ਵਧੀਆ ਚੱਲਣਾ ਚਾਹੁੰਦੇ ਆਂ ਬਸ ਦੈਟਸ ਇਟ ਠੀਕ ਹੈ ਨਾ ਤੇ ਇੱਕ ਹੂੰ ਹੂੰ ਅੱਦੇ ਬੱਚੇ ਕੈਮਰੇ ਤੇ ਇੱਕ ਗੱਲ ਪਿੱਛੇ ਨਹੀਂ ਪੈਂਦੇ ਤੈਨੂੰ ਪਤਾ ਹੈ ਜੇ ਕਿਸੇ ਨੂੰ ਪਤਾ ਲੱਗਿਆ ਨਾ ਹੂੰ 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 ਮਾਰਦਨ ਕੇ ਰਿਸ਼ਤੇਦਾਰ ਤੈਨੂੰ ਪਤਾ ਹੈ ਤੇਰੀ ਭੂਆ ਕਿਨੂੰ ਦੱਸਿਆ ਨਹੀਂ ਹੋਇਆ ਇੱਕ ਜ਼ਿੰਦਗੀ ਚ ਨੇ ਕਿ ਬਿਮਾਰੀ ਚੱਲ ਰਹੀ ਹੈ ਕਰੋਨਾ ਤੋਂ ਵੀ ਪਹਿੜੀ ਬਿਮਾਰੀ ਹੈ ਬਿਮਾਰੀ ਜਦਰੇ ਗੁਰਪ੍ਰੀਤ ਭਾਈ ਕਾ ਬਾਜ਼ਾਰ ਚ ਸਭ ਤੋਂ ਬੁਰਾ ਰੋਗ ਇੱਕ ਬੜਾ ਭੜਾ ਰੋਗ ਚੱਲ ਰਿਹਾ ਜਿਹੜੇ ਮਰਜੀ ਹਸਪਤਾਲ ਚ ਜਾਓ ਖਾਨ ਬਾਈ ਉਹਦਾ ਕੋਈ ਇਲਾਜ ਨਹੀਂ ਹੈਗਾ ਕਹਿੰਦਾ ਸਭ ਤੋਂ ਬੁਰਾ ਰੋਗ ਕਿਆ ਕਹhenge ਲੋਗ ਇਹ ਇਹ ਬੜਾ ਇਹ ਬੜਾ ਤਕੜਾ ਚੱਲ ਰਿਹਾ ਹੈਗਾ ਬਸ ਤੁਸੀਂ ਇਹ ਗੱਲ ਨੂੰ ਦਿਮਾਗ ਚ ਰੱਖੋ ਜੇ ਕੋਈ ਬੱਚਾ ਕਲਾਸ ਲਾਉਂਦਾ ਹੋਇਆ ਕੈਮਰੇ ਤੇ ਬਹਿ ਕੇ ਇਹ ਕਲਾਸ ਨੂੰ ਕਲਾਸ ਸਮਝ ਕੇ ਲਾਉਣ ਦੀ ਜ਼ਰੂਰਤ ਰੱਖਦਾ ਹੈ ਮੈਂ ਪ੍ਰੋਮਿਸ ਕਰਦਾ ਉਹ ਬੱਚਾ ਡਿਜ਼ਰਵ ਕਰਦਾ ਹੈ ਟੂ ਬੀ ਸਕਸੈਸਫੁਲ ਜਿਹੜਾ ਆ ਗੱਲ ਕਰੀਆ ਨਾ ਹਾਈ ਪੇਪਰ ਦੇ ਲੈਵਲ ਨਿਬਰ ਹੋਇਆ ਨਹੀਂ ਕਲੀਅਰ ਹਾਈ ਪੇਪਰ ਦੇ ਲੈਵਲ ਇਹਦਾ ਮਤਲਬ ਇਹ ਹੈ ਕਿ ਕਮੀ ਕਿਸੇ ਵਿੱਚ ਨਹੀਂ ਹੈਗੀ ਬ్రో ਤੇਰੇ ਚਾਤੇ ਤੂੰ ਇਹਨੂੰ ਸੁਧਾਰੇਗਾ ਹੋਰ ਕੋਈ ਨਹੀਂ ਤਾਂ ਮੈਂ ਇਹ ਚਾਹੁੰਨਾ ਆਪਣੇ ਚ ਕੌਨਫੀਡੈਂਸ ਪੈਦਾ ਕਰੋ ਤੇ ਸਾਡੇ ਕੋਲੋਂ ਸਿੱਖੋ ਹੁਣ ਸਭ ਤੋਂ ਪਹਿਲਾਂ ਸੀ ਤੁਹਾਨੂੰ ਦੱਸਿਆ ਕਿ ਪੀਟੀ ਕੀ ਆ ਤੇਰੇ ਅਸੀ ਤੁਹਾਨੂੰ ਦੱਸਿਆ ਉਹਦੇ ਮੋਡਿਊਲ ਕਿੰਨੇ ਨੇ ਅਸੀਂ ਦੱਸਿਆ ਕਿ ਉਹਦੇ ਕੁਐਸਚਨ ਟਾਈਪ ਕਿਹੜੀਆਂ-ਕਿਹੜੀਆਂ ਨੇ ਤੇ ਅਸੀਂ ਕਾਜਲ ਕਿਹੜੇ ਤਰੀਕੇ ਨਾਲ ਪੜਾਵਾਂਗੇ ਜਿੰਨੀਆਂ ਟਾਈਪਸ ਨੇ ਆਮ ਯੂ ਸਪੀਕਿੰਗ ਦੀਆਂ ਨੇ ਰੀਡਿੰਗ ਦੀਆਂ ਨੇ ਰਾਈਟਿੰਗ ਦੀਆਂ ਨੇ ਲਿਸਨਿੰਗ ਦੀਆਂ ਨੇ ਵੀ ਪ੍ਰੋਮਿਸ ਐਵਰੀ ਸਟੂਡੈਂਟ ਕਿ ਅਸੀਂ ਉਦੋਂ ਤੱਕ ਅਗਲੀ ਟਾਈਪ ਤੇ ਨਹੀਂ ਜਾਵਾਂਗੇ ਜਦੋਂ ਤੱਕ ਪਹਿਲੀ ਟਾਈਪ ਅਸੀਂ ਸੈਟੀਸਫਾਈ ਨਹੀਂ ਕਰਾਂਗੇ ਜੀ ਅਸੀਂ ਕੋਸ਼ਿਸ਼ ਵੀ ਚੀਜ਼ਾਂ ਨੂੰ ਮੈਸ ਨਹੀਂ ਕਰਨਾ ਚਾਹੁੰਦੇ ਸਾਡਾ ਕ੍ਰਾਈਟੇਰੀਆ ਕੀ ਆ ਜਿਵੇਂ ਅਸੀਂ ਕੱਲ ਤੁਹਾਨੂੰ ਰੀਡਿੰਗ ਤੋਂ ਸਟਾਰਟ ਕਰਾਂਗੇ ਕੱਲ ਦੀ ਜਿਹੜੀ ਕਲਾਸ ਹੋਊਗੀ ਉਹਦੇ ਚ ਅਸੀਂ ਕੋਈ ਸਪੀਕਿੰਗ ਦੀ ਕੋਈ ਰਾਈਟਿੰਗ ਦੀ ਕੋਈ ਲਿਸਨਿੰਗ ਦੀ ਗੱਲ ਨਹੀਂ ਕਰਾਂਗੇ ਪੂਰਾ ਤਾਂ ਪੂਰਾ ਟਾਈਮ ਅਸੀਂ ਕਿਹਦੇ ਤੇ ਲਾਵਾਂਗੇ ਰੀਡਿੰਗ ਤੇ ਲਾਵਾਂਗੇ ਤੇ ਰੀਡਿੰਗ ਚ ਤੁਹਾਨੂੰ ਹਰ ਇੱਕ ਕੁਐਸਚਨ ਟਾਈਪ ਦੀ ਆਪ ਪ੍ਰੈਕਟਿਸ ਕਰ ਕਰਕੇ ਦਿਖਾਵਾਂਗੇ ਆਫਟਰ 댓 ਫਿਰ ਇੱਕ ਦਿਨ ਅਸੀਂ ਲਿਸਨਿੰਗ ਤੇ ਪੂਰਾ ਟਾਈਮ ਲਾਵਾਂਗੇ ਇੱਕ ਦਿਨ ਸਪੀਕਿੰਗ ਤੇ ਇੱਕ ਦਿਨ ਰਾਈਟਿੰਗ ਤੇ ਮਤਲਬ ਜੇ ਅਸੀਂ ਕਦੇ ਕੋਈ ਮੋਡਿਊਲ ਚੱਕ ਲਿਆ ਕਦੀ ਕੋਈ ਤੁਸੀਂ ਵੀ ਕਨਫਿਊਜ਼ ਹੋਵੋਗੇ ਸੋ ਇੱਕ ਦਿਨ ਚ ਇੱਕ ਹੀ ਮੋਡਿਊਲ ਪੜਾਵਾਂਗੇ ਅਸੀਂ ਮਤਲਬ ਅਸੀਂ ਇਹ ਚਾਹਾਂਗੇ ਜੇ ਕੱਲ ਦੀ ਅਸੀਂ ਕਲਾਸ ਲਾਵਾਂਗੇ ਕੱਲ ਨੂੰ ਅਸੀਂ ਫੋਰ ਐਗਜ਼ਾਮਪਲ ਰੀਡਿੰਗ ਪੈਕ ਕਰਾਂਗੇ ਠੀਕ ਆ ਰੀਡਿੰਗ ਦੀਆਂ ਅਸੀਂ ਤੁਹਾਨੂੰ ਟਾਈਪਸ ਪਿਕ ਕਰਾਂਗੇ ਫॉर ਇਗਜ਼ਾਮਪਲ ਅਸੀਂ ਤੁਹਾਨੂੰ ਸਿਲੈਕਟ ਕਰਾਵਾਂਗੇ ਕਿ ਮਲਟੀਪਲ ਕਿਵੇਂ ਕਰਨੇ ਆ ਫਿਲ ਇਨ ਦਾ ਬਲੈਂਕ ਕਿਵੇਂ ਕਰਨੇ ਆ ਉਸ ਤੋਂ ਬਾਅਦ ਸਾਰੇ ਬੱਚਿਆਂ ਦੀ ਜਿੰਨੇ ਦੀ ਆਈਡੀ ਹੈ ਉਹ ਸਾਰੀ ਐਕਟਿਵ ਹੋ ਜਾਊਗੀ ਤੁਸੀਂ ਆਪਣੇ ਘਰੇ ਬੈਠੋ ਆਪਣੇ ਫੋਨ ਚੱਕੋ ਆਪਣੀ ਆਈਡੀ ਖੋਲੋ ਤੇ ਤੁਸੀਂ ਉਹ ਰੀਡਿੰਗ ਕਿਤੇ ਰੀਡਿੰਗ ਹੀ ਕਰੋ ਬਸ ਹਾਂ ਓਸ਼ਾਡਵਾਈਲ ਵੀ ਰਮਨ ਨੇ ਅੱਜ ਫਿਰ ਇਹਨਾਂ ਦਾ ਬਲੈਂਕ ਕਰਾਈਏ ਸੀ ਸੀ ਸੋਲਵ ਕਰਕੇ ਦੇਖੀ ਸਾਨੂੰ ਆਂਦੀਆਂ ਨੇ ਹਾਂ ਇਹ ਲੈ ਟਰਾਈ ਕਰੋ ਵੀ ਅੱਜ ਸਾਨੂੰ ਪੜਾਇਆ ਰੀਡਿੰਗ ਹੈ ਤੁਸੀਂ ਜਾ ਕੇ ਲਿਸਨਿੰਗ ਕਰਨ ਲੱਗ ਗਏ ਫਿਰ ਕੋਈ ਬੈਨੀਫਿਟ ਨਹੀਂ ਸਭ ਤੋਂ ਜ਼ਿਆਦਾ ਪ੍ਰੋਬਲਮ ਉਸ ਬੱਚੇ ਦੀ ਹੁੰਦੀ ਹੈ ਕਿ ਮੋਡਿਊਲ ਉਹ ਕਿਹੜਾ ਪੜ ਰਿਹਾ ਹੁੰਦਾ ਤੇ ਉਹ ਬਾਅਦ ਚ ਸੋਚੇ ਕੁਝ ਹੋਰ ਰਿਹਾ ਨਾ ਮੈਂ ਰੀਡਿੰਗ ਪੜਾਉਂਗਾ ਉਹ ਬਾਅਦ ਚ ਅਨਮੇਟ ਹੋ ਕੇ ਸਿਰ ਲਿਸਨਿੰਗ ਚ ਨਾ ਮੈਂ ਅੱਬੀ ਤੂੰ ਰੀਡਿੰਗ ਤੇ ਖੜ ਜਾ ਮਤਲਬ ਰੌਲਾ ਇਹ ਹੈਗਾ ਕਿ ਸਾਨੂੰ ਕਾਲੀ ਬਹੁਤ ਅਕੈਨੇਡਾ ਜਾਣ ਦੀ ਇੰਜ ਆਸਟ੍ਰੇਲੀਆ ਜਾਣ ਦੀ ਪਰ ਰੌਲਾ ਇਹ ਹੈ ਅੱਧੇ ਬਸ ਚ ਆਉਂਦੀ ਜਿੱਥੇ ਡਰਾਈਵਰ ਬੈੰਦਾ ਨਾ ਉਹਦੇ ਨਾਲ ਬੈ ਕੇ ਆਉਂਦੀ ਮੈਂ ਕਿਹਾ ਵੀ ਕਾਤੋਂ ਕਹਿੰਦੀ ਛੇਤੀ ਪਹੁੰਚੂਗੀ ਮੈਂ ਕਿਹਾ ਕਿ ਮੈਂ ਤੇ ਨਹੀਂ ਅੱਗੇ ਬੈਠੀ ਆ ਨਾ ਨਾਲੇ ਉਹਦੇ ਮੈਂ ਕਿਹਾ ਤੇਰਾ ਫਲਾਉ ਤੇ ਇਹ ਕਿੰਨੇ ਲੋਕ ਆ ਮੈਂ ਨਾ ਜਿੱਕ ਗੱਲ ਨਾ ਸੋਚ ਰਿਹਾ ਇਸ ਵੀ ਅਮੀਰ ਹੋਣ ਦੀ ਨਿਸ਼ਾਨੀ ਉਦੋਂ ਹੁੰਦੀ ਹੈ ਜਦੋਂ ਬੰਦਾ ਨਾ ਮਤਲਬ ਤੁਸੀਂ ਦੇਖ ਲਿਓ ਤੁਸੀਂ ਹੈਗੇ ਹੋ ਅਮੀਰ ਹਲੇ ਕਿ ਨਹੀਂ ਹੈਗੇ ਤੁਹਾਨੂੰ ਪਤਾ ਲੱਗ ਜਾਊਗਾ ਮੈਂ ਨਿਸ਼ਾਨੀ ਦੱਸਦਾ ਨਾ ਕਿ ਜਦੋਂ ਬੰਦੇ ਕੋਲੇ ਜਿਹੜਾ ਸਾਈਕਲ ਹੈ ਉਹ ਗੇਰਾਂ ਵਾਲਾ ਹੋਵੇ ਵੀ ਜਿਹੜੀ ਗੱਡੀ ਐ ਉਹ ਬਿਨਾ ਗੇਰ ਵਾਲੀ ਹੋਵੇ ਬਸ ਇਹ ਸਮਝ ਲਿਓ ਵੀ ਉਦੋਂ ਬੰਦਾ ਅਮੀਰ ਹੋ ਗਿਆ ਹੁਣ ਤੁਸੀਂ ਦੇਖ ਲਿਓ ਵੀ ਜੇ ਤੇ ਤੁਹਾਡੇ ਕੋਲੇ ਆ ਗਿਆ ਨਾ ਆ ਗਿਆ ਹੁਣ ਅੱਦੇ ਇਹ ਵੀ ਕਹਿੰਦੇ ਨੇ ਸਰ ਮਤਲਬ ਸਾਈਕਲ ਗੇਰ ਵਾਲਾ ਹੈਗਾ ਅੱਦੇ ਕੰਮ ਹੀ ਰਹੇਗਾ ਵੀ ਮਾਹੌਲ ਸ਼ੁਰੂ ਹੋ ਰਿਹਾ ਪਰ ਇਹ ਗੱਲ ਦਿਮਾਗ 'ਚ ਰੱਖਿਓ ਕਿ ਇੰਟਰਸਟ ਤੁਹਾਡਾ ਤੁਹਾਡੇ ਤੁਹਾਨੂੰ ਪਤਾ ਹੈ ਤੁਹਾਡੇ ਇਸ ਚੀਜ਼ ਬੋਲਦੇ ਨੇ ਹਰ ਪਤਾ ਸੱਚੀ ਕਹਿੰਦੇ ਆ ਤੁਸੀਂ ਜਦੋਂ ਸਮਾਈਲ ਕਰਦੇ ਹੋ ਸਾਨੂੰ ਪਤਾ ਲੱਗਦਾ ਵੀ ਹੁਣ ਕਿਵੇਂ ਦਾ ਮਾਹੌਲ ਹੈ ਤੁਸੀਂ ਐ ਡੰ ਨੱਟੇ ਬਣੇ ਰਹਿੰਦੇ ਹੋ ਹੁਣ ਸਾਨੂੰ ਪਤਾ ਲੱਗਦਾ ਵੀ ਮੱਚੇ ਪਏ ਨੇ ਜਮੇ ਖੁਸ਼ ਰਹਿਇਆ ਕਰੋ ਘਰ ਦੇ ਨਾਲ ਗੁੱਸਾ ਮੇਰੀ ਕਲਾਸ ਤੇ ਨਾ ਕਰਿਆ ਕਰੋ ਆ ਦੇਖ ਦਇਆ ਪੈ ਵੀ ਚੱਲੇ ਚਈਆਂ ਚਈਆਂ ਹੋ ਰਿਆ ਹੈ ਚੜਾਈ ਹੈ ਵੈਰੀ ਗੁੱਡ ਤੁਸੀਂ ਅਸੀਂ ਨਾ ਤੁਹਾਨੂੰ ਕਲਾਸ ਨੂੰ ਇੰਨੇ ਇੰਟਰਸਟਿੰਗ ਬਣਾਉਣਾ ਚਾਹੁੰਦੇ ਆ ਫੋਰ ਏਗਜ਼ਾਮਪਲ ਮੇਰੀ ਆਦਤ ਹੈ ਮੈਂ ਕਲਾਸ ਨੂੰ ਅਨਮਿਊਟ ਕਰਕੇ ਕਿਸੇ ਬੱਚੇ ਤੋਂ ਕੋਈ ਸਵਾਲ ਪੁੱਛ ਕੇ ਉਸ ਬੱਚੇ ਨੂੰ ਅਸੀਂ ਪੀਟੀ ਦੀ ਕਲਾਸ ਨੂੰ ਐਕਸਟੈਂਡ ਕਰਨਾ ਚਾਹੁੰਦੇ ਆ ਉਹਨੂੰ ਗਿਫਟ ਦੇਣਾ ਚਾਹੁੰਦੇ ਆ ਉਹਨੂੰ ਗੂਗਲ ਪੇ ਕਰਨਾ ਚਾਹੁੰਦੇ ਆ ਉਹਨੂੰ ਗਿਫਟ ਭੇਜਣਾ ਚਾਹੁੰਦੇ ਆ ਉਹਦੇ ਘਰੇ ਮਤਲਬ ਐਵੇਂ ਦੀਆਂ ਸ਼ਰਾਰਤਾਂ ਅਸੀਂ ਤੁਹਾਡੇ ਨਾਲ ਕਰਦੇ ਰਵਾਂਗੇ ਪਰ ਉਹਦਾ ਰੀਜ਼ਨ ਇਹੀ ਹੈ ਨਾ ਇਫ ਯੂ ਪੀਪਲ ਮੇਕ ਅਸ ਇੰਟਰਸਟ ਅਸੀਂ ਆਫ ਦਾ ਇੰਟਰਸਟ ਡਬਲ ਦਿਖਾਵਾਂਗੇ ਜੇ ਤੁਸੀਂ ਨਹੀਂ ਦਿਖਾਉਂਗੇ ਫਿਰ ਅਸੀਂ ਨਾ پتہ ਬੜੀ ਸਾਫ਼ ਜੀ ਗੱਲ ਇਹ ਕਹਿਣਾ ਚਾਹੁੰਦੇ ਆ ਅਸੀਂ ਆਪਣੇ ਪੜਾਉਣ ਨੂੰ ਨਾ ਬੋਝ ਨਹੀਂ ਸਕਦੇ ਨਾ ਚਾਹੁੰਦੇ ਮਤਲਬ ਸਾਨੂੰ ਸ਼ਿੱਦਤ ਹੈ ਯਾਰ ਪੜਾਉਣ ਨਾਲ ਸਾਨੂੰ ਪਿਆਰ ਹੈ ਚੀ ਸੱਚੀ ਗੱਲ ਹੈ ਅਸੀਂ ਆਪਸ ਵਿੱਚ ਲੜਪਾਂ ਨਿਆ ਜੇ ਸਾਨੂੰ ਇੱਕ ਦੂਜੇ ਦੀ ਗੱਲ ਪਸੰਦ ਨਾ ਆਵੇ ਨਾ ਵੀ ਕਲਾਸ 'ਚ ਇਹ ਵਧੀਆ ਨਹੀਂ ਪੜਾਇਆ ਤੇ ਇਹ ਵੀ ਸਾਨੂੰ ਪਤਾ ਹੁੰਦਾ ਸੋ ਅਗਰ ਭਾਈ ਫੋਰ ਐਗਜ਼ਾਮਪਲ ਕਲਾਸ ਖਤਮ ਹੋਈ ਤੇ ਅਸੀਂ ਇੱਕ ਦੂਜੇ ਨੂੰ ਪਤਾ ਕੀ ਕਿਹਾ ਯਾਰ ਅੱਜ ਨਾ ਮਜ਼ਾ ਨਹੀਂ ਆਇਆ ਜਦੋਂ ਅਸੀਂ ਕਹਿੰਦਾ ਨਾ ਸਾਨੂੰ ਮਜ਼ਾ ਨਹੀਂ ਆਇਆ ਖੜਾ ਦਿਮਾਗ ਇਹ ਜੈ ਅਸੀਂ ਕਲਾਸ ਚ ਬੱਚੇ ਨੂੰ ਮੈਸੇਜ ਪਤਾ ਕੀ ਪਾ ਦਨੇ ਆ ਵੀ ਅੱਜ ਦੀ ਕਲਾਸ ਤੇ ਕਿਸੇ ਬੰਦੇ ਤੋਂ ਅਸੀਂ ਪੈਸੇ ਨਹੀਂ ਲੈਂਦੇ ਇੱਕ ਦਿਨ ਐਕਸਟੈਂਡ ਕਰਾਂਗੇ ਤੇ ਬੱਚੇ ਪੁੱਜਣ ਵੀ ਕਾਹਤੋਂ ਅਸੀਂ ਕਹਿੰਨੇ ਵੀ ਜਦੋਂ ਸਾਨੂੰ ਨਹੀਂ ਮਜ਼ਾ ਹੈ ਤੁਹਾਨੂੰ ਕਿੱਥੋਂ ਆਏ ਹੋਗਾ ਹਾਂ ਮਤਲਬ ਮਾਹੌਲ ਇਹ ਹੈ ਕਿ ਸਾਰੀਆਂ ਚੀਜ਼ਾਂ ਇੱਕ ਜ਼ਿੰਦਗੀ ਦਾ ਰੂਲ ਯਾਦ ਰੱਖ ਲਈਓ ਜਦੋਂ ਪ੍ਰਾਇੋਰਟੀ ਪੈਸਾ ਹੋਗੀ ਨਾ ਉਦੋਂ ਸਕਸੈਸ ਨਹੀਂ ਆਉਂਦੀ ਕਦੇ ਵੀ ਨਹੀਂ ਆਉਂਦੀ ਜਦੋਂ ਦਿਮਾਗ 'ਚ ਨਾ ਪੈਸਾ 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 ਵੱਜੂਗਾ ਤਾਂ ਕਦੇ ਵੀ ਸਕਸੈਸ ਨਹੀਂ ਆਉਂਦੀ ਤੁਸੀਂ ਆਪਣੇ ਕੰਮਕਣੀ ਭੱਜੀ ਚਲੋ ਪੈਸਾ ਤਾਂ ਐ 2000 ਦਾ ਨੋਟ ਭੱਜ ਕੇ ਚੜ ਜਾਣਾ ਜੇਬ ਚ ਵੀ ਮੈਂ ਤਾਂ ਤੀਰਾਂ ਤਿੱਥੋਂ ਨਹੀਂ ਮੈਂ ਦੂਰ ਹੁੰਦਾ 2000 ਤੇ ਰੰਗ ਬੰਦ ਹੋ ਗਏ ਨਾ ਪਾ ਨਹੀਂ ਚੜੂਗਾ ਚਲੋ ਆਜੋ ਬਸ ਇਹ ਗੱਲ ਯਾਦ ਰੱਖੋ ਪੇਪਰ ਕਲੀਅਰ ਕਰੋ ਉਸ ਤੋਂ ਬਾਅਦ ਤੁਸੀਂ ਮੇਰੇ ਕੋਲ ਸਾਰੇ ਬੱਚੇ ਆਪਣੀ ਨੋਟਬੁੱਕ ਦੇ ਉੱਤੇ ਪਲੀਜ਼ ਲਿਖ ਲਓ ਲਰਨ ਲਿਖਿਓ ਪਲੀਜ਼ ਸਾਰੇ ਬੱਚੇ ਲਿਖਿਓ ਲਰਨ L E A R N ਸਾਰੇ ਲਿਖ ਲੋ ਬੇਨਤੀ ਹੈ ਲਿਖ ਨਹੀਂ ਦੇ ਤੋ ਹਾਂ ਤੁਸੀਂ ਕਹੋਗੇ ਕਾਪੀ ਲੈ ਕੇ ਬੈਠੇ ਸੀ ਸਰ ਨੇ ਕੁਝ ਲਿਖਾਇਆ ਨਹੀਂ ਹਾਂ ਹੋਰ ਲਿਖ ਲੋ ਯਾਰ ਕੱਲ ਨੂੰ ਲੰਬਾ ਦੇਉਗੇ ਚਾਰ ਬੰਦਿਆਂ ਚ ਸਾਰੇ ਨਿਆਣੇ L E A R N ਲਰਨ ਸਕੂਲ ਚ ਸਬਜੈਕਟ ਸਿੱਖਿਆ ਨਾ ਸ਼ਬਦ ਕਿਉਂ ਹੈ ਲਰਨ ਵੈਰੀ ਗੁੱਡ ਪ੍ਰਿਆ ਲਰਨ ਦਾ ਮਤਲਬ ਹੁੰਦਾ ਪੁੱਤੂ ਸਿੱਖਣਾ ਕਾਜਲ ਲਰਨ ਮਤਲਬ ਹੈ ਸਿੱਖਣਾ ਜਿਹੜੇ ਜਿਹੜੇ ਮੇਰੀਆਂ ਵੀਡੀਓਜ਼ ਨੂੰ ਪਿਆਰ ਕਰਦੇ ਆ ਮੇਰੀ ਕਲਾਸ ਚੋਂ ਸਿੱਖਦੇ ਆ ਕੁਲਵਿੰਦਰ ਲਰਨ ਦੀ ਨਾ ਐਲ ਕੱਟ ਦੋ ਐਲ ਕੱਟਿਓ ਕੀ ਰਹਿ ਗਿਆ ਸੁਵਿਟੀ ਸਹੀ ਹੈ ਜਦੋਂ ਗਰਨੂਰ ਸਹੀ ਹੈ ਨਾ ਬ్రో ਲਰਨ ਦੀ ਐਲ ਕੱਟਦੀ ਤਾਂ ਪਿੱਛੇ ਕੀ ਰਹਿ ਗਿਆ ਅਰਨ ਤੇ ਮੈਂ ਤਨ ਸਾਰਿਆਂ ਨੂੰ ਇਹ ਪ੍ਰੋਮਿਸ ਕਰਦਾ ਜੇ ਵਧੀਆ ਲਰਨ ਕਰੋਗੇ ਤਾਂ ਇਸ ਲੈਵਲ ਦਾ ਅਰਨ ਕਰੋਗੇ ਨਾ ਪ੍ਰਜਾਪਤੀ ਕਮਾਲ ਹੋ ਜਾਣੀ ਹੈ ਬਸ ਇਹੀ ਚਾਹੁੰਦੇ ਆ ਕਿ ਸਿੱਖੋ ਅਸੀਂ ਤੁਹਾਨੂੰ ਬੈਸਟ ਪੜਾਵਾਂਗੇ ਠੀਕ ਹੈ ਤੇ ਆਓ ਪੀਟੀ ਨੂੰ ਥੋੜਾ ਹੋਰ ਅੱਗੇ ਲੈ ਕੇ ਜਾਂਦੇ ਹਾਂ ਪਤਾ ਕੀ ਹੈ ਅਸੀਂ ਨਾ ਥੋਪਣਾ ਨਹੀਂ ਚਾਹਦੇ ਤੁਹਾਨੂੰ ਕੁਝ ਵੀ ਅਸੀਂ ਧੱਕੇ ਨਾਲ ਨਹੀਂ ਤੁਹਾਨੂੰ ਪੜਾਉਣਾ ਚਾਹੁੰਦੇ ਮਤਲਬ ਉਹ ਟ੍ਰੇਨਰ ਕਾਦਾ ਯਾਰ ਜਿਹੜਾ ਬੋਰ ਕਰੇ ਮਜ਼ਾ ਤਾਂ ਉਹ ਟ੍ਰੇਨਰ ਦਾ ਨਾ ਜਿਹਦੀ ਸਾਨੂੰ ਵੇਟ ਹੋਵੇ ਕੋਈ ਬੰਦੇ ਦੇ ਮੂੰਹ ਆਗਲ ਨਿਕਲੇ ਨਾ ਵੀ ਰਮਨ ਯੂ ਆਰ ਮਾਈ ਫੇਵਰਿਟ ਜਾਂ ਨਮਨੀਤ ਯੂ ਆਰ ਮਾਈ ਫੇਵਰਿਟ ਸਾਨੂੰ ਨਾ ਸਾਡਾ ਖੂਨ ਵਾਜ ਜਾਂਦਾ ਹੈਗਾ ਸਾਡਾ ਪਾਣੀ ਵੀ ਲੱਗਣ ਲੱਗਿਆ ਨੇ ਫਿਰ ਪਾਏ ਕੋਲ ਹਾਂਜੀ ਜਦੋਂ ਕਿਸੇ ਦਾ ਰਿਜ਼ਲਟ ਆ ਜਾਂਦਾ ਸੀ ਪੈਰ ਛੱਡਦੇ ਨੇ ਨਾਲ ਦੇ ਨਾਲ ਸਾਡਾ ਰੀਟ ਵਾਜ ਜਾਂਦਾ ਹੈਗਾ ਠੀਕ ਹੈ ਤਾਂ ਹਾਈਕ ਇੰਪੋਰਟੈਂਟ ਚਾਹ ਦੱਸਣੀ ਸੀ ਜਿਵੇਂ ਤੁਹਾਨੂੰ ਸਭ ਨੂੰ ਆਈਡੀਆਂ ਮਿਲ ਗਈਆਂ ਬਟ ਹਾਲੇ ਚੱਲੀਆਂ ਨਹੀਂ ਸੀਗੀਆਂ ਸਾਰਿਆਂ ਸੌਰਾ ਬੈਠੇ ਜਦੋਂ ਕਲਾਸ ਖਤਮ ਹੋਗੀ ਇਮੀਡੀਏਟਲੀ ਤੁਹਾਡੇ ਸਾਰਿਆਂ ਦੀਆਂ ਆਈਡੀਆਂ ਕ੍ਰੀਏਟ ਹੋ ਜਾਣਗੀਆਂ ਠੀਕ ਹੈ ਆਪਣੇ ਆਪ ਚੱਲ ਪੈਣਗੇ ਫਿਰ ਤੁਸੀਂ ਲੌਗਇਨ ਉਹਦੇ ਚ ਕਰ ਸਕਦੇ ਹੋ ਉਹ ਅਸੀਂ ਤਾਂ ਨਹੀਂ ਦਿੱਤੀ ਤੁਸੀਂ ਪਹਿਲਾਂ ਹੀ ਖੋਲ-ਖੋਲ ਕੇ ਸਾਨੂੰ ਸਵਾਲ ਪੁੱਛੀ ਜਾਣੇ ਸੀ ਅਸੀਂ ਪਹਿਲਾਂ ਤੁਹਾਨੂੰ ਦਿਖਾਵਾਂਗੇ ਵੀ ਇਹਨੂੰ ਚਲਾਉਣਾ ਕਿਵੇਂ ਆ ਹਾਂ ਇਮੀਡੀਏਟਲੀ ਇਹ ਮੇਰੀ ਮਜਬੂਰੀ ਇਹਦੇ ਹੈਗੇ ਨੇ ਸਾਗਰ ਸਾਗਰ ਆ ਮੈਂ ਕਹਦਾ ਸਾਗਰ ਦੇ ਕਿ ਤੇਰੀ ਬੌਟੀ ਤਾਂ ਨਹੀਂ ਇੰਡੀ ਦਾ ਜ਼ਿਕਰ ਦੀ ਰਮਨ ਸਰਾਇ ਲਵ ਯੂ ਬ੍ਰੋ ਕਿਆ ਬਾਤ ਹੈ ਥੈਂਕ ਯੂ ਜਾਨ ਥੈਂਕ ਯੂ ਥੈਂਕ ਯੂ ਗਰਨੂਰ ਦੇਖੋ ਹੁਣ ਆਪਾਂ ਅਗਲੀ ਚੀਜ਼ ਤੇ ਆਉਨੇ ਆਂ ਸਕੋਰ ਪਤਾ ਲੱਗਾ 360 ਹੈ ਸਾਰੇ 90 90 90 90 ਮਤਲਬ 90 90 ਨੰਬਰਾਂ ਦਾ ਸਾਰਾ ਕੁਝ ਅਜੈਜ਼ 90 ਨੰਬਰਾਂ ਦਾ ਡੀਅਰ ਹੈਗਾ ਤੁਹਾਡਾ ਸਪੀਕਿੰਗ 90 ਦਾ ਰਾਈਟਿੰਗ 90 ਦਾ ਰੀਡਿੰਗ 90 ਦਾ ਲਿਸਨਿੰਗ ਤੁਸੀਂ ਐਂ ਦੇਖੋ ਇੱਕ ਬੜੀ ਘੈਂਟ ਗੱਲ ਰੀਡਿੰਗ ਸਪੀਕਿੰਗ ਦੇ ਇੰਨੇ ਨੇ ਮਾਰਕਸ ਨੇ ਆ ਸਪੀਕਿੰਗ ਚ ਜੁੜ ਕੇ ਆ ਰੀਡਿੰਗ ਚ ਆ ਲਿਸਨਿੰਗ ਚ ਰਾਈਟਿੰਗ ਦੇ ਆ ਐਚ ਆ ਐਚ ਭਾਵੇਂ ਉਲਟੇ ਪੁਲਟੇ ਉੱਪਰ ਜਿੰਨੇ ਮਰਜੀ ਜੁੜੇ ਜਦੋਂ ਨੀਚੇ ਜੋੜ ਲਾਇਆ ਨਾ 90 ਬਣਨਗੇ ਸਾਰਿਆਂ ਦਾ 90 90 90 90 ਬਣ ਗਿਆ ਮਤਲਬ ਇਦੋਂ ਵਧੀਆ ਕੁਝ ਨਹੀਂ ਹੈਗਾ ਦੈਟਸ ਇਟ ਮਤਲਬ ਅਸੀਂ ਇਹ ਸਮਝਾਉਣਾ ਚਾਹੁੰਦੇ ਆ ਕਿ ਕੋਈ ਵੀ ਬੱਚਾ ਸਾਡੇ ਕੋਲੇ ਪੜੇ ਤਾਂ ਅਸੀਂ ਉਹਨੂੰ ਬਹੁਤ ਵਧੀਆ ਪੜਾਈਏ ਦੈਟਸ ਇਟ ਮੈਨੂੰ ਸਰ ਇਦਾਂ ਲੱਗਦਾ ਇੱਕ ਗੱਲ ਬਹੁਤ ਜ਼ਰੂਰੀ ਹੈ ਜਿਵੇਂ ਅੱਜ ਤੁਸੀਂ ਇਹ ਇਸ ਚੀਜ਼ ਤੋਂ ਨਾ ਉਲਝਣ ਦੀ ਲੋੜ ਨਹੀਂ ਹੈਗੀ ਵੀ ਕਿਹੜੇ ਕਿੱਧਰ ਉਹ ਤੇ ਜਿਹੜਾ ਆਪਾਂ ਚੱਕ ਕੇ ਲ ਜਾਣੇ ਆ ਵੀ ਉਹਨੂੰ ਛੱਡ ਕੇ ਆਉਣਾ ਕਿਤੇ ਉਹਨਾਂ ਨੇ ਆਪ ਹੀ ਚਲ ਜਾਣਾ ਮਤਲਬ ਤੁਸੀਂ ਹਰ ਇੱਕ ਕੁਐਸਚਨ ਟਾਈਪ ਤੇ ਬਹੁਤ ਫੋਕਸ ਕਰੋ ਵੀ ਅਸੀਂ ਸਾਰੇ ਹੀ ਵਧੀਆ ਕਰਨੇ ਨੇ ਨੰਬਰ ਆਪੇ ਪਹੁੰਚ ਜਾਣਗੇ ਉਹਨਾਂ ਨੇ ਜਿੱਥੇ ਵੀ ਜਾਣਾ ਹੈ ਤਰਨ ਕੀ ਹਲਚਲ ਕਿਵੇਂ ਹੋ ਮੈਂ ਤੁਹਾਨੂੰ ਜਾਣਦਾ ਹਨ ਵੈਰੀ ਗੁੱਡ ਹਨਾ ਹਾਂ ਕੜਾਈ ਹੈ ਮੈਂ ਇੱਕ ਨਾ ਇੱਕੇਰ ਮੈਨੂੰ ਮੁੰਡਾ ਨਾ ਬਈ ਤੁਸੀਂ ਚਨਾਗਰੇ ਤੋਂ ਤਾਂ ਨਹੀਂ ਹੈਗੇ ਲੈ ਮੇਰੇ ਤੇਜੀ ਦਾ ਭਰਾ ਹੈ ਨਾ ਬਈ ਤੂੰ ਕਰੀਆਂ ਮਿਊਟ ਤੇ ਯਾਰ ਕੀ ਆ ਬਾਤ ਹੈ ਹੈਨਾ ਅਨਮਿਊਟ ਕਰੀਏ ਅਨਮਿਊਟ ਅਨਮਿਊਟ ਇਹ ਅਨਮਿਊਟ ਦਾ অপਸ਼ਨ ਹੋਗਾ ਤੁਨ ਹੋਏਗਾ ਨਾ ਮਿਊਟ ਇਹ ਤੁਹਾਡੇ ਨਾ ਆਡੀਓ ਸੈਟਿੰਗ ਚ ਆ ਕੇ ਇਹ ਅਨਮਿਊਟ ਮੰਗ ਲਓ ਆਸਕ ਟੂ ਅਨਮਿਊਟ ਕਰੇ ਮਨੇ ਜੇ ਹੁੰਦਾ ਤੁਹਾਡਾ ਦੇਖਿਆ ਆਡੀਓ ਆਡੀਓ ਕਲਾ ਪਰ ਚੱਲ ਤੂੰ ਤੇਜ਼ੀ ਦਾ ਭਰਾ ਹੈ ਨਾ बस ਇਹਨਾਂ ਦੱਸ ਦੇ ਮੈਨੂੰ ਬਸ ਮੈਂ ਪਛਾਣ ਲਿਆ ਰੇ ਮੈਨੂੰ ਨਾ ਯਾਰ ਮੈਂ ਤੈਨੂੰ ਬੜੇ ਟਾਈਮ ਪੁਰਾਣਾ ਦੇਖਿਆ ਹੋਇਆ ਸਿਨਮੇਕਣੀ ਦੇਖਿਆ ਸੀ ਮੈਂ ਤੈਨੂੰ ਹਨਾ ਮੈਂ ਮੈਨੂੰ ਨਾ ਚਿਹਰੇ ਯਾਦ ਰਹਿੰਦੇ ਨੇ ਰੋਲਾ ਇਹ ਤਾਂ ਜੋ ਬਹੁਤ ਸਾਰੇ ਨਰਜਪਤੀ ਹਾਂ ਪਰਜਪਤੀ ਤਾਂ ਮੈਂ ਜਾਣਦਾ ਬਿਲਕੁਲ ਹਾਂ ਹਾਂ ਉਹ ਤਾਂ ਆਪਾਂ ਜਿੱਥੇ ਆਪਾਂ ਹੁੰਨੇ ਉੱਥੇ ਪਰਜਪਤੀ ਹੁੰਦੇ ਅੱਛਾ ਪਰਜਪਤੀ ਢੋਲ ਨ ਮਾਰੇ ਮੈਂ ਦੇ ਮੱਦੇ ਨੂੰ ਮਾਰੇਗਾ ਅੱਛਾ ਪਰਜਪਤੀ ਕਿਹੜਾ ਲਗਾ ਕੋਈ ਨਾ ਕਹਿੰਦਾ ਕਿ ਸੌਂ ਰਹੇ ਨੇ ਫੋੜ ਦੇ ਕਿ ਅਰੀ ਨੂੰ ਬੈਠੀ ਆਪਣੀ ਹਨਾ ਇੱਕ ਰਜਨੀਪਿੰਨ ਵੀ ਬੈਠੇ ਸੀਗੇ ਹਾਂ ਤੇ ਇੱਕ ਦੋ ਆ ਜੈਸੂ ਬੈਠੀ ਐ ਨੀ ਤੇ ਇਹ ਉਹ ਕੁੜੀ ਹੈ ਜਿਹਨੇ ਮੈਨੂੰ ਉੱਥੇ ਬ੍ਰੈਂਟਨ ਕਮਾਇਆ ਸੀਗਾ ਓਕੇ ਓਕੇ ਵੈਰੀ ਗੁੱਡ ਥੈਂਕ ਯੂ ਸੋ ਮੱਚ ਟੂ ਯਰ ਹਸਬੈਂਡ ਯੂ ਇਹ ਜਿਨ੍ਹਾਂ ਨੇ ਸਿਪਰ ਦਿੱਤਾ ਸੀ ਮੈਨੂੰ ਇਹ ਉਹ ਨਹੀਂ ਇਹ ਉਹ ਪਾਪੀ ਬੰਦੇ ਨੇ ਆਹ ਰਜਨੀ ਬੈਠੀ ਹੈ ਭੈਣ ਵੈਰੀ ਗੁੱਡ ਠੀਕ ਐ ਸੀ ਲੱਭ ਰਹੀ ਸੀ ਜਿਸਕੇ ਦਿਖ ਨਹੀਂ ਰਹੇ ਹੋਣ ਚਲੋ ਨੈਕਸਟ ਕਰੀਏ ਸਹੀ ਸਹੀ ਨੀਤੇ ਇਹਨੇ ਮੈਨੂੰ ਆਪਣੀ ਗੱਡੀ ਫੜਾਤੀ ਸੀ ਇਹ ਗੱਲ ਪੱਕੀ ਹੈ ਮੈਨੂੰ ਮੇਰੇ ਨਾਲ ਕਿਸੇ ਖਾਸ ਨੇ ਵੀ ਨਹੀਂ ਫੜਾਈ ਸੀ ਉਹ ਸੱਚੀ ਗੱਲ ਹੈ ਹਰੇਕ ਡਰਦਾ ਹੈ ਮੈਂ ਤਾਂ ਚਲਾ ਜਿੱਥੇ ਚਲਾਣੀ ਆ ਇਹ ਇਹ ਉਹ ਨੇ ਇਹ ਮੇਰੇ ਐਚਪੀ ਵਾਲੇ ਇਹਦਾ ਵੀ ਵਾਈਫ ਵੀ ਮੇਰੇ ਮੈਨੂੰ ਨਾਮ ਨਹੀਂ ਬਈ ਤੁਹਾਡਾ ਦਿਮਾਗ ਚਾ ਰਿਆ ਪਰ ਤੁਹਾਡੀ ਮਿਸਿਸ ਵੀ ਮੇਰੇ ਕੋ ਪੜਿਆ ਅਨਮੂਟ ਕਰੀਏ ਤੁਹਾਡਾ ਨਾਮ ਸੀਗਾ ਮੇਰਾ ਨਾਮ ਨਾ ਹਲਕਾ ਕਰਕਾ ਜੀ ਅਮਰੀਸ਼ ਹਾਂ ਤੇ ਤੁਹਾਡੇ ਤੁਹਾਡੇ ਵਾਈਫ ਦਾ ਕੀ ਨਾਮ ਹੈ ਸ਼ਵੇਤਾ ਹਾਂ ਸ਼ਵੇਤਾ मैम ਬਿਲਕੁਲ ਉਹ ਵੀ ਕੰਮ ਤੋਂ ਆਉਂਦੇ ਹੁੰਦੇ ਨੇ ਨਾ ਕਲਾਸ ਲਾਉਂਦੇ ਸੀਗੇ ਹਾਂਜੀ ਬਿਲਕੁਲ ਚਲੋ ਬਹੁਤ ਪਿਆਰ ਵੀਰੇ ਹੋ ਠੀਕ ਠਾਕ ਹੋ ਹਾਂਜੀ ਫਰਸਟ ਕਲਾਸ ਚਲੋ ਬਹੁਤ ਚੰਗੀ ਗੱਲ ਹੈ ਥੈਂਕ ਯੂ ਵੀਰੇ ਥੈਂਕ ਯੂ ਸੋ ਮੱਚ ਸ਼ੈਲੋਜੀ ਹੁਣ ਆਪਾਂ ਚੱਲਦੇ ਆਂ ਅੱਗੇ ਦੇਖਦੇ ਆਂ ਇਹੀ ਗੱਲ ਆ ਤੁਸੀਂ ਇਹ ਦੇਖੋ ਗੱਲ ਸੁਣੋ ਮੰਨ ਕੇ ਚੱਲੋ ਮੈਂ ਉਹ ਤੇਜੀ ਦੇ ਭਰਾ ਨੂੰ ਪਛਾਣਿਆ ਮੈਂ ਉਸ ਉਹਨੂੰ ਗੁੜੀਆਂ ਨੂੰ ਪਛਾਣਿਆ ਕੀ ਨਾਮ ਸੀ ਉਹਦਾ ਇੱਥੇ ਲੰਗੇ ਨਾਮ ਜਿਹੜਾ ਉਹ ਦਿਮਾਗ 'ਚ ਹੋਣਾ ਪਰ ਆਰੇ ਤਰਨ ਹੈ ਨਾ ਮੇਰੀ ਨਾਲ ਕਦੇ ਗੱਲ ਨਹੀਂ ਹੁੰਦੀ ਪਰ ਕਲਾਸ 'ਚ ਨਾ ਫੇਸ ਐਕਸਪ੍ਰੈਸ਼ਨਸ ਨਾਲ ਗੱਲ ਹੁੰਦੀ ਹੈ ਸਾਡੇ ਮਤਲਬ ਮੈਨੂੰ ਪਤਾ ਹੁੰਦਾ ਕਿ ਕੌਣ ਮੇਰੇ ਕੋਲ ਪੜ੍ਹੇਗਾ ਤੇ ਤੁਹਾਨੂੰ ਇਹ ਵੀ ਦੱਸਦਾ ਨਾ ਅੱਜ ਦੀ ਕਲਾਸ ਦੇ ਵਿੱਚ ਬਹੁਤ ਸਾਰੇ आई लेट्स से स्पोकन ਦੇ ਪੀਟੀ ਦੇ ਨੇੜੇ ਤੇੜੇ ਦੇ ਬਹੁਤ ਸਾਰੇ ਸੱਜਣ ਮਿੱਤਰ ਪੱਕਾ ਜੁੜੇ ਹੋਣਗੇ ਅਜੇ ਡੈਮੋ ਚ ਵੀ ਦੇਖੀ ਤਾਂ ਆ ਮਨਜੀਤ कौर ਦੇਖੀ ਤਾਂ ਹਾਸ ਰਹੀ ਹੈ ਦੇਖੀ ਕਿਤੇ ਪੀਟੀ ਵਾਲੀ ਮੈਡਮ ਹੋਵੇ ਹੈਜੀਤੋ ਅਨਵਿਟ ਕਰੀ ਇੱਕ ਮਿੰਟ ਹਾਈ ਰੋਬਾ ਹਾਈ ਮਨਜੀਤ ਕੀ ਹਲਚਲ ਅਨਵਿਟ ਕਰੋ ਸਰ ਵਧੀਆ ਵਧੀਆ ਸਰ ਕਿਹੜੀ ਜਗ੍ਹਾ ਤੁਸੀਂ ਸਰ ਸਪੋਕਨ ਸਰ ਸਪੋਕਨ ਦੀ ਕਲਾਸ ਲਗਾਈ ਸੀ अच्छा चाचा किडी जगह तुसी ਸਰ ਸੰਗਰੂਰ ਤੋਂ اچھا ਥੋੜਾ ਨਹੀਂ ਕਸੂਰ ਹੈਗਾ ਸਾਡਾ ਜ਼ਿਲ੍ਹਾ ਸੰਗਰੂਰ ਚਲੋ ਬਹੁਤ ਪਿਆਰ ਠੀਕ ਹੈ ਚਲੋ ਜੀ ਅਪਾ ਨੈਕਸਟ ਚਲਦੇ ਆਂ ਸ਼ੈਲੂ ਜੀ ਦੇਖਿਏ ਕੀ ਕੋਸ਼ਿਸ਼ ਸਾਡੇ ਕੋਲ ਠੀਕ ਹੈ ਦੱਸਾਂਗੇ ਕਿ ਕਿਹੜੇ ਕਿੰਨੇ ਕੁਐਸਚਨਸ ਆਉਂਦੇ ਆ ਹਮ ਮਤਲਬ ਅਸੀਂ ਇੱਕ ਵਾਰ ਦੇਖਿਆ ਕਿਹੜੀ ਕਿਹੜੀ ਟਾਈਪਸ ਹੋਣਗੀਆਂ ਕਿੰਨੇ ਕਿੰਨੇ ਨੰਬਰ ਦੀਆਂ ਆਉਣਗੀਆਂ ਹੁਣ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਹੜੀ ਟਾਈਪ ਦੇ ਅਰਾਊਂਡ ਕਿੰਨੇ ਕੁਐਸ਼ਨਸ ਆਣਗੇ ਐਗਜ਼ਾਮਪਲ ਪੇਪਰ ਦੇ ਵਿੱਚ ਸਪੀਕਿੰਗ ਦਾ ਅਰਾਊਂਡ ਜਿਹੜਾ ਰੀਡ ਅਲੌਡ ਹੋਊਗਾ ਉਹ ਲਗਭਗ 6 ਕੁਐਸ਼ਨ ਆਣਗੇ ਯਾਦ ਰੱਖਿਓ ਇਹ 5 ਵੀ ਰਹਿ ਸਕਦੇ ਨੇ ਇਹ 7 ਵੀ ਰਹਿ ਸਕਦੇ ਨੇ 90% ਚਾਂਸਸ ਤਾਂ ਉਹੀ ਨੇ ਜਿਹੜੇ ਅਸੀਂ ਤੁਹਾਨੂੰ ਸੀਕੁਐਂਸ ਦਿੱਤੀ ਆ ਠੀਕ ਹੈ ਬਟ ਉੱਥੇ ਜਦੋਂ ਤੁਸੀਂ ਕਰ ਰਹੇ ਹੋਵੋ ਤੁਹਾਡੇ ਤੋਂ ਵੀ ਨਿਗਿਣੇ ਜਾਣੇ ਵੀ ਕਿੰਨੇ ਆਗੇ ਠੀਕ ਹੈ ਪੰਜ ਆ ਜਾਣਗੇ ਸੱਤ ਆ ਜਾਣਗੇ ਛੇ ਆ ਜਾਣਗੇ ਇੰਨੇ ਹੀ ਹੋਣਗੇ ਅਸੀਂ ਤੁਹਾਨੂੰ ਇਹ ਦੱਸਾਂਗੇ ਕਿ ਕਿਹੜੇ ਮਤਲਬ ਕਿਹੜੀ ਟਾਈਪ ਤੇ ਅਸੀਂ ਵਾਧ ਪ੍ਰੈਕਟਿਸ ਕਰਾਂਗੇ ਕਿਹੜੀ ਟਾਈਪ ਤੇ ਅਸੀਂ ਘੱਟ ਪ੍ਰੈਕਟਿਸ ਕਰਾਂਗੇ ਕਿ ਨੂੰ ਅਸੀਂ ਕਿਵੇਂ ਦੇਖਾਂਗੇ ਕਹਿੰਦਾ ਮਤਲਬ ਹੈਗਾ ਅਸੀਂ ਤੁਹਾਨੂੰ ਇੰਨਾ ਕਿ ਦੱਸਣਾ ਚਾਹੁੰਦੇ ਆ ਕਿ ਜਿਹੜਾ ਰੀਡ ਅਲੌਡ ਹੈ ਨਾ ਉਹਦੀਆਂ 6 ਕੁਐਸਚਨ ਆਣਗੇ ਮਤਲਬ ਇੱਕ ਕੁਐਸਚਨ ਹੋ ਗਿਆ ਨੈਕਸਟ ਅਗਲਾ ਕੁਐਸਚਨ ਪੜ੍ਹਨਾ ਹੈ ਨੈਕਸਟ ਅਗਲਾ ਕੁਐਸਚਨ ਪੜ੍ਹਨਾ ਹੈ ਮਤਲਬ ਲਗਭਗ ਸਤਿੰਦਰ ਭਾਈ 6 ਕੁਐਸਚਨ ਆਣਗੇ ਤੇ ਸਾਨੂੰ ਉਹਨੂੰ ਗੋ ਥਰੂ ਕਰਨਾ ਪਊਗਾ ਪਹਿਲੀ ਚੀਜ਼ ਠੀਕ ਹੈ ਉਸ ਦਾ ਜਿਹੜੇ ਰਿਪੀਟ ਸੈਂਟੈਂਸ ਨੇ ਉਹ 10 ਆਉਣਗੇ ਡਿਸਕ੍ਰਾਈਬ ਇਮੇਜ 4 ਆਉਣਗੀਆਂ ਰੀਟੈਲ ਲੈਕਚਰ 2 ਆਣਗੇ ਤੇ ਅਨਸਰ ਸ਼ਾਰਟ ਕੁਐਸਚਨ 6 ਆਉਣਗੇ ਤੇ ਟੋਟਲ ਜਿਹੜੇ ਸਾਰੇ ਹੋਣਗੇ ਇਹ 28 ਕੇ ਨੰਬਰਾਂ ਦੇ ਹੋਣਗੇ 28 ਕੁਐਸਚਨਸ ਹੋਣਗੇ 28 ਕੁਐਸਚਨ ਸੌਰੀ ਠੀਕ ਹੈ 28 ਕੁਐਸਚਨ ਬਣਦੇ ਨੇ ਸਪੀਕਿੰਗ ਦੇ ਉਸ ਤੋਂ ਜੇ ਰਾਈਟਿੰਗ ਦੀ ਗੱਲ ਕਰਦੇ ਆ ਤਾਂ ਜਿਹੜਾ ਸਮਰਾਈਜ਼ ਜਿਹੜਾ ਰਿਟਨ ਟੈਸਟ ਹੈ ਇਹ ਦੋ ਆਣਗੇ ਮਤਲਬ ਸਮਰੀਏ ਦੋ ਕਰਨੀਆਂ ਨੇ ਨਹੀਂ ਤੇ ਐਸੇ ਇੱਕ ਕਰਨਾ ਹੈ ਮਤਲਬ ਇਹ ਟੋਟਲ ਤਿੰਨ ਟਾਈਪ ਹੋ ਗਈਆਂ ਕੁਐਸਚਨਸ ਨੇ ਜਿਹੜੇ ਜੇ ਅਸੀਂ ਰੀਡਿੰਗ ਦੀ ਗੱਲ ਕਰਦੇ ਆ ਰੀਡਿੰਗ ਦੇ ਕਿੰਨੇ ਕੁਐਸਚਨਸ ਆਣਗੇ ਸਾਨੂੰ ਪੇਪਰ ਦੇ ਵਿੱਚ ਜਿਵੇਂ ਫਿਲ ਇਨ ਦਾ ਬਲੈਂਕ ਹੋ ਗਈਆਂ ਮਲਟੀਪਲ ਫਿਲ ਇਨ ਦਾ ਬਲੈਂਕ ਪੰਜ ਮਲਟੀਪਲ ਚੁਆਇਸ ਦਾ ਇੱਕ ਰੀਆਰਡਰ ਦੋ ਫਿਲ ਇਨ ਦਾ ਬਲੈਂਕ ਚਾਰ ਇਹ ਇੱਕ ਟੋਟਲ 13 ਕੁਐਸਚਨ ਕੋਈ ਜ਼ਿਆਦਾ ਨਹੀਂ ਹੈਗੇ ਲਿਸਨਿੰਗ ਦੇ ਸਮਰਾਈਜ਼ ਸਪੋਕਨ ਆਈਟਮ ਦਾ ਇੱਕ ਕੁਐਸਚਨ ਚੂਜ਼ ਮਲਟੀਪਲ ਆਨਸਰ ਆਈਟਮ ਦਾ ਇੱਕ ਕੁਐਸਚਨ ਫਿਲ ਇਨ ਦਾ ਬਲੈਂਕ ਦੇ ਦੋ ਕੁਐਸਚਨ ਹਾਈਲਾਈਟ ਕਰੈਕਟ ਦੇ ਇੱਕ ਮਤਲਬ ਤੁਸੀਂ ਮੁੱਕ ਦੀ ਗੱਲ ਹੈ ਜਿਵੇਂ ਚਾਹ ਬਣਾਉਣੀ ਹੈ ਨਾ ਵੋ ਥੋੜੀ ਜੀ ਮਿੱਠਾ ਥੋੜੀ ਜੀ 슈ਗਰ ਅੱਛਾ ਮਿੱਠਾ 슈ਕਰ ਇਕ ਵੇ ਚਲ ਥੋੜੀ ਜੀ ਇਲਾਚੀਆਂ ਥੋੜੇ ਜੇ ਲੌਂਗ ਥੋੜਾ ਥੋੜਾ ਲਾਸਟ ਤੇ ਆ ਕੇ ਚਾਹ ਬਣ ਗਈ ਓਵੇਂ ਕੀ ਆ ਅਸੀਂ ਤੁਹਾਨੂੰ ਇਹ ਦੱਸਿਆ ਸੰਦੀਪ ਕਿ ਇੰਨੇ ਨੇ ਇੱਕ ਕੁਐਸਚਨ ਨੇ ਇੰਨੇ ਦੇ ਕੁਐਸਚਨ ਨੇ ਤੇ ਉਹ ਸਾਰੀਆਂ ਚੀਜ਼ਾਂ ਸਾਰੇ ਸਾਨੂੰ ਕੀ ਬਣਾਉਣੀਆਂ ਗਿਆ ਇੱਕ ਲੈਵਲ ਤੇ ਬਣਾ ਦੇਣਗੇ ਵੀ ਸਾਡਾ ਜਿਹੜਾ ਆਈਐਲਸ ਦਾ ਜਿਹੜਾ ਪੀਟੀ ਦਾ ਜਿਹੜਾ ਸਾਡਾ ਸਕੋਰ ਹੈ ਉਹ ਇੰਨਾ ਯਾਰ ਮੈਂ ਤੋਂ ਆਈਐਲਸ ਪੜਾਇਆ ਇੰਨੀ ਕਿ ਤਾ ਤੁਸੀਂ ਮੈਨੂੰ ਮਾਫੀ ਦੇਵੋਗੇ ਇਹ ਜੀ ਕੋਈ ਗੱਲ ਨਹੀਂ ਹੈ ਮੈਂ ਇੱਕ ਤਾਂ ਮਾਫੀ ਮੰਗਦੀ ਆ ਦੇਖੋ ਸਾਨੂੰ 2016 ਤੋਂ ਅਸੀਂ ਪੜਾ ਰਹੇ ਆ ਇਹ ਚ ਸਾਡਾ ਕੋਈ ਕਸੂਰ ਨਹੀਂ ਆ ਤੁਸੀਂ ਇਹ ਦੇਖੋ ਹੁਣ ਆਪਾਂ ਨੂੰ ਇੰਨਾ ਕੁ ਪਤਾ ਲੱਗਿਆ ਵੀ ਜੇ ਅਸੀਂ ਪੇਪਰ ਦੇ ਵਿੱਚ ਬਰੋ ਸਪੀਕਿੰਗ ਦੇ ਕੁਐਸਚਨ 28 ਰਾਈਟਿੰਗ ਦੇ ਤਿੰਨ ਰੀਡਿੰਗ ਦੇ 13 ਲਿਸਨਿੰਗ ਦੇ 12 ਇਹ ਟੋਟਲ ਇੰਨੇ ਕੁਐਸ਼ਨ ਸਾਨੂੰ ਆਉਣਗੇ ਦੈਟਸ ਇਟ ਠੀਕ ਹੈ ਜੀ ਤੇ ਸਾਡੀ ਜਿਹੜੀ ਪਲਾਨਿੰਗ ਹੈਗੀ ਉਹ ਇਹ ਹਾਂ ਐਗਜ਼ੈਕਟਲੀ ਆ ਨਿਊ ਦੇ ਕੋਰੋਨਾ ਪਾ ਤੇ ਆਪਾਂ ਇਹਨੂੰ ਆਈਡੀ ਓ ਆਈਡੀ ਤੇ ਲੈ ਕੇ ਜਾਓ ਆਈਡੀ ਲੈ ਲੈ ਜੀ ਸ਼ੋਰ ਹੁਣ ਦੇਖੋ ਅਸੀਂ ਤੁਹਾਨੂੰ ਇੰਟਰੋਡਕਟਰੀ ਪਾਰਟ ਆ ਜਿਹੜਾ ਪੀਪੀ ਦਾ ਮਤਲਬ ਵੈਰੀ ਵੈਰੀ ਬੇਸਿਕ ਗੱਲਾਂ ਜਿਹੜੀਆਂ ਹੈਗੀਆਂ ਨੇ ਬੇਸਿਕ ਇਨਫੋਰਮੇਸ਼ਨ ਆ ਪੀਟੀ ਬਾਰੇ ਉਹ ਅਸੀਂ ਸਾਰੀ ਦੇ ਚੁੱਕਿਆ ਹੁਣ ਅਸੀਂ ਤੁਹਾਨੂੰ ਆਪਣੀ ਜਿਹੜੀ ਸਟੂਡੈਂਟ ਆਈਡੀ ਆ ਜਿਹੜੀ ਹੈ ਨਾ ਉਹਦੇ ਤੇ ਲੈ ਕੇ ਜਾਂਦੇ ਆ ਉੱਥੇ ਜਾ ਕੇ ਤੁਹਾਨੂੰ ਅਸੀਂ ਦੱਸਾਂਗੇ ਵੀ ਕੀ ਕੀ ਤੁਹਾਡੇ ਕੋਲ ਫੈਸਿਲਿਟੀਆਂ ਨੇ ਉੱਥੇ ਤੁਸੀਂ ਕੀ ਕੀ ਕਰ ਸਕਦੇ ਹੋ ਠੀਕ ਹੈ ਅਸੀਂ ਅੱਜ ਤੁਹਾਨੂੰ ਟੈਸਟ ਦਿਖਾਵਾਂਗੇ ਉੱਥੇ ਦੇ ਤੁਸੀਂ ਆਪਾ ਹੁਣ ਆਈਡੀ ਤੇ ਚੱਲਦੇ ਆਂ ਸਭ ਤੋਂ ਕਮਾਲ ਦੀ ਗੱਲ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਨਾ ਕਿਨੇ ਟਾਈਮ ਤੋਂ ਲੱਗ ਰਹੇ ਹੋ ਨਾ ਬੀਤ ਸੀਤੇ ਪਿਛਲੇ ਸਾਲ ਹੋ ਗਿਆ ਹਾਂ ਇੱਕ ਸਾਲ ਹੋ ਗਿਆ ਸਾਨੂੰ ਅੱਜ ਦਾ ਦਿਨ ਸਾਡੇ ਲਈ ਇੱਕ ਤਿਹਾਰ ਹੈ ਜਮੇ ਵੱਡਾ ਤਿਹਾਰ ਜਿਹਨੂੰ ਕਹਿ ਸਕਦੇ ਹਾਂ ਮਤਲਬ ਤੁਸੀਂ ਯਕੀਨ ਕਰੋ ਅਸੀਂ ਪੀਟੀਈ ਕਦੇ ਸ਼ੁਰੂ ਕਰਨ ਦਾ ਸੋਚਦੇ ਫਿਰ ਨਹੀਂ ਫਿਰ ਸੋਚਦੇ ਜਿਹੜੀ ਤੁਹਾਨੂੰ ਅਸੀਂ ਆਈਡੀ ਪ੍ਰੋਵਾਈਡ ਕਰਾਂਗੇ ਨਾ ਉਹ ਐਵੇਂ ਨਹੀਂ ਹੈਗਾ ਵੀ ਮੂੰਹ ਚੱਕਿਆ ਤੇ ਆਈਡੀ ਨਿਕਲੇ ਨਾ ਜੀ ੜੀ ਅਸੀਂ ਤੁਹਾਨੂੰ ਬੜੀਜ਼ ਆਈਡੀ ਦੇਵਾਂਗੇ ਨਾ ਉਹ ਇਸ ਲੈਵਲ ਤੇ ਕਸਟਮਾਈਜ਼ ਕਰਵਾਈ ਹੋਈ ਹੈ ਕੱਲੀ ਕੱਲੀ ਚੀਜ਼ ਵੀ ਆਹ ਕੁਸ਼ਨ ਉਰੇ ਆਹ ਟੈਸਟ ਵਾਈਜ਼ ਆ ਐਵੇਂ ਮਤਲਬ ਇਹ ਹੈ ਅਸੀਂ ਇਹ ਚਾਹੁੰਦੇ ਆ ਕਿ ਅਸੀਂ ਤੁਹਾਨੂੰ ਉਹ ਚੀਜ਼ ਦੇਈਏ ਜਿਹਦੇ ਨਾਲ ਨਾਲ ਤੁਸੀਂ ਇੰਟਰਸਟ ਰੱਖੋ ਨਾਲੇ ਤੁਸੀਂ ਪ੍ਰੈਕਟਿਸ ਕਰੋ ਤਾਂ ਤੁਹਾਡਾ ਲੈਵਲ ਬਣੇ ਤੇ ਜਦੋਂ ਤੁਸੀਂ ਪੇਪਰ ਦੇਣ ਜਾਓ ਨਾ ਤੇ ਪੇਪਰ ਦੇ ਕੇ ਆ ਕੇ ਸਾਨੂੰ ਅਸੀਸਾਂ ਜ਼ਰੂਰ ਦਿਓ ਵੀ ਯਾਰ ਮਤਲਬ ਜ਼ਿੰਦਗੀ ਬਣਾਤੀ ਤੇ ਸਾਡੀ ਇਹ ਤੋਂ ਬਾਅਦ ਕੁਝ ਨਹੀਂ ਠੀਕ ਹੈ ਜੀ ਤਾਂ ਅਸੀਂ ਤੁਹਾਨੂੰ ਸਟੂਡੈਂਟ ਆਈਡੀ ਦਿਖਾਉਨੇ ਆ ਇਸ ਸਟੂਡੈਂਟ ਆਈਡੀ ਦੇ ਵਿੱਚ ਨਵ ਮੈਮ ਨੇ ਜਿੰਨਾ ਜਿੰਨੇ ਐਫਰਟ ਨੇ ਸਾਰੇ ਨਵ ਦੇ ਨੇ ਟੂ ਬੀ ਵੈਰੀ ਓਨੈਸਟ ਮੈਂ ਕੋਈ ਕ੍ਰੈਡਿਟ ਨਹੀਂ ਲੈਣਾ ਚਾਹੁੰਦਾ ਹੈਗਾ ਸ਼ੀ ਡਿਡ एवरीथिंग ਜੇ ਇਹ ਅੱਜ ਇਹ ਵੀ ਨਾ ਕਹਿੰਦੀ ਨਾ ਤਾਂ ਮੈਂ ਅੱਜ ਕਲਾਸ 'ਚ ਨਾ ਬੈਠਾ ਹੁੰਦਾ ਐਂਡ ਸੱਚਾਈ ਇਹ ਮੇਰਾ ਤਾਂ ਆਲਸ ਬਹੁਤ ਸੋਣਾ ਚੱਲ ਰਿਹਾ ਸੀ ਮੈਂ ਤਾਂ ਉਧਰ ਹੀ ਠੀਕ ਸੀਗਾ ਕਿਉਂਕਿ ਮੈਨੂੰ ਸਾਰਾ ਉਧਰ ਦਾ ਪੇਥ ਜਿਆਦੇ ਆ ਤਾਂ ਮੈਨੂੰ ਨਵ ਨੇ ਕਿਹਾ ਇਹਨਾਂ ਨੂੰ ਸਭ ਆਉਂਦਾ ਇਹ ਇਹਨਾਂ ਨੂੰ ਐ ਕਹਿਣ ਦਾ ਮਨ ਨਹੀਂ ਕਰਦਾ ਨਾ ਚਲੋ ਏ ਨਹੀਂ ਬਟ ਕ੍ਰੈਡਿਟ ਇਨੂੰ ਜੁਆਦੇ ਨਵ ਨੂੰ ਕਿ ਇਹਦੇ ਕਰਕੇ ਆਹ ਸਟਾਰਟ ਹੋ ਗਿਆ ਗੱਲ ਪੱਕੀ ਆ ਤੇ ਹੁਣ ਅਸੀਂ ਸੈਲ ਪਿਪ ਕਰਾਂਗੇ ਉਹ ਵੀ ਨਵ ਕਰ ਰਹੀ ਹੈ ਸਪੋਕਨ ਕਰਵਾ ਮੈਂ ਕਰ ਰਹੇ ਆ ਪੀਟੀ ਕੋਰਸ ਵੀ ਲੈ ਕੇ ਆਵਾਂਗੇ ਜਿਹੜੇ ਬੱਚੇ ਪੀਆਰ ਦੇ ਲਈ ਬਾਹਰ ਦੇ ਬੱਚੇ ਕਰਦੇ ਨੇ ਅਸੀਂ ਉਹ ਵੀ ਪੀਟੀ ਲੈ ਕੇ ਆਵਾਂਗੇ ਠੀਕ ਹੈ ਤਾਂ ਉਹ ਚ ਕੋਈ ਜਿਆਦਾ ਫਰਕ ਨਹੀਂ ਹੋ ਮਾੜਾ ਮਟਾ ਉਨੀ ਕੀ ਦਾ ਫਰਕ ਹੋਗਾ ਦੈਟਸ ਇਟ ਠੀਕ ਹੈ ਚਲੋ ਸਟੂਡੈਂਟ ਆਈਡੀ ਤੇ ਚੱਲਦੇ ਆ ਪ੍ਰੈਪਰ 27.com ਜੀ ਲੌਗ ਇਨ ਕਰੀਏ ਸੋਨੀ ਇੰਜੈਕਸ਼ਨ ਕਿ ਦੀ ओके ਠੀਕ ਹੈ ਜੀ ਜੀ ਇਹ ਖੁੱਲ ਗਈ ਆਪਣੀ ਸਟੂਡੈਂਟ ਆਈਡੀ ਜੀ ਬਿਲਕੁਲ ਜਦੋਂ ਤੁਸੀਂ ਆਪਣੀ ਆਈਡੀ ਓਪਨ ਕਰੋਗੇ ਜਦੋਂ ਤੁਸੀਂ ਇਹਦੇ ਵਿੱਚ ਲੌਗਇਨ ਕਰੋਗੇ ਤਾਂ ਆ ਤੁਹਾਨੂੰ ਡੈਸ਼ਬੋਰਡ ਆ ਜਿਹੜਾ ਤੁਹਾਨੂੰ ਆਪਣੇ ਫਰੰਟ ਤੇ ਦਿਖੂਗਾ ਮਤਲਬ ਬੜਾ ਸਾਫ਼ ਹੈ ਕਿ ਜਦੋਂ ਅਸੀਂ ਸਾਰੇ ਸਟੂਡੈਂਟਸ ਨੂੰ ਆਪਣੀ ਤਰਫ ਤੋਂ ਅਸੀਂ ਆਈਡੀ ਉਹਨਾਂ ਦੀ ਐਕਟੀਵੇਟ ਕਰ ਦਾਂਗੇ ਉੱਤੇ ਜੋ ਹੱਕਾਂ ਦਾ ਦੌਰ ਆ ਪਿਆ ਆਈਡੀ ਐਕਟੀਵੇਟ ਹੈ ਹਰ ਦਾ ਕੁਝ ਨਹੀਂ ਹੋ ਰਿਆ ਮੈਂ ਕਿਹਾ ਖੜ ਚੋ ਕਲਾਸ ਆ ਲੈਣ ਦੋ ਫਿਰ ਛੱਡਾਂਗੇ ਉਹੀ ਹੈ ਵੀ ਇਧਰ ਪਾਣੀ ਝੜ ਦਾਂਗੇ ਕੱਢ ਚੋ ਹੈਨਾ ਤਾਂ ਮਤਲਬ ਸਾਰਿਆਂ ਨੇ ਕੱਲ ਹੋਰ ਦਸੀਏ ਸਾਰਿਆਂ ਦੀਆਂ ਆਈਡੀਆਂ ਸਾਡੇ ਹੱਥ 'ਚ ਨੇ ਕਿਸੇ ਬੱਚੇ ਨੂੰ ਅਸੀਂ 2 ਦਿਨ ਵਾਧ ਦੇਣੀ ਹੈ ਕਿਸੇ ਨੂੰ 2 ਦਿਨ ਘਟ ਦੇਣੀ ਹੈ ਕਿਸੇ ਨੂੰ ਅਸੀਂ ਕੁਐਸਚਨ ਟਾਈਪ ਘਟ ਦੇਣੀ ਹੈ ਕਿਸੇ ਨੂੰ ਵਧ ਦੇਣੀ ਹੈ ਮਤਲਬ ਅਸੀਂ ਜਦੋਂ ਮਰਜ਼ੀ ਕਿਤੇ ਵੀ ਕਸਟਮਾਈਜ਼ ਕਰ ਸਕਦੇ ਹਾਂ ਐਨੀਥਿੰਗ ਐਨੀਥਿੰਗ ਠੀਕ ਹੈ ਤਾਂ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਉਹ ਸਟੈਪ ਲਵਾਂਗੇ ਜਿਹੜੇ ਤੁਹਾਡੇ ਭਲੇ ਲਈ ਹੋਣਗੇ ਅਸੀਂ ਉਹ ਸਟੈਪ ਲਵਾਂਗੇ ਜਿਹੜਾ ਇੱਕ ਸਟੂਡੈਂਟ ਨੂੰ ਮਤਲਬ ਗੱਡਾ ਵਾਈਪ ਦੇਊਗਾ ਸਾਡੀ ਜਿਹੜੀ ਕਸਟਮਾਈਜ਼ਡ ਸਟੂਡੈਂਟ ਆਈਡੀ ਹੈ ਉਹ ਕੁਝ ਇਸ ਤਰੀਕੇ ਨਾਲ ਤੁਹਾਡੇ ਕੇ ਖੁੱਲਣੀ ਆ ਠੀਕ ਹੈ ਹੁਣ ਜਦੋਂ ਤੁਸੀਂ ਹਾਲੇ ਸਟਾਰਟਿੰਗ ਦੇ ਵਿੱਚ ਤੁਸੀਂ ਬਹੁਤ ਇਨੀਸ਼ੀਅਲ ਸਟੇਜ ਤੇ ਹੋ ਅਸੀਂ ਨਹੀਂ ਚਾਹੁੰਦੇ ਕਿ ਤੁਸੀਂ ਬਹੁਤ ਜ਼ਿਆਦਾ ਕਨਫਿਊਜ਼ਨ ਦੇ ਵਿੱਚ ਜਾਓ ਤੁਸੀਂ ਸਭ ਤੋਂ ਪਹਿਲਾਂ ਕੀ ਕਰਨਾ ਆ ਜਿਹੜਾ ਟੈਸਟ ਆ ਟੈਸਟ ਤੇ ਕਲਿੱਕ ਕਰੋਗੇ ਤੇ ਤਿੰਨ ਚੀਜ਼ਾਂ ਨਿਕਲਣਗੀਆਂ ਮੌਕ ਟੈਸਟ ਸੈਕਸ਼ਨ ਵਾਈਜ਼ ਕੁਐਸਚਨ ਵਾਈਜ਼ ਠੀਕ ਹੈ ਜੇ ਆਪਾਂ ਸਭ ਤੋਂ ਪਹਿਲਾਂ ਮੌਕ ਟੈਸਟ ਖੋਲ ਕੇ ਦੇਖਾਂਗੇ ਤਾਂ ਆਪਣੇ ਕੋਲ ਟੋਟਲ ਜਦੋਂ ਅਸੀਂ ਟੈਸਟ ਦਾ ਆਪਸ਼ਨ ਖੋਲਣਾ ਹੈ ਨਾ ਤਾਂ ਸਾਡੇ ਕੋਲ ਤਿੰਨ ਚੀਜ਼ਾਂ ਖੁੱਲ ਗਈਆਂ ਮੌਕ ਟੈਸਟ ਸੈਕਸ਼ਨ ਵਾਈਜ਼ ਟੈਸਟ ਕੁਐਸਚਨ ਵਾਈਜ਼ ਟੈਸਟ ਮਤਲਬ ਕੀ ਹੈਗਾ ਕਿ ਅਸੀਂ ਸਭ ਤੋਂ ਪਹਿਲਾਂ ਮੌਕ ਟੈਸਟ ਖੋਲੀਏ ਅਸੀਂ ਉਹ ਦਿਖਾ ਦਿੰਦੇ ਹਾਂ ਚਲੋ ਜੀ ਜੇਸੀ ਮੌਕ ਟੈਸਟ ਨੂੰ ਕਲਿੱਕ ਕਰਦੇ ਆ ਤੇ ਤੁਸੀਂ ਦੇਖੋਗੇ ਹਰ ਇੱਕ ਸਟੂਡੈਂਟ ਨੂੰ 10 ਮੌਕ ਟੈਸਟ ਮਿਲਣਗੇ ਜਿਵੇਂ ਤੁਸੀਂ ਇੱਥੇ ਦੇਖ ਸਕਦੇ ਹੋ 1 2 10 ਟੈਸਟ ਨੇ ਠੀਕ ਹੈ ਇਹਨੂੰ ਤੁਸੀਂ ਉਦੋਂ ਯੂਜ਼ ਕਰਨਾ ਸ਼ੁਰੂ ਕਰਿਓ ਜਦੋਂ ਤੁਸੀਂ ਸਾਰੇ ਮੋਡਿਊਲਸ ਨੂੰ ਇੱਕ ਵਾਰੀ ਗੋ ਥਰੂ ਹੋ ਜਦੋਂ ਤੁਸੀਂ ਸਾਰੇ ਮੋਡਿਊਲ ਇੱਕ ਵਾਰ ਪੂਰੀ ਤਰ੍ਹਾਂ ਪੜ੍ਹ ਲਿਆ ਨਾ ਤੁਹਾਨੂੰ ਰੀਡਿੰਗ ਦਾ ਪਤਾ ਲੱਗ ਗਿਆ ਤੁਹਾਨੂੰ ਰਾਈਟਿੰਗ ਦਾ ਤੁਹਾਨੂੰ ਲਿਸਨਿੰਗ ਦਾ ਤੁਹਾਨੂੰ ਸਪੀਕਿੰਗ ਦਾ ਫਿਰ ਤੁਸੀਂ ਮੌਕ ਟੈਸਟ ਖੋਲ੍ਹਿਓ ਤੇ 2 ਘੰਟੇ ਆਪਦੇ ਮਿੱਤਰ ਮਿੱਤਰੀ ਲੇਡੀ ਲੇਡ ਨੂੰ ਕਹਿ ਰਹੀ ਹਾਂ ਵੀ ਮੈਨੂੰ ਮੈਸੇਜ ਨਾ ਕਰੀ ਹੁਣ ਮੈਂ ਇਕੱਲਾ ਕਨਸੈਂਟਰੇਟ ਇਧਰ ਕਰਨ ਲੱਗੇ ਆ ਕਿਤੇ ਉਹ ਇਧਰੋਂ ਮੈਸੇਜ ਕਰੀ ਚੱਲੇ ਉਹ ਲਿਖੇ ਹਾਏ ਤੁਹਾਡੇ ਹਾਏ ਨਿਕਲ ਜੇ ਹਨਾ ਫਿਰ ਮਤਲਬ ਰੌਲਾ ਇਹ ਹੈਗਾ ਟੈਸਟ ਨਹੀਂ ਹੋਣਾ ਹੈਗਾ ਦੇਖੋ ਅਸੀਂ ਤੁਹਾਨੂੰ ਥਿਸ ਇਸ ਸੈਟਰਡੇ ਇਹ ਮੌਕ ਟੈਸਟ ਕਰਨ ਦੇ ਏਬਲ ਕਰ ਦੋਗੇ ਹਾਂ ਚਲੋ ਸਾਡਾ ਇਹ ਸਾਰੀ ਕਲਾਸ ਨਾਲ ਪ੍ਰੋਮਿਸ ਹੈਗਾ ਕਿ ਅਸੀਂ ਤੁਹਾਨੂੰ ਇੰਨਾ ਪੜਾਵਾਂਗੇ ਅੱਜ ਸੋਮਵਾਰ ਹੈ ਜੀ ਮੰਗਲਵਾਰ ਕੱਲ ਨੂੰ ਪੜਾਵਾਂਗੇ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਅਸੀਂ ਚਾਰ ਕਲਾਸਾਂ ਤੁਹਾਨੂੰ ਇੰਨਾ ਕੁ ਦੱਬ ਕੇ ਪੜਾਵਾਂਗੇ ਅਸੀਂ ਸਾਰੀ ਕਲਾਸਾਂ ਨੂੰ ਵੀ ਪ੍ਰੋਮਿਸ ਕਰਦੇ ਆ ਕਿ ਸੈਟਰਡੇ ਦਾ ਮੌਕ ਟੈਸਟ ਤੁਸੀਂ ਆਪ ਕਰੋਗੇ ਆਪਣੇ ਹੱਥੀ ਮਤਲਬ ਤੁਸੀਂ ਬੈਂਡ ਸਕੋਰ ਇਹ ਜਜ ਕਰੋਗੇ ਯਾਰ ਸਾਡੇ ਕਿੰਨੇ ਬੈਂਡ ਸਕੋਰ ਨੇ ਮਤਲਬ ਵੀ ਪ੍ਰੋਮਿਸ ਇਵਰੀ ਕਲਾਸ ਠੀਕ ਹੈ ਤੇ ਇਸ ਤੋਂ ਬਾਅਦ ਮੈਂ ਤਾਂ ਇਹ ਕਹਿਣਾ ਫੋਰ ਐਗਜ਼ਾਮਪਲ ਨਾਬ ਇਹ ਵੀ ਬੜਾ ਅੱਛਾ ਹੋਊਗਾ ਸੈਟਰਡੇ ਦਾ ਮੌਕ ਟੈਸਟ ਇੱਕ ਵਾਰ ਦੇਣ ਉਸ ਵਾਰ ਅਗਲੀਆਂ ਚਾਰ ਕਲਾਸਾਂ ਪੰਜ ਕਲਾਸਾਂ ਫੇਰ ਲਾਣ ਫਿਰ ਮੌਕ ਟੈਸਟ ਦੇਣ ਤੇ ਫਿਰ ਜਮੀਨ ਆਸਮਾਨ ਦਾ ਫਰਕ ਦੇਖਣਾ ਆਪਣੇ ਬੈਂਡ ਸਕੋਰ ਚ ਕਿੰਨੇਗਾ ਤੇ ਉਸ ਵਾਰ ਮੰਨ ਲਓ ਇਹ ਤਾਂ ਦੋਏ ਹੋਏ ਨੇ ਤੁਹਾਡੇ ਕੋਲੇ ਅੱਠ ਮੌਕ ਟੈਸਟ ਹੋਰ ਪਏ ਨੇ ਜਦੋਂ ਮਰਜੀ ਦਿਓ ਹਾਂ ਦੇਖੋ ਸੈਟਰਡੇ ਦੇ ਰਹੇ ਹੋ ਤੁਸੀਂ ਪਹਿਲੇ ਸੰਡੇ ਵੀ ਦੇ ਦਿਓ ਸਾਡੇ ਵੱਲੋਂ ਭਾਵੇਂ ਮੰਡੇ ਦਿਨ ਚ ਵੇਲੇ ਹੋ ਤੁਸੀਂ ਦੇ ਦਿਓ ਸਾਨੂੰ ਕੋਈ ਪ੍ਰੋਬਲਮ ਨਹੀਂ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਇੰਨੇ ਕ ਪੈਸ਼ੇ ਦੇ ਵਿੱਚ 10 ਮੌਕ ਟੈਸਟ ਡਿਸਰਵ ਕਰਦੇ ਹੋ ਤੇ ਪੂਰੇ ਪੂਰੇ ਪੂਰੀ ਰੀਡਿੰਗ ਪੂਰ ਮਤਲਬ ਪੂਰੇ ਪੇਪਰ ਯਾਰ ਵਿਦ ਬੈਂਡ ਸਕੋਰ ਵੀ ਕੰਪਲੀਟ ਮਿਲ ਜਣਾਣਾ ਏ ਟੂ ਏ ਜ਼ੀ ਸਭ ਕੁਝ ਤੁਹਾਨੂੰ ਕੰਪਲੀਟ ਹੋਣਾ ਹੈ ਪਹਿਲੀ ਚੀਜ਼ ਮੌਕ ਟੈਸਟ ਹੋ ਗਿਆ ਦੂਜੀ ਚੀਜ਼ ਅਸੀਂ ਤੁਹਾਨੂੰ ਕੀ ਦੇ ਦੇ ਰਹੇ ਹਾਂਗੇ that is ਜਿਹੜੀ ਹੈਗੀ ਹੈ ਸੈਕਸ਼ਨ ਵਾਈਜ਼ ਸੈਕਸ਼ਨ ਵਾਈਜ਼ ਟੈਸਟ ਦੇਖੋ ਸੈਕਸ਼ਨ ਵਾਈਜ਼ ਦੇ ਵਿੱਚ ਤੁਹਾਨੂੰ ਨਾ ਈਚ 5 5 ਟੈਸਟ ਮਿਲਣਗੇ ਜਿਵੇਂ ਕਿ ਆਹ ਪੰਜ ਲਿਸਨਿੰਗ ਦੇ ਨੇ ਪੰਜ ਆਹ ਰੀਡਿੰਗ ਦੇ ਆਗੇ ਪੰਜ ਲਿਸਨਿੰਗ রাইਟਿੰਗ ਦੇ ਆਗੇ ਪੰਜ ਸਪੀਕਿੰਗ ਦੇ ਆਗੇ ਮਤਲਬ ਅਸੀਂ ਸੈਕਸ਼ਨ ਵਾਈਜ਼ ਇਹ ਦੇ ਰਹੇ ਹਾਂਗੇ ਕਿ ਲਿਸਨਿੰਗ ਦੀ ਪ੍ਰੈਕਟਿਸ ਕਰਨੀ ਹੈ ਪੂਰੀ ਪੂਰੀ ਲਿਸਨਿੰਗ ਦੀ ਜੀ ਜਿਵੇਂ ਇਹ ਵੀ ਕਾਈਂਡ ਆਫ ਮੌਕ ਟੈਸਟ ਈ ਆ ਜਿਹਦਾ ਹੁਣ ਅਸੀਂ ਤੁਹਾਨੂੰ ਦੱਸਤਾ ਵੀ ਅਸੀਂ ਤੁਹਾਨੂੰ ਕੱਲ ਨੂੰ ਰੀਡਿੰਗ ਪੜਾਵਾਂਗੇ ਤੁਸੀਂ ਬਾਅਦ ਚੋ ਕੀ ਆ ਰੀਡਿੰਗ ਦਾ ਜੇ ਕੱਲੀ ਰੀਡਿੰਗ ਦਾ ਮੌਕ ਟੈਸਟ ਦੇਣਾ ਤੁਸੀਂ ਇੱਥੇ ਜਾਓ ਰੀਡਿੰਗ ਦਾ ਇੱਕ ਟੈਸਟ ਖੋਲੋ ਤੇ ਆਪਣਾ ਕਰ ਲਓ ਮਤਲਬ ਇਹ ਆ ਜੇ ਤਾਂ ਤੁਸੀਂ ਮੌਕ ਟੈਸਟ ਖੋਲੋਗੇ ਫਿਰ ਤਾਂ ਚਾਰੇ ਮੋਡੀਊਲ ਦਾ ਦੇਣਾ ਪਊਗਾ ਤੁਹਾਨੂੰ ਜੇ ਤੁਸੀਂ ਸੈਕਸ਼ਨ ਵਾਈਜ਼ ਖੋਲੋਗੇ ਸੰਦੀਪ ਫਿਰ ਤੁਸੀਂ ਕੱਲੇ ਕੱਲੇ ਮੋਡੀਊਲ ਦਾ ਵੀ ਦੇ ਸਕੋਗੇ ਵੀ ਅੱਜ ਮੈਂ ਕੱਦੀ ਰਾਈਟਿੰਗ ਦਾ ਟੈਸਟ ਦੇਣਾ ਹੈ ਅੱਜ ਮੱਕਲੇ ਸਪੀਕਿੰਗ ਦਾ ਟੈਸਟ ਦੇਣਾ ਹੈ ਅੱਜ ਮੱਕਲੇ ਲਿਸਨਿੰਗ ਦਾ ਦੇਣਾ ਹੈ ਤੁਸੀਂ ਆਪਣੀ ਚੁਆਇਸ ਨਾਲ ਦਿਓ ਜੀ ਹੁਣ ਜਿਵੇਂ ਅਸੀਂ ਕੱਲ ਤੁਹਾਨੂੰ ਰੀਡਿੰਗ ਪੜ੍ਹਾਵਾਂਗੇ ਤਾਂ ਚਾਹੇ ਤੁਸੀਂ ਉਹ ਰਾਤ ਨੂੰ ਪੜ੍ਹਾਵਾਂਗੇ ਤੁਸੀਂ ਪਰਸੋ ਸਵੇਰੇ ਉੱਠ ਕੇ ਚਾਹੇ ਰੀਡਿੰਗ ਦਾ ਮੌਕ ਟੈਸਟ ਦੇ ਲਿਓ ਇਹਦੇ ਵਿੱਚ ਸੈਕਸ਼ਨ ਵਾਈਜ਼ ਦੇ ਲਿਓ ਕੋਈ ਪ੍ਰੋਬਲਮ ਨਹੀਂ ਆ ਠੀਕ ਹੈ ਜੀ ਉਸ ਤੋਂ ਅਗਲੀ ਗੱਲ ਪਹਿਲਾਂ ਮੌਕ ਟੈਸਟ ਦਿੱਤਾ ਪੂਰਾ ਟੈਸਟ ਸੈਕਸ਼ਨ ਵਾਈਜ਼ ਟੈਸਟ ਦਿੱਤਾ ਵੀ ਰੀਡਿੰਗ ਲਿਸਨਿੰਗ ਸਪੀਕਿੰਗ ਰਾਈਟਿੰਗ ਕੁਐਸਚਨ ਵਾਈਜ਼ ਟੈਸਟ ਵੀ ਨੇ ਸਾਡੇ ਕੋਲੇ ਤੇ ਕੁਐਸਚਨ ਵਾਈਜ਼ ਟੈਸਟ ਦਾ ਮਤਲਬ ਕੀ ਹੈ ਰੀਡ ਅਲਾਊਡ ਰੀਟ ਟੈਲ ਲੈਕਚਰ ਮਤਲਬ ਕੁਐਸਚਨ ਕੱਲੇ ਕੱਲੇ ਕੁਐਸਚਨ ਐਗਜ਼ਾਮਪਲ ਆਜੋਗੇ ਦਰ ਦਸਦੇ ਆ ਕੁਐਸਚਨ ਵਾਈਜ਼ ਪ੍ਰੈਕਟਿਸ ਕਿਵੇਂ ਆ ਐਵੇਂ ਤੇ ਅਸੀਂ ਜਿਹੜਾ ਤੁਹਾਨੂੰ ਪੜਾਵਾਂਗੇ ਅਸੀਂ ਤੁਹਾਨੂੰ ਕੁਐਸਚਨ ਵਾਈਜ਼ ਦੇ ਪੜਾਵਾਂਗੇ ਫਾਰ ਐਗਜ਼ਾਮਪਲ ਅਸੀਂ ਕੁਐਸਚਨ ਵਾਈਜ਼ ਦੇ ਵਿੱਚ ਅਸੀਂ ਰੀਡ ਅਲਾਊਡ ਹੈ ਜੇ ਅਸੀਂ ਇੱਥੇ ਕਲਿੱਕ ਕਰਦੇ ਆ ਪਥਟੇ ਕੋਲੇ 1 ਤੋਂ ਲੈ ਕੇ 700 700 ਰੀਡ ਅਲੌਡ ਆ ਜਾਣਗੇ ਮਤਲਬ ਮੁੱਕ ਦੀ ਗੱਲ ਹੈ ਪੇਪਰ ਚ ਤੁਹਾਨੂੰ ਨੇ 4 ਜਾਂ 5 ਰੀਡ ਅਲੌਡ ਕਰਨੇ ਨੇ ਪ੍ਰੈਕਟਿਸ ਦੇ ਲਈ 700 ਪ੍ਰੈਕਟਿਸ ਕਰੀ ਚਲੋ ਬੋਲੀ ਚਲੋ ਦਿਨ ਰਾਤ ਇੱਕ ਕਰ ਦੋ ਟਾਡੇ ਨੇ ਰੇਕ ਦੇ ਆਉਦੇ 7 700 ਨੇ ਮੁੱਕਦੇ ਨਹੀਂ 700 ਨੂੰ ਅਨਲਿमिटेड ਹੀ ਕਹਿੰਦੇ ਆ ਸੀ ਉਹ ਅਨਲਿमिटेड ਹੀ ਹੁੰਦਾ ਹੈ ਰਿਪੀਟ ਸੈਂਟੈਂਸ ਆ ਉਹ 800 ਨੇ ਹਾਂ ਬੌਲੇ ਨਾ ਹੋ ਜਿਓ ਕਿਤੇ ਸਾਰੇ ਕਰ ਕਰ ਕੇ ਸਿੱਧਰੇ ਹੋ ਜਾਈਓ ਨ ਆ ਵੀ ਸਾਰੇ ਨਵੇੜਨੇ ਨੇ ਆਪਾਂ ਰਾਮ ਨਾਲ ਦੇ ਕੋਲ ਆਪਦੇ ਹਿਸਾਬ ਨਾਲ ਆਪਾਂ ਨੇ ਦਵਾਈ ਦਿੱਤੀ ਹੁੰਦੂ ਤੇ ਆਪਾਂ ਨਾਲ ਲੱਗਦੇ ਜਾ ਦੇਖਾਈ ਚਲੋਗੇ ਬਸ ਸਾਡੀ ਦਵਾਈ ਇਹ ਹੈ ਦੋ ਗੋਲੀਆਂ ਸੌਣ ਤੋਂ ਬਾਅਦ ਲੈਣੀਆਂ ਨੇ ਤੇ ਦੋ ਉੱਠਣ ਤੋਂ ਪਹਿਲਾਂ ਅਸਰ ਪੂਰਾ ਕਰਨੀਆਂ ਠੀਕ ਹੈ ਤਾਂ ਆਪਣਾ ਕਨਸੈਪਟ ਕੀ ਹੈਗਾ ਜੀ ਤੁਸੀਂ ਰੀਡ ਲਾਉਡ ਆਪਾਂ ਦੇਖ ਸਕਦੇ ਇੱਥੇ ਦੇਖ ਲਓ ਦੇਖ ਸਕਦੇ ਆ ਜਿਵੇਂ ਫੋਰ ਐਗਜ਼ਾਮਪਲ ਇੱਕ ਤੋਂ 35 ਅਸੀਂ ਅੱਛਾ ਐਵੇਂ ਵੀ ਜੀ ਜੇ ਇੱਕ ਰੁਪਏ ਕਰੀ ਐਸੀ ਹੈ ਕਿ ਪ੍ਰਟੈਂਡ ਕਰ ਰਹੇ ਵੈਲਿਊ ਜਾਣ ਕੇ ਕਰਦੇ ਆ ਜਿਵੇਂ ਪਹਿਲੀ ਵਾਰੀ ਕੋਲ ਪਰ ਇਹ ਤੁਹਾਡਾ ਇਹ ਸਟੂਡੈਂਟ ਬੜੇ ਹੋਏ ਆ ਤੁਹਾਡੇ ਵਾਂਗੂ ਯਾਰ ਚਲੋ ਆਪਾਂ ਦੇਖੀਏ ਰੀਡ ਅਲਾਉਡ ਕੀ ਚੀਜ਼ ਹੈ ਯੂ ਵਾਂਟ ਸੀ एवरीवन ਆਪਾਂ ਇੱਕ ਚੀਜ਼ ਦੇਖ ਰਹੇ ਚਲੋ ਰੀਡ ਅਲਾਉਡ ਹੁੰਦਾ ਕੀ ਹੈ ਠੀਕ ਹੈ ਚਲੋ ਆਪਾਂ ਫੋਰ ਐਗਜ਼ਾਮਪਲ ਪਹਿਲੇ ਨੰਬਰ ਤੇ ਕਲਿੱਕ ਕਰਦੇ ਆ ਸਟਾਰਟ ਸਟਾਰਟ ਟੈਸਟ ਤੇ ਕਲਿੱਕ ਕੀਤਾ ਆਦੇ ਕੋਈ ਮਾਈਕ ਚੈੱਕ ਲਈ ਹਮੇਸ਼ਾ ਹੀ ਆਉਂਦਾ ਹੁੰਦਾ ਨੈਕਸਟ ਨੈਕਸਟ ਦੇਖੋ ਹੁਣ ਇਹਨਾਂ ਨੇ ਕੀ ਦਿੱਤਾ ਹੋਇਆ ਆਪਾਂ ਨੂੰ ਟਾਈਮਿੰਗ ਦੇਖੋ ਉਹ ਬਿਗਨਿੰਗ ਹੀ ਨੈਕਸਟ 36 ਸੈਕਿੰਡ सेकिन, 35 ਸੈਕਿੰਡ ਚੱਲ ਰਿਹਾ ਹੈ ਨਾ ਇਹਦੇ ਚ ਅਸੀਂ ਪਹਿਲਾਂ ਪੜ੍ਹ ਕੇ ਦੇਖਣਾ ਹੁੰਦਾ ਵੀ ਜੋ ਤੁਹਾਨੂੰ ਟਫ ਵਰਡਸ ਲੱਗਦੇ ਪਏ ਆ ਤੁਸੀਂ ਉਹਨਾਂ ਨੂੰ ਸਕਿਪ ਕਰ ਸਕਦੇ ਹੋ ਪ੍ਰੋਪਰਲੀ ਅੰਡਰਸਟੈਂਡ ਕਰ ਸਕਦੇ ਹੋ ਇਹ ਸਾਰਾ ਪੁਸਟ ਮਤਲਬ ਆਪਾਂ ਨੇ ਇਹ ਲਾਈਨ ਪੜ੍ਹਣੀ ਹੈ ਸਾਰੇ ਨੇ ਹੁਣ ਇਹਨੂੰ ਸਕਿਪ ਟਾਈਮਰ ਦੇ ਕਰ ਦਈਏ ਜੀ ਖਿੱਚ ਦਈਏ advertisements are very powerful medium for any announcement or for any information that reaches the maximum number of people types of advertisements are classified in general classified advertisements are very much like to notices only the content different and no designs are allowed it is short and to the point advertisers are only mention the main content contact address and telephone number to reach the customer ਫੇ ਤੁਸੀਂ ਕੀ ਕਰੋਗੇ ਐਨਲਾਈਜ਼ਰ ਹੁਣ ਆ ਦੇਖੋ ਐਨਲਾਈਜ਼ ਕਰਤਾ ਮੇਰਾ ਆਇਆ 3.5 ਕਿਉਂਕਿ ਇਹ ਚ ਮੇਰੀ ਮਿਸਟੇਕਸ ਕਿੱਥੇ ਸੀ ਆ ਪਰਨੰਸੀਏਸ਼ਨਸ ਉਹ 3.795 ਚੋਂ ਕੰਟੈਂਟ ਐਕਿਊਰੇਸੀ ਕਿਤੇ ਮੈਂ ਇੱਕ ਜਗ੍ਹਾ ਤੇ ਰੁਕ ਗਿਆ ਸੀ ਉਹਨੇ ਮੈਨੂੰ 3.2 ਦਿੱਤਾ ਹੁਣ ਇਹ ਮੇਰੀ ਮਿਸਟੇਕਸ ਵੀ ਦਿੱਤੀ ਆ ਵੀ ਇਕ ਆ ਰੈਡ ਜਿਵੇਂ ਮੈਂ ਉਹਰੇ ਗਲਤ ਬੋਲਿਆ ਇੱਕ ਜਗ੍ਹਾ ਤੇ ਆ ਗਲਤ ਬੋਲਿਆ ਆ ਜਿਹੜੀਆਂ ਨੇ ਮਿਸਟੇਕਸ ਨੇ ਜੀ ਐਸੇ ਕਰਕੇ ਦਿਖਾ ਰਿਹਾ ਵੀ ਕਿੱਦਾਂ ਕਿੱਦਾਂ ਮਤਲਬ ਉਹ ਸਾਡੀ ਹਰ ਚੀਜ਼ ਨੂੰ ਛੋਟੀ ਤੋਂ ਛੋਟੀ ਗਲਤੀ ਨੂੰ ਵੀ ਉਹ ਕੱਢੜੇ ਉਹ ਸਾਨੂੰ ਇਹ ਵੀ ਦੱਸੂਗਾ ਵੀ ਅਸੀਂ ਕਿੱਥੇ ਪਾਉਜ਼ ਲੈਣਾ ਹੈ ਅਸੀਂ ਕਿੱਥੇ ਕੀ ਕਰਨਾ ਹੈ ਕੀ ਨਹੀਂ ਕਰਨਾ ਫਾਰ ਇਗਜ਼ਾਮਪਲ ਆਪਾਂ ਇਹਨੂੰ ਟੈਸਟ ਨੂੰ ਦੁਬਾਰੀ ਦੇਖੀਏ ਕਰਕੇ ਦੇਖ ਲੈਣਾ ਹੈ ਨਾ ਫਾਰ ਇਗਜ਼ਾਮਪਲ advertisements are a very powerful medium for any announcement or for any information that reaches the maximum number of people types of advertisements are classified and general classified advertisements are very much like notices only the content different and no designer allowed it is short and to the point advertisers only mention the main content contact address and telephone number to reach the customer 3.2 wow ਉਨੇ ਨੇ ਮੇਰੀਆਂ ਜਿਹੜੀਆਂ ਜਿਹੜੀਆਂ ਮਿਸਟੇਕਸ ਨੇ ਆ ਕਿਤੇ ਅ ਵਰਰੀ ਮਚ ਇਹ ਇਟਸੇ ਕਹਿ ਰਹੇ ਮੈਨੂੰ ਹਣਾ ਚਲੋ ਜਿੱਥੇ ਵੀ ਜਾਗਾ ਫॉर एग्जांपल ਆਪਾਂ ਇਹਨੂੰ ਐਂਡ ਟੈਸਟ ਕਰ ਸਕਦੇ ਆ ਜਿੰਨੇ ਮਰਜੀ ਇਹ ਨਾ ਮਤਲਬ ਫॉर एग्जांपल ਇਹ ਤਾਂ ਮੰਨ ਲਓ ਇੱਕ ਸੀਗਾ ਮੇਰੇ ਕੋਲੇ 700 ਨੇ ਮੈਂ ਅਗਲਾ ਬੋਲੂਗਾ ਫਿਰ ਮੈਂ ਅਗਲਾ ਬੋਲੂਗਾ ਮੈਂ ਦੇਖੂਗਾ ਮੈਂ ਕਿੱਥੇ ਪਾਉਜ਼ ਲੈਣਾ ਹੈ ਮੈਂ ਕਿੱਥੇ ਕਮਾ ਉਹ ਮਤਲਬ ਕੀ ਹੋ ਗਿਆ ਕਿ ਤੈਨੂੰ ਜੋ ਸਾਢੇ 5 ਚ ਸਾਢੇ 3 ਨੰਬਰ ਆ ਗਏ ਫਿਰ 5 ਚ 4 ਨੰਬਰਾਂ ਲੱਗ ਜਾਣਗੇ ਯਾਨੀ 5.4 ਜਿੱਦਾਂ ਆਪਾਂ ਇੱਕ ਵਾਰੀ ਜੇ ਇੱਕ ਵਾਰੀ ਪਾਉਜ਼ ਲੈ ਲਿਆ ਛੋਟਾ ਜਿਹਾ ਪਾਉਜ਼ ਲੈ ਲਿਆ ਉੱਥੇ ਉਹ ਇੱਕ ਫੁੱਲ ਸਟਾਪ ਲਗਾ ਕੇ ਦਿਖਾਊਗਾ ਜੇ ਤੁਸੀਂ ਉੱਥੇ ਲੰਬਾ ਪਾਉਜ਼ ਲਿਆ ਫਿਰ ਉਹ ਦੋ ਤਿੰਨ ਲਾ ਦਊਗਾ ਵੀ ਜਿੰਨਾ ਪਾਉਜ਼ ਲੰਬਾ ਹੋਈ ਜਾਊਗਾ ਉਹ ਫੁੱਲ ਸਟਾਪਸ ਨਾਲ ਨਾਲ ਐਕਸਟਰਾ ਐਡ ਕਰੀਂ ਮਤਲਬ ਅਸੀਂ ਤੁਹਾਨੂੰ ਸਾਰੀ ਕਲਾਸ ਨੂੰ ਇਹ ਦਿਖਾਵਾਂਗੇ ਕਿ ਇਹ ਰਿਪੀਟ ਸੈਂਟੈਂਸ ਰੀਡ ਅਲੌਡ ਕਿਹੜਾ ਕਿਵੇਂ ਕਰਨਾ ਫੋਰ ਐਗਜ਼ਾਮਪਲ ਇੱਕ ਟਾਈਪ ਸੀ ਜਦੋਂ ਅਗਲੀ ਟਾਈਪ ਹੋ ਗਈ ਉਹ ਤੋਂ ਅਗਲੀ ਮਤਲਬ ਅਸੀਂ ਸਾਰੇ ਸਾਰੇ ਟੈਸਟ ਤੁਹਾਨੂੰ ਕਰਕੇ ਆਪ ਦਿਖਾਵਾਂਗੇ ਤੇ ਅਸੀਂ ਆਪਣੇ ਬੱਚੇ ਨੂੰ ਦੱਸਾਂਗੇ ਕਿ ਉਹ ਆਪਣੇ ਟੈਸਟਾਂ ਨੂੰ ਕਿਵੇਂ ਕਿਵੇਂ ਪ੍ਰਪੇਅਰ ਕਰੂਗਾ ਥੈਟਸ ਇਟ ਤੇ ਮੈਨੂੰ ਉਮੀਦ ਹੈ ਅੱਜ ਦੀ ਕਲਾਸ ਇਨ ਬਹੁਤ ਜਿਆਦੇ ਆਪਾਂ ਓਵਰ ਨਹੀਂ ਖਿੱਚਾਂਗੇ ਇਸ ਚੀਜ਼ ਨੂੰ ਆ ਜਿਹੜਾ ਪੀਟੀ ਦਾ ਓਵਰਆਲ ਜੋ ਸੀਗਾ ਤੁਹਾਡੇ ਅੱਗੇ ਮੈਂ ਲਿਆ ਕੇ ਰੱਖਤਾ ਤੇ ਬਾਕੀ ਅੱਗੇ ਦੀ ਜਿਹੜੀ ਪਹਿਲੀ ਕਲਾਸ ਹੋਗੀ ਕੱਲ ਨੂੰ ਆਪਾਂ ਇੱਕ ਮੋਡਿਊਲ ਨੂੰ ਪਿਕ ਕਰਾਂਗੇ ਤੇ ਮੈਂ ਚਾਹਨਾ ਕਿ ਜੇ ਕਿਸੇ ਵੀ ਬੱਚੇ ਨੂੰ ਲੱਗਦਾ ਹੈਗਾ ਵੀ ਹਾਂ ਰਮਨ ਸਰ ਸਾਨੂੰ ਤਾਂਡੀ ਕਲਾਸ ਵੈਲਿਊਏਬਲ ਦੇਖੋ ਅੱਜ ਅੱਦੇ ਬੱਚੇ ਮੇਰੇ ਕੋਲ ਐਡਮਿਸ਼ਨ ਦੇ ਸੀ ਅੱਦੇ ਬੱਚੇ ਮੇਰੇ ਕੋਲੇ ਲਾਈਕ ਜਿਹੜੇ ਬੱਚਿਆਂ ਨੂੰ ਮੈਨੇ ਉਤੇ ਇੰਸਟਾ ਤੇ ਮੈਂ ਲਿੰਕ ਦਿੱਤਾ ਸੀਗਾ ਤਾਂ ਮੈਂ ਉਹ ਬੱਚਿਆਂ ਨੂੰ ਜਿਹੜੇ ਬੱਚੇ ਨੂੰ ਲੱਗਦਾ ਹੈ ਵੀ ਹਾਂ ਵੀ ਮਸਟ ਕੰਟੀਨਿਊਸ ਕਲਾਸ ਤੇ ਗੱਲ ਸੁਣ ਲੋ ਮੈਂ ਸੇਮ ਆਫਰ ਦੇ ਵਿੱਚ ਹਰੇਕ ਬੱਚੇ ਨੂੰ ਐਡਮਿਸ਼ਨ ਦੇਣ ਦੇ ਲਈ ਤਿਆਰ ਬੈਠਾ 999887896 ਇਹ ਆਫੀਸ਼ੀਅਲ ਨੰਬਰ ਹੈ ਮੇਰਾ ਤੁਸੀਂ ਜੇ ਇੰਡੀਆ ਚੋਂ ਤਾਂ ਕੱਲਾ ਇੰਨਾ ਜੇ ਇੰਡੀਆ ਤੋਂ ਬਾਹਰੋਂ ਤਾਂ ਪਲੱਸ 91 ਦਾ ਕੋਡ ਲਾ ਲਿਓ ਥੈਟਸ ਇਟ ਪ੍ਰਾਈਸ ਲਊਗਾ ਮੈਂ 2999 ਬਸ ਥੈਟਸ ਇਟ 15 ਕਲਾਸਾਂ 2 ਮਹੀਨੇ ਤੱਕ ਦੀ ਤੁਹਾਨੂੰ ਅਸੀਂ ਆਈਡੀ ਦੀ ਅਲਾਉਅנס ਦੇਵਾਂਗੇ 2 ਮਹੀਨੇ ਜਿੰਨੀ ਮਰਜ਼ੀ ਪ੍ਰੈਕਟਿਸ ਕਰੋ ਇਨ੍ਹਾਂ ਪੈਸਿਆਂ ਦੇ ਵਿੱਚ ਆਪਦੀ ਕਲਾਸ ਦੇਵਾਂਗੇ ਹਰੇਕ ਟਾਈਪ ਦੇਵਾਂਗੇ ਜੇ ਤੁਹਾਨੂੰ ਲੱਗਦਾ ਵੀ ਇਹ ਕਲਾਸ ਬਹੁਤ ਵੈਲਿਊਏਬਲ ਹੈ ਸਾਡੇ ਕੋਲੇ ਮੈਂ ਨੰਬਰ ਦਿੱਤਾ ਹੈ ਮੈਸੇਜ ਕਰੋ ਡਿਟੇਲ ਲਓ ਫੀ ਪੇ ਕਰੋ ਸਕਰੀਨਸ਼ਾਟ ਦਿਓ ਮੇਰੀ ਟੀਮ ਤੁਹਾਨੂੰ ਆਈਡੀ ਬਣਾ ਕੇ ਦੇਊਗੀ ਪਲੱਸ ਅਸੀਂ ਤੁਹਾਨੂੰ ਹਰ ਇੱਕ ਛੋਟੀ ਤੋਂ ਛੋਟੀ ਚੀਜ਼ ਤੇ ਕੰਮ ਕਰਕੇ ਦੇਵਾਂਗੇ ਤੇ ਅੱਜ ਸਾਡੇ ਵੱਲੋਂ ਇਨਾਂ ਹੀ ਕੋਈ ਗਲਤੀ ਹੋਈ ਹੋਵੇ ਮਾਫ ਕਰੀ ਹਾਂ ਠੀਕ ਹੈ ਪਰ ਅਸੀਂ ਆਪਣੇ ਦਿਲੋਂ ਜਿੰਨਾ ਸ਼ਿੱਦਤ ਨਾਲ ਅਸੀਂ ਪੜਾ ਸਕੀ ਆਪਦਾ ਜੋਰ ਲਾਇਆ ਤੇ ਕੱਲ ਨੂੰ ਸੇਮ ਕਲਾਸ 'ਚ ਇੰਨੇ ਹੀ ਜੋਰ ਨਾਲ ਅਸੀਂ ਮਿਲਾਂਗੇ ਤੇ ਕਲਾਸ ਦੇ ਵਿੱਚ ਅਸੀਂ 5 ਮਿੰਟ 7 ਮਿੰਟ ਅਨਮਿਊਟ ਦੇ ਵੀ ਰੱਖਾਂਗੇ ਤੁਹਾਡੀਆਂ ਗੱਲਾਂ ਸੁਣਿਆ ਕਰਾਂਗੇ ਜੀ ਬਿਲਕੁਲ ਤੁਹਾਡੇ ਡਾਊਟ ਪੁੱਛਿਆ ਕਰਾਂਗੇ ਅਸੀਂ ਉਹਨੂੰ ਸੋਲਵ ਵੀ ਕਰਾਂਗੇ ਅੱਜ ਸਾਡੀ ਇੰਟਰੋਡਕਸ਼ਨ ਹੀ ਸੀਗੀ ਨਾ ਇਸ ਕਰਕੇ ਅਸੀਂ ਪ੍ਰੋਪਰਲੀ ਆਪਦੇ ਵੱਲੋਂ ਤੁਹਾਨੂੰ ਦੱਸ ਰਹੇ ਸੀ ਕਿ ਪੀਟੀ ਕੀ ਆ ਪਰ ਅੱਗੇ ਜਾ ਕੇ ਆਪਾਂ ਇੱਕ ਇੱਕ ਦੂਸਰੇ ਨਾਲ ਨਾ ਇੰਟਰੈਕਟ ਕਰਨ ਦੀ ਕੋਸ਼ਿਸ਼ ਕਰਨਾ ਸਭ ਤੋਂ ਵੱਡੀ ਗੱਲ ਅਸੀਂ ਕਿਉਂ ਕਹਿੰਦੇ ਹਾਂ ਵੀ ਕੈਮਰਾ ਔਨ ਕਰੋ ਉਹਦਾ ਮਤਲਬ ਹੈ ਇੰਟਰੈਕਟ ਕਰਨਾ ਅੰਟਿਲ ਤੁਸੀਂ ਸਾਡੇ ਨਾਲ ਫੇਸ ਐਕਸਪ੍ਰੈਸ਼ਨ ਸਾਨੂੰ ਨਹੀਂ ਪਤਾ ਲੱਗਣੇ ਇਸੇ ਇੰਟਰੈਕਟੇ ਨਹੀਂ ਕਰ ਪਾਵਾਂਗੇ ਤਾਂ ਫॉर ਸ਼ੋਰ ਮੈਂ ਕੱਲੀ ਕੱਲੀ ਬੱਚੇ ਤੋਂ ਇਹੀ ਐਕਸਪੈਕਟ ਕਰਦਾ ਕਿ ਜੇ ਪੀਟੀ ਚ ਐਡਮਿਸ਼ਨ ਲੈਣੀ ਹੈ ਇਹਦੋਂ ਵਧੀਆ ਮੌਕਾ ਮੈਨੂੰ ਨਹੀਂ ਲੱਗਦਾ ਹੋਰ ਕੋਈ ਹੋ ਸਕਦਾ ਠੀਕ ਹੈ ਸਾਰਿਆਂ ਨੂੰ ਬਹੁਤ ਪਿਆਰ ਪਿਆਰ ਪਰਿ ਸਾਸਸ਼ਕਾਲ ਤੇ ਅਗਲੀ ਕਲਾਸ ਚ ਮਿਲਦੇ ਤੇ ਕੰਟੈਕਟ ਨੰਬਰ ਦਿੱਤਾ ਹੋਇਆਗਾ ਤੁਸੀਂ ਚੈੱਕ ਕਰ ਸਕਦੇ ਹੋਗੇ ਕੋਈ ਵੀ ਇਨਫੋਰਮੇਸ਼ਨ ਲੈਣੀ ਹੈ ਇਸ ਨੰਬਰ ਦੇ ਉੱਤੇ ਮੈਸੇਜ ਕਰਿਓ ਅਸੀਂ ਤੁਹਾਨੂੰ ਇਨਫੋਰਮੇਸ਼ਨ ਦੇਵਾਂਗੇ ਥੈਂਕ ਯੂ ਵੈਰੀ ਮੱਚ ਟੇਕ ਕੇਅਰ ਗੁੱਡਬਾਈ